ਆਮ ਆਦਮੀ ਪਾਰਟੀ ਚ 골ਡੀ ਐਵੇਂ ਨਹੀਂ ਗਿਆ ਇਹ ਬੰਮ ਰੋੜ ਕੇ ਲਿਆਂਦਾ ਗਿਆ ਮੈਂ ਪਾਰਟੀ ਛੱਡੀ ਨਹੀਂ ਮੈਨੂੰ ਪਾਰਟੀ ਦੇ ਵਿੱਚੋਂ ਕੱਢਿਆ ਗਿਆ ਕੋ ਟਿਕਟ ਦਾ ਇੱਥੇ ਮਸਲਾ ਨਹੀਂ ਸੀ ਵਗਾਵਤ ਦਾ ਮਸਲਾ ਸੀ ਕਾਂਗਰਸ ਇਸ ਨੂੰ ਗੱਦਾਰੀ ਕਹਿ ਰਹੀ ਮੈਂ ਹਮੇਸ਼ਾ ਵਗਾਵਤੀ ਰਾਹ ਤੇ ਹੀ ਰਹਾ ਮੈਂ ਵਗਾਵਤ ਹੀ ਕਰਨਾ ਜਾਣਦਾ ਦਿਲਵੀਰ 골ਡੀ ਇੱਕ ਅਜਿਹੀ ਫੈਮਿਲੀ ਤੋਂ ਆਉਂਦਾ ਹੈ ਜਿਨ੍ਹਾਂ ਦੇ ਪਿਤਾ ਜੀ ਇੱਕ ਮਹਿਕਮੇ ਦੇ ਵਿੱਚ ਇਨਸਪੈਕਟਰ ਦੀ ਨੌਕਰੀ ਕਰਦੇ ਸੀ ਕਾਂਗਰਸ ਨੇ ਉਹਨਾਂ ਨੂੰ ਮੌਕਾ ਦਿੱਤਾ ਅੱਜ ਉਹ ਕਾਂਗਰਸ ਨੂੰ ਗੱਲਾਂ ਸੁਣਾ ਰਿਹਾ ਹੈ ਪਾਰਟੀ ਛੱਡ ਗਏ ਮੇਰਾ ਬਾਪ ਮੇਰੇ ਲਈ ਪਾਰਟੀਆਂ ਮੈਟਰ ਨਹੀਂ ਕਰਦੀਆਂ ਜਿਹੜੀ 20 ਸਾਲ ਜਿੰਨਾ ਲਈ ਮੈਂ ਕੰਮ ਕਰਿਆ ਉਹ ਮੈਨੂੰ ਅੱਜ ਖੱਤਰ ਦੱਸਦੇ ਨੇ ਉਹਨਾਂ ਨੂੰ 20 ਸਾਲ ਨਹੀਂ ਸੀ ਪਤਾ ਥੋੜਾ ਬਾਪ ਛੋਟੀ ਨੌਕਰੀ ਕਰਦਾ ਕਿ ਉਹ ਬੰਦਾ ਨਹੀਂ ਉਹਨੇ ਮੈਨੂੰ ਪੜਾਇਆ ਲਿਖਾਇਆ ਨਹੀਂ ਇਹ ਗੱਲ ਕਿਹਦੀ ਕਿਹਦੀ ਤੁਹਾਡੇ ਫਾਦਰ ਦਾ ਜ਼ਿਕਰ ਕਮਾਲ ਆ ਮੇਰੇ ਲਈ ਸਭ ਤੋਂ ਵੱਡੀ ਗੱਲ ਹੈ ਹੀ ਮੇਰਾ ਬਾਪ ਆ ਇਹ ਕੌਣ ਨੇ ਮੇਰੇ ਬਾਪ ਬਾਰੇ ਬੋਲਣ ਵਾਲੇ ਜ਼ਿੰਦਗੀ 'ਚ ਕਈ ਵਾਰ ਕੁਝ ਫੈਸਲੇ ਲੈਣੇ ਬਹੁਤ ਮੁਸ਼ਕਿਲ ਹੁੰਦੇ ਨੇ ਦਿਲ ਦੇ ਉੱਤੇ ਪੱਥਰ ਰੱਖ ਕੇ ਕੁਝ ਫੈਸਲੇ ਲੈਣੇ ਪੈਂਦੇ ਨੇ ਇਹ ਗੱਲ ਜਿਵੇਂ ਰਿਸ਼ਤਿਆਂ ਦੇ ਉੱਤੇ ਟੁਕਦੀ ਹੈ ਤਾਂ ਉੱਥੇ ਹੀ ਕਈ ਵਾਰ ਸਿਆਸੀ ਆਗੂਆਂ ਦੇ ਉੱਤੇ ਵੀ ਟੁਕਦੀ ਹੈ ਜੋ ਕਿ ਆਪਣੀ ਪਾਰਟੀ ਨੂੰ ਛੱਡ ਕੇ ਕਿਸੇ ਹੋਰ ਪਾਰਟੀ ਦੇ ਵਿੱਚ ਚਲੇ ਜਾਂਦੇ ਨੇ ਸੱਸੀ ਅਕਾਲ ਸਵਾਗਤ ਹੈ ਗੌਰਵ ਸ਼ੁਕਲਾ ਮੈਂ ਹਾਂ ਤੁਹਾਡੇ ਨਾਲ ਅੱਜ ਨਿਊਜ਼ ਰੂਮ ਕਟੇਰਾ ਦੇ ਵਿੱਚ ਅਸੀਂ ਉਸ ਮਹਿਮਾਨ ਨੂੰ ਬੁਲਾਉਣ ਜਾ ਰਹੇ ਹਾਂ ਜਿਸ ਨੇ ਇੱਕ ਵੱਡਾ ਫੈਸਲਾ ਸਿਆਸੀ ਤੌਰ ਦੇ ਉੱਤੇ ਲੇਤਾ ਮੈਂ ਜ਼ਿਕਰ ਕਰ ਰਿਹਾ ਹਾਂ ਦਲਵੀਰ ਸਿੰਘ ਗੋਲਡੀ ਦਾ ਜਿਨ੍ਹਾਂ ਨੇ ਆਮ ਆਦਮੀ ਪਾਰਟੀ ਨੂੰ ਜੁਆਇਨ ਕੀਤਾ ਹੈ ਇੱਕ ਵੱਡੇ ਕਦਾਵਰ ਮਾਲਵੇ ਦੇ ਸੰਗਰੂਰ ਦੇ ਇਲਾਕੇ ਦੇ ਆਗੂ ਨੇ ਤੇ ਨਿਊਜ਼ ਰੂਮ ਕਟੇਰਾ ਦੇ ਵਿੱਚ ਅੱਜ ਉਹਨਾਂ ਦੇ ਨਾਲ ਸਵਾਲ ਜਵਾਬ ਹੋਣਗੇ ਤਾਂ ਸਭ ਤੋਂ ਪਹਿਲਾਂ ਆਪਾਂ ਸਵਾਗਤ ਕਰਦੇ ਹਾਂ ਦਲਵੀਰ ਗੋਲਡੀ ਜੀ ਦਾ ਨਿਊਜ਼ ਰੂਮ ਕਟੇਰਾ ਦੇ ਵਿੱਚ ਨਿਊਜ਼ ਰੂਮ ਦੇ ਵਿੱਚ ਤਾੜੀਆਂ ਦੇ ਨਾਲ ਬਹੁਤ-ਬਹੁਤ ਸਵਾਗਤ ਦਲਵੀਰ ਗੋਲਡੀ ਇੱਕ ਵੱਡਾ ਨਾਮ ਪੰਜਾਬੀ ਸਿਆਸਤ ਦਾ ਖੂਬ ਚਰਚਾ ਦੇ ਵਿੱਚ ਹਮੇਸ਼ਾ ਤੋਂ ਰਿਹਾ ਹੈ ਤੇ ਪਿਛਲੇ ਕੁਝ ਦਿਨਾਂ ਦੇ ਵਿੱਚ ਵੀ ਚਰਚਾ ਦੇ ਵਿੱਚ ਰਹੇ ਆ ਗੋਲੀ ਜੀ ਬਹੁਤ ਬਹੁਤ ਸਵਾਗਤ ਹੈ ਨਿਊਜ਼ ਇਟ ਇਨ ਪੰਜਾਬ ਦੇ ਉੱਤੇ ਬਹੁਤ ਧੰਨਵਾਦ ਭਾਜੀ ਤੁਹਾਡਾ ਤੇ ਤੁਹਾਡੀ ਸਾਰੀ ਟੀਮ ਦਾ ਸ਼ੁਕਰੀਆ ਸ਼ੁਕਰੀਆ ਤੁਸੀਂ ਵਿਰਾਧਮਨ ਹੋ ਅੱਜ ਸਾਡੀ ਚੇਰ ਦੇ ਉੱਤੇ ਅਸੀਂ ਕਟਹਿਰਾ ਬਣਾ ਦਿੱਤਾ ਹੈ ਕਿਉਂਕਿ ਪੋਲਿਟਿਕਲ ਆਗੂਆਂ ਤੇ ਵੀ ਬਹੁਤ ਸਾਰੇ ਇਲਜ਼ਾਮ ਲੱਗਦੇ ਨੇ ਤਾਂ ਅਸੀਂ ਕਟਹਿਰਾ ਇਸ ਤਰੀਕੇ ਨਾਲ ਬਣਾਇਆ ਕਿ ਅਸੀਂ ਸਵਾਲ ਜਵਾਬ ਕਰਾਂਗੇ ਔਰ ਜਿਹੜਾ ਜਵਾਬ ਹੈ ਜਾਂ ਕਹੀਏ ਕਿ ਜਜਮੈਂਟ ਹੈ ਉਹ ਜਨਤਾ ਹੀ ਦੇएगी 4 ਜੂਨ ਨੂੰ ਬਹੁਤ ਬਹੁਤ ਸਵਾਗਤ ਹੈ ਸਰ ਮੈਂ ਸ਼ੁਰੂਆਤ ਕਰਦਾ ਹਾਂ ਇੱਕ ਛੋਟੀ ਜੀ ਓਪਨਿੰਗ ਤੇ ਇੰਟਰੋ ਦੇ ਨਾਲ ਦਲਬੀਰ ਸਿੰਘ ਗੋਲਡੀ ਮੈਨਾਂ ਦੀ ਪਹਿਚਾਨ ਦਾ ਜ਼ਿਕਰ ਕਰਾਂ ਤਾਂ ਇਹ ਤੇਜ਼ ਤਰਾਰ ਆਗੂਆਂ ਦੇ ਵਿੱਚ ਗਿਨੇ ਜਾਂਦੇ ਨੇ ਯੰਗ ਲੀਡਰਸ ਦੇ ਵਿੱਚ ਗਿਨੇ ਜਾਂਦੇ ਨੇ ਜਦੋਂ ਆਪਾਂ ਪੰਜਾਬ ਦੇ ਆਗੂਆਂ ਦਾ ਜ਼ਿਕਰ ਕਰਦੇ ਹਾਂ ਅੱਛਾ ਇਹਨਾਂ ਨੂੰ ਟੋਲ ਪਲਾਜ਼ੇ ਵਾਲਾ ਗੋਲਡੀ ਵੀ ਕਿਹਾ ਜਾਂਦਾ ਹੈ ਖੂਬ ਚਰਚਾ 'ਚ ਟੋਲ ਪਲਾਜ਼ੇ ਨੂੰ ਲੈ ਕੇ ਵੀ ਰਹੇ ਮੈਨਾਂ ਦੀ ਸਟਰੈਂਥ ਦੀ ਗੱਲ ਕਰਾਂ ਤਾਂ ਇੱਕ ਤਰੀਕੇ ਨਾਲ ਔਰੀਏਟਰ ਬੋਲਣ ਦਾ ਅੰਦਾਜ਼ ਗੱਲ ਰੱਖਣ ਦਾ ਅੰਦਾਜ਼ ਇਹਨਾਂ ਦੀ ਸਟਰੈਂਥ ਦੇ ਵਿੱਚ ਆਉਂਦਾ ਹੈ ਲੇਡੀ ਲਖਵੀਨ ਦੀ ਸਟਰੈਂਥ ਦਾ ਇੱਕ ਹਿੱਸਾ ਹੈ ਵੀਕਨੈਸ ਦਾ ਅਸੀਂ ਜ਼ਿਕਰ ਕਰੀਏ ਕਈ ਵਾਰ ਓਵਰ ਰਿਐਕਟਿਵ ਹੋ ਜਾਂਦੇ ਨੇ ਅੱਛਾ ਕਈ ਵਾਰ ਇਹਨਾਂ ਦੇ ਉੱਤੇ ਇਲਜ਼ਾਮ ਖਾਲੀ ਦੇ ਵਿੱਚ ਲੱਗੇ ਕਿ ਥੋੜੇ ਜਿਹਾ ਪੇਸ਼ੈਂਸ ਇਹਨਾਂ ਨੇ ਘੱਟ ਰੱਖੇ ਮੈਂ ਇਲਜ਼ਾਮਾ ਦਾ ਵੀ ਜ਼ਿਕਰ ਕਰ ਲੈਣਾ ਪਿਛਲੇ ਕੁਝ ਦਿਨਾਂ ਦਾ ਘਟਨਾਕਰਮ ਦਿਲਵੀਰ ਗੋਲਡੀ ਦੇ ਉੱਤੇ ਇਲਜ਼ਾਮੇ ਲਗਾ ਗਿਆ ਕਿ ਦਿਲਵੀਰ ਗੋਲਡੀ ਨੂੰ ਬਸ ਟਿਕਟ ਚਾਹੀਦੀ ਹੈ ਇਲਜ਼ਾਮ ਇਹਨਾਂ ਦੇ ਉੱਤੇ ਕਿ ਇਹਨਾਂ ਨੂੰ ਸਬਰ ਨਹੀਂ ਹੈ ਅਜਿਹੇ ਲੱਗੇ ਔਰ ਇਹਨਾਂ ਇਲਜ਼ਾਮਾ ਦੇ ਨਾਲ ਨਾਲ ਹੋਰ ਬਹੁਤ ਸਾਰੀਆਂ ਟਿੱਪਣੀਆਂ ਪਿਛਲੇ ਕੁਝ ਦਿਨਾਂ ਦੇ ਵਿੱਚ ਹੋਈਆਂ ਨੇ ਦਿਲਵੀਰ ਗੋਲਡੀ ਦੇ ਉੱਤੇ ਅੱਜ ਉਹਨਾਂ ਦੇ ਉੱਤੇ ਗੱਲਬਾਤ ਕਰਾਂਗੇ ਮੈਂ ਇੱਕ ਵਾਰ ਫਿਰ ਤੋਂ ਆਪਣੀ ਟੀਮ ਨੂੰ ਕਵਾਂਗਾ ਕਿ ਤਾੜੀਆਂ ਦੇ ਨਾਲ ਜ਼ਰੂਰ ਅਸੀਂ ਸਵਾਗਤ ਕਰੀਏ ਦਿਲਵੀਰ ਗੋਲਡੀ ਜੀ ਦਾ ਔਰ ਆਪਾਂ ਸਵਾਲ ਜਵਾਬ ਦਾ سلسلہ ਸ਼ੁਰੂ ਕਰਾਂਗੇ ਗੋਲਡੀ ਅਸੀਂ ਨਿਊਜ਼ ਰੂਮ ਦੇ ਵਿੱਚ ਹੈ ਬਹੁਤ ਸਾਰੇ ਯੰਗ ਜਰਨਲਿਸਟ ਸਾਡੇ ਸੇਹ ਹੋਗੀ ਸਾਥੀ ਵੀ ਇੱਥੇ ਹੈਗੇ ਨੇ ਉਹ ਵੀ ਕੋਸ਼ਿਸ਼ ਕਰਨਗੇ ਕਿ ਉਹਨਾਂ ਦੇ ਵੀ ਅਸੀਂ ਸਵਾਲ ਲੈ ਸਕੀਏ ਤੁਸੀਂ ਉਹਨਾਂ ਦੇ ਵੀ ਜਵਾਬ ਦਿਓ ਮੈਂ ਸ਼ੁਰੂਆਤ ਕਰਦਾ ਹਾਂ ਸਭ ਤੋਂ ਪਹਿਲਾਂ ਮੈਂ ਓਪਨਿੰਗ ਦੇ ਵਿੱਚ ਇੰਟਰੋ ਦੇ ਵਿੱਚ ਅੱਜ ਇੱਕ ਗੱਲ ਕਹੀ ਕਿ ਕਈ ਵਾਰ ਆਪਾਂ ਨੂੰ ਫੈਸਲੇ ਲੈਣੇ ਪੈਂਦੇ ਨੇ ਦਿਲ ਨਹੀਂ ਕਰਦਾ ਹੁੰਦਾ ਪਰ ਦਿਲ ਇਹ ਕਹੀਏ ਕਿ ਜ਼ਹਿਰ ਦਾ ਘਟ ਪਰਣਾ ਪੈਂਦਾ ਕੀ ਦਲਬੀਰ ਗੋਲਡੀ ਨੇ ਪੱਥਰ ਰੱਖ ਕੇ ਫੈਸਲਾ ਲਿਆ ਦੇਖੋ ਸ਼ੁਰੂਆਤ ਇੱਥੇ ਹੀ ਹੋਏਗੀ ਕਿਉਂਕਿ ਤੁਸੀਂ ਖੂਬ ਚਰਚਾ ਦੇ ਵਿੱਚ ਹੋ ਕਿ ਵਾਕਈ ਪੱਥਰ ਰੱਖਿਆ ਤੇ ਆਖਿਰ ਕਿਉਂ ਰੱਖਣਾ ਪਿਆ ਪੱਥਰ ਕਾਂਗਰਸ ਨੂੰ ਛੱਡਣ ਦੇ ਸਮੇਂ ਸਭ ਤੋਂ ਪਹਿਲਾਂ ਬਿਲਕੁਲ ਤੁਹਾਡੀ ਗੱਲ ਜਿਹੜੇ ਇੱਕ ਨੌਜਵਾਨ ਬੰਦੇ ਨੇ ਆਪਦੀ ਜ਼ਿੰਦਗੀ ਦੇ ਤਕਰੀਬਨ 18-20 ਸਾਲ ਇੱਕ ਆਰਗੇਨਾਈਜੇਸ਼ਨ ਨੂੰ ਦਿੱਤੇ ਹੋਣ ਤੇ ਹਾਲਾਂਕਿ ਉਸ ਆਰਗੇਨਾਈਜੇਸ਼ਨ ਨੇ ਵੀ ਉਹਨੂੰ ਵਧੀਆ ਤਰੀਕੇ ਨਾਲ ਸੰਭਾਲਿਆ ਜੀ ਬਟ ਇਹ ਸਿਚੁਏਸ਼ਨ ਅਜਿਹੀ ਹੋ ਗਈ ਕਿ ਮੈਂ ਪਾਰਟੀ ਛੱਡੀ ਨਹੀਂ ਮੈਨੂੰ ਇੱਕ ਤਰ੍ਹਾਂ ਪਾਰਟੀ ਦੇ ਵਿੱਚੋਂ ਕੱਢਿਆ ਗਿਆ ਸੋ ਇਹ ਇੱਕ ਬਹੁਤ ਔਖਾ ਟਾਈਮ ਸੀ ਮੇਰੇ ਲਈ ਮੈਂ ਪਿਛਲੇ ਬਹੁਤ ਦਿਨਾਂ ਤੋਂ ਕਾਫੀ ਲੰਬੇ ਸਮੇਂ ਤੋਂ ਮੈਂ ਇਹ ਚੀਜ਼ ਚੱਲ ਰਿਹਾ ਕਿਉਂਕਿ ਪੋਲਿਟਿਕਸ ਦੋ ਤਰੀਕੇ ਦੀ ਹੁੰਦੀ ਹੈ ਇੱਕ ਤਾਂ ਜਿਹੜੀ ਆਮਣੇ-ਸਾਮਣੇ ਪਾਰਟੀਆਂ ਇੱਕ ਦੂਜੇ ਨਾਲ ਲੜਦੀਆਂ ਨੇ ਇੱਕ ਇੰਟਰਨਲ ਪੋਲਿਟਿਕਸ ਹੁੰਦੀ ਹੈ ਪਾਰਟੀ ਦੇ ਇਨ ਬਿਟਵੀਨ ਜਿਹਦਾ ਆਮ ਲੋਕਾਂ ਨੂੰ ਨਹੀਂ ਪਤਾ ਹੁੰਦਾ ਕਿ ਅੰਦਰ ਚੱਲ ਕੀ ਰਿਹਾ ਸੋ ਇਹ ਬਹੁਤ ਸਾਰੀਆਂ ਅਜਹੀਆਂ ਚੀਜ਼ਾਂ ਹੋਈਆਂ ਜਿਹੜੀ ਗੱਲ ਤੁਸੀਂ ਦੂਸਰੀ ਕਹੀ ਕਿ ਟਿਕਟ ਵਾਲੀ ਜੇ ਮੈਂ ਟਿਕਟ ਲੈਣੀ ਹੁੰਦੀ ਤਾਂ ਮੇਰੇ ਕੋਲੇ ਪਿਛਲੇ ਦਿਨਾਂ ਚ ਕਾਫੀ ਸਾਰੀਆਂ ਪਾਰਟੀਆਂ ਮੇਰੇ ਨਾਲ ਤਾਲਮੇਲ ਸੀ ਮੈਂ ਉਹਨਾਂ ਦਾ ਧੰਨਵਾਦ ਕਰਦਾ ਕਿ ਉਹ ਮੈਨੂੰ ਕਾਬਿਲ ਸਮਝਦੇ ਨੇ ਸੋ ਟਿਕਟ ਦਾ ਇੱਥੇ ਮਸਲਾ ਨਹੀਂ ਸੀ ਇੱਥੇ ਵਗਾਵਤ ਦਾ ਮਸਲਾ ਸੀ ਮੈਂ ਉਹ ਨੌਜਵਾਨਾਂ ਦੀ ਆਵਾਜ਼ ਬਣਨਾ ਚਾਹਣਾ ਜਿਨ੍ਹਾਂ ਨੂੰ ਸਿਰਫ ਰੈਲੀਆਂ ਇਕੱਠਾਂ ਦੇ ਉੱਤੇ ਵਰਤਿਆ ਜਾਂਦਾ ਤੇ ਉਹਨਾਂ ਨੂੰ ਸਹੀ ਮੰਜ਼ਲਾਂ ਤੱਕ ਨਹੀਂ ਪਹੁੰਚਾਇਆ ਜਾਂਦਾ ਜਦੋਂ 10 ਲੀਡਰ ਸਟੇਜ ਤੇ ਬੈਠੇ ਹੁੰਦੇ ਨੇ ਤੇ ਕਾਮਰ ਦਾ ਮੁੰਡਾ ਜਦੋਂ ਪੌੜੀਆਂ ਚੜਦਾ ਹੁੰਦਾ ਨਾ ਤੇ ਉਹ ਪੌੜੀਆਂ ਤੋਂ ਚੜਨ ਤੋਂ ਉਹਨੂੰ ਕਿਵੇਂ ਰੋਕਿਆ ਜਾਵੇ ਸਾਡੀ ਸਿਆਸਤ ਇਸੇ ਦੇ ਆਲੇ ਦੁਆਲੇ ਘੁੰਮਦੀ ਆ ਠੀਕ ਹੈ ਇਲਜ਼ਾਮ ਲੱਗਦੇ ਪਰ ਇਹ ਹਰ ਪੋਲਿਟੀਕਲ ਪਾਰਟੀ ਦਾ ਹਾਲ ਹੈ ਕਿਸੇ ਇੱਕ ਪਾਰਟੀ ਦਾ ਨਹੀਂ ਇਹਦਾ ਸਭ ਦੀ ਪਿਕਚਰ ਹੈ तकरीबन ਸੇਮ ਬਣਦੀ ਨਾ ਦੇਖੋ ਮੈਂ ਟਿਕਟ ਵਾਲੀ ਗੱਲ ਦੇ ਉੱਤੇ ਆ ਨਾ ਤੁਸੀਂ ਕਹਿਆ ਕਿ ਟਿਕਟ ਦੀ ਕੋਈ ਗੱਲ ਨਹੀਂ ਸੀ ਪਰ ਇੱਕ ਪੁਆਇੰਟ ਦੇ ਉੱਤੇ ਜਾ ਕੇ ਇਹ ਦਿਲ ਦੇ ਵਿੱਚ ਰੰਜਤਾ ਹੈ ਕਿ ਸੰਗਰੂਰ ਤੋਂ ਤੁਹਾਡੀ ਟਿਕਟ ਬਣਦੀ ਸੀ ਤੁਹਾਡੇ ਬਿਆਨਾਂ ਦੇ ਵਿੱਚ ਉਹ ਗੱਲ ਸਾਹਮਣੇ ਆਈ ਹੈ ਤਾਂ ਉਹ ਸਮਝਣਾ ਚਾ ਰਹੇ ਹਾਂ ਕਿ ਟਿਕਟ ਦਾ ਤੁਹਾਨੂੰ ਕੋਈ ਭਰੋਸਾ ਦਿੱਤਾ ਗਿਆ ਸੀ ਕਾਂਗਰਸ ਪਾਰਟੀ ਵੱਲੋਂ ਕੋਈ ਕਹਿ ਦਿੱਤਾ ਗਿਆ ਸੀ ਕਿਸੇ ਦਾ ਫੋਨ ਆ ਗਿਆ ਸੀ ਕੋਈ ਵੱਡੇ ਲੀਡਰ ਨਾਲ ਗੱਲ ਹੋਈ ਸੀ ਕਿ ਹਾਂ ਤੁਹਾਨੂੰ ਟਿਕਟ ਦਿੱਤੀ ਜਾਏਗੀ ਹਾਂ ਬਿਲਕੁਲ ਇਹ ਤੁਸੀਂ ਨੇ ਗੱਲ ਸੁਣੀ ਵੀ ਹੋਣੀ ਆ ਸਾਰੇ ਮੀਡੀਆ 'ਚ ਇਹ ਚੀਜ਼ ਆਈ ਆ ਜਦੋਂ ਬਾਈਲ ਇਕਸ਼ਨ ਜਿਹੜੀ ਲੋਕ ਸਭਾ ਦੀ ਹੋਈ ਸੀ ਜਦੋਂ ਸਾਡੇ ਲੀਡਰ ਸਾਹਿਬਾ ਨਹੀਂ ਲੜਨਾ ਚਾਹ ਰਿਹਾ ਸੀ ਕੋਈ ਵੀ ਤਾਂ ਉਦੋਂ ਮੈਨੂੰ ਲੜਾਇਆ ਗਿਆ ਸੀ ਤੇ ਮੈਨੂੰ ਇਹ ਕਿਹਾ ਵੀ ਗਿਆ ਸੀ ਕੀ ਆਉਣ ਵਾਲੀ 24 ਦੀ ਜਿਹੜੀ ਇਲੈਕਸ਼ਨ ਆ ਉਹ ਵੀ ਤੁਸੀਂ ਕੰਟੈਸਟ ਕਰੋਗੇ ਫਿਰ ਮੈਂ ਤੇ ਮੇਰਾ ਪੂਰਾ ਪਰਿਵਾਰ ਸਾਡੀ ਪੂਰੀ ਟੀਮ 2 ਸਾਲ ਲਗਾਤਾਰ ਜਿਹੜਾ ਆਲਰੇਡੀ ਮੈਂ ਵੈਸੇ ਕੋਈ ਇਹ ਨਹੀਂ ਵੀ ਮੈਂ ਇਹਦੇ ਲਈ ਕੰਮ ਕਰ ਰਿਹਾ ਸੀ ਮੈਂ ਵੈਸੇ ਵੀ ਕੰਮ ਕਰਦਾ ਮੈਂ ਹੁਣ ਵੀ ਕੰਮ ਕਰਦਾ ਬਟ ਮੈਨੂੰ ਲੱਗਦਾ ਕਿ ਤੁਹਾਨੂੰ ਧੋਖੇ 'ਚ ਨਹੀਂ ਰੱਖਣਾ ਚਾਹੀਦਾ ਤੁਹਾਨੂੰ ਸਿੱਧੀ ਜਿਹੜੀ ਗੱਲ ਆ ਉਹ ਦੱਸ ਦੇਣੀ ਚਾਹੀਦੀ ਆ ਮੈਨੂੰ ਥੋੜੇ ਦਿਨ ਪਹਿਲਾਂ ਵੀ ਟਿਕਟ ਮਿਲਣ ਤੋਂ ਪਹਿਲਾਂ ਵੀ ਬੁਲਾਇਆ ਗਿਆ ਤੇ ਮੈਨੂੰ ਕਿਹਾ ਗਿਆ ਵੀ ਬਿਲਕੁਲ ਕੋਈ ਪ੍ਰੋਬਲਮ ਵਾਲੀ ਗੱਲ ਨਹੀਂ ਮੈਨੂੰ ਜਿਸ ਦਿਨ ਟਿਕਟ ਅਨਾਉਂਸ ਹੋਣੀ ਸੀ ਉਸ ਦਿਨ ਵੀ ਮੈਨੂੰ ਇਸੇ ਤਰੀਕੇ ਨਾਲ ਬੁਲਾਇਆ ਗਿਆ ਵੀ ਸਵੇਰੇ ਤੈਨੂੰ 12 ਵਜੇ ਤੇਰੀ ਟਿਕਟ ਅਨਾਉਂਸ ਹੋਣੀ ਆ ਸੋ ਇਹ ਚੀਜ਼ਾਂ ਇੱਕ ਦਿਲੋਂ ਹਾਰਟ ਕਰਦੀਆਂ ਨੇ ਇੱਕ ਤੰਗ ਕਰਦੀਆਂ ਨੇ ਤੇ ਜਿਹੜੀ ਗੱਲ ਤੁਸੀਂ ਨੇ ਕਹੀ ਆ ਵੀ ਸਾਰੀਆਂ ਪਾਰਟੀਆਂ ਦੇ ਵਿੱਚ ਇਹ ਚੀਜ਼ ਚੱਲਦੀ ਆ ਮੈਂ ਬਿਲਕੁਲ ਇਹ ਗੱਲ ਅੱਜ ਵੀ ਮੈਂ ਯੂਨੀਵਰਸਿਟੀ ਲੈਵਲ ਤੋਂ ਇਹ ਚੀਜ਼ ਕਹਿ ਰਿਹਾ ਜੀ ਕਿ ਕੋਈ ਵੀ ਆਰਗੇਨਾਈਜੇਸ਼ਨ ਕੋਈ ਵੀ ਪਾਰਟੀ ਚੰਗੀ ਜਾਂ ਮਾੜੀ ਨਹੀਂ ਹੁੰਦੀ ਉਹਨੂੰ ਚਲਾਉਣ ਵਾਲੇ ਸਾਡੇ ਆਗੂ ਚੰਗੇ ਜਾਂ ਮਾੜੇ ਹੋ ਸਕਦੇ ਨੇ ਹੁਣ ਜੇ ਗੱਲ ਕਰੀਏ ਕਿ ਜਿਹੜੀ ਪਾਰਟੀ ਜਿਹੜੀ ਆਰਗੇਨਾਈਜੇਸ਼ਨ ਦਾ ਮੈਂ ਹਿੱਸਾ ਸੀ ਉਹਨੇ ਦੇਸ਼ ਨੂੰ ਆਜ਼ਾਦ ਕਰਾਉਣ ਦੇ ਵਿੱਚ ਉਹਦੀ ਕਿੱਡੀ ਵੱਡੀ ਭੂਮਿਕਾ ਰਹੀ ਬਟ ਅੱਜ ਉਹ ਬੈਕਫੁੱਟ ਤੇ ਕਿਉਂ ਜਾ ਰਹੀ ਆ ਕਿਉਂਕਿ ਸਾਡੇ ਜਿਹੜੇ ਲੀਡਰ ਨੇ ਜਿਹੜੇ ਇਹ ਪੰਜਾਬ ਨੂੰ ਲੀਡ ਕਰ ਰਹੇ ਨੇ ਉਹ ਸਾਡੀਆਂ ਜਾਤਾਂ ਪਰਖਦੇ ਨੇ ਜੀ ਉਹ ਸਾਨੂੰ ਐਂ ਦੇਖਦੇ ਨੇ ਵੀ ਇਹ ਤਕੜਾ じゃ ਇਹ ਗਰੀਬ ਆ ਜੀ ਉਹ ਸਾਨੂੰ ਸਾਨੂੰ ਖੱਤਰਾਂ ਕਹਿੰਦੇ ਨੇ ਤੇ ਆਪਦੇ ਆਪ ਨੂੰ ਆਰਬੀ ਘੋੜੇ ਕਹਿੰਦੇ ਨੇ ਤੇ ਇਹ ਜਿਹੜੀਆਂ ਚੀਜ਼ਾਂ ਨੇ ਇਹ ਮੈਨੂੰ ਲੱਗਦਾ ਕਿ ਮੇਰੇ ਪਿੱਛੇ ਹੋਰ ਬਹੁਤ ਸਾਰੇ ਨੌਜਵਾਨ ਨੇ ਯਾਨੀ ਕਿ ਜਿਨ੍ਹਾਂ ਦੇ ਉੱਤੇ ਜਿਨ੍ਹਾਂ ਦੀ ਮੈਂ ਆਵਾਜ਼ ਬਣ ਸਕਿਆ ਤਾਂ ਕਿ ਕੱਲ ਨੂੰ ਕੋਈ ਉਹਨਾਂ ਨੂੰ ਤੰਗ ਪਰੇਸ਼ਾਨ ਨਾ ਕਰ ਸਕੇ ਉਹਨਾਂ ਨੂੰ ਉਹਨਾਂ ਦੇ ਰਾਈਟ ਉਹਨਾਂ ਨੂੰ ਉਹਨਾਂ ਦੇ ਹੱਕ ਮਿਲ ਸਕਣ ਤੁਹਾਨੂੰ ਲੈ ਕੇ ਬਹੁਤ ਸਾਰੀਆਂ ਟਿੱਪਣੀਆਂ ਹੋਈਆਂ ਮੈਂ ਉਸ ਦੇ ਉੱਤੇ ਜਾਊਂਗਾ ਪਰ ਪਹਿਲਾਂ ਮੇਰਾ ਸਵਾਲ ਹੈ ਦੇਖੋ ਇੱਕ ਤੁਸੀਂ ਕਹੋ ਕਿ ਦਿਲ ਦੇ ਅੰਦਰ ਰੰਜ ਸੀ ਜਾਂ ਟੈਂਸ਼ਨ ਸੀ ਕਿ ਤੁਸੀਂ ਉਹ ਡਿਸੀਜਨ ਲਿਆ ਡਿਸੀਜਨ ਲੈਣ ਤੋਂ ਬਾਅਦ ਰਿਲੈਕਸ ਫੀਲ ਕਰ ਰਹੇ ਹੋ ਰਿਲੀਫ ਹੈ ਅੰਦਰ ਕਿ ਹਾਂ ਮੈਂ ਆਪਣੇ ਦਿਲ ਦੀ ਸੁਣ ਲਈ ਕਰ ਲਿਆ ਜੋ ਕਰਨਾ ਸੀ ਮੈਂ ਕੁਝ ਵੀ ਨਹੀਂ ਸੀ ਕਰ ਰਿਹਾ ਨਾ ਮੇਰਾ ਕੋਈ ਪਾਰਟੀ ਨੂੰ ਛੱਡਣ ਦਾ ਵਿਚਾਰ ਸੀ ਧੂਰੀ ਚ ਪੰਜ ਮੈਂ ਡਿਸਟ੍ਰਿਕਟ ਪ੍ਰੈਜ਼ੀਡੈਂਟ ਸੀ ਸਾਡੇ ਉੱਥੇ ਜ਼ਿਲ੍ਹੇ ਦੇ ਪ੍ਰੋਗਰਾਮਾਂ ਦੇ ਵਿੱਚ ਮੈਨੂੰ ਬੁਲਾਇਆ ਨਹੀਂ ਗਿਆ ਕਿਉਂਕਿ ਮੈਂ ਡਿਸਟ੍ਰਿਕਟ ਪ੍ਰੈਜ਼ੀਡੈਂਟ ਸੀ ਅਗਲਾ ਹੀ ਜਿਹੜਾ ਸਭ ਤੋਂ ਵੱਡੀ ਗੱਲ ਤਾਂ ਇਹ ਹੋਈ ਜਿਸ ਦਿਨ ਧੂਰੀ ਦਾ ਪ੍ਰੋਗਰਾਮ ਰੱਖ ਲਿਆ ਮੈਨੂੰ ਉਹਦੇ ਤੇ ਇਨਵੀਟੇਸ਼ਨ ਨਹੀਂ ਸੀ ਜਿਹੜੀ ਮੇਰੀ ਖੁਦ ਦੀ ਹੋਮ ਕੌਂਸਟੀਟੈਂਸੀ ਆ ਤੇ ਉਸ ਕਰਕੇ ਮੈਂ ਇੱਕ ਰਾਤ ਨੂੰ ਸ਼ੇਅਰ ਲਿਖਿਆ ਤੇ ਮੈਂ ਥੋੜਾ ਜਿਹਾ ਗੁੱਸੇ ਚ ਆ ਗਿਆ ਵਾਪਸ ਉਥੋਂ ਬਟ ਮੈਨੂੰ ਮਨੋ ਵੀ ਮੇਰੇ ਨਾਲ ਗੱਲ ਕਰਨ ਦੀ ਬਜਾਏ ਜਾਂ ਧੂਰੀ ਚੀ ਪ੍ਰੋਗਰਾਮ ਹੋ ਕੇ ਮੇਰੇ ਘਰੇ ਆਉਣ ਦੀ ਬਜਾਏ ਮੇਰੇ ਕੈਰੈਕਟਰ ਤੇ ਸਵਾਲੀਆ ਨਿਸ਼ਾਨ ਖੜੇ ਕਰਤੇ ਜੀ ਮੈਨੂੰ ਇੱਕ ਇੱਕ ਮਿੰਟ ਚ ਜਿਹੜਾ 2 ਦਿਨ ਪਹਿਲਾਂ ਉਸ ਬੰਦੇ ਦੀ ਕਾਰ ਤੇ ਲਾਲ ਬੱਤੀਆਂ ਲਗਵਾਉਣ ਦੀ ਗੱਲ ਕਰ ਰਹੇ ਸੀ ਤੇ ਅੱਜ ਉਹੀ ਬੰਦਾ 2 ਦਿਨਾਂ ਚ ਹੀ ਕਰਪਟ ਹੋ ਗਿਆ ਜਿਨ੍ਹਾਂ ਦੇ ਜਹਨ ਚ ਉਹਨਾਂ ਦੇ ਮੁੰਡੇ ਵਾਂਗੂ ਉਹਦਾ ਜਿਹੜਾ ਰਵਈਆ ਸੀ ਤੇ ਅੱਜ ਉਹ ਬੰਦਾ ਅ ਅੰਦਰੋਂ ਪਾਰਟੀ ਨੂੰ ਖੋਰਾ ਲਾਉਣ ਵਾਲਾ ਨਜ਼ਰ ਆ ਗਿਆ ਸੋ 3-4 ਦਿਨ ਇਹ ਜਿਹੜਾ ਮਾਹੌਲ ਚੱਲਦਾ ਰਿਹਾ ਚੱਲਦਾ ਰਿਹਾ ਚੱਲਦਾ ਰਿਹਾ ਫੇਰ ਕਿਤੇ ਜਾ ਕੇ ਜਿਹੜਾ ਮੈਂ ਕਿਸੇ ਹੋਰ ਡਿਸੀਜਨ ਤੇ ਪਹੁੰਚਿਆ ਤਾਂ ਹੀ ਮੈਂ बार-बार ਇਹ ਗੱਲ ਕਰ ਰਿਹਾ ਜਿਹੜੇ ਮੈਨੂੰ ਜਾਣਦੇ ਨੇ ਨਿੱਜੀ ਤੌਰ ਤੇ ਜਾਣਦੇ ਨੇ ਜਿਹੜੇ ਮੈਨੂੰ ਯੂਨੀਵਰਸਿਟੀ ਤੋਂ ਕਾਲਜ ਤੋਂ ਸਕੂਲ ਤੋਂ ਉਹਨਾਂ ਨੂੰ ਸਾਰਾ ਪਤਾ ਕਿ ਇਹ ਸਾਰਾ ਘਟਨਾਕਰਮ ਕਿਵੇਂ ਹੋਇਆ ਤੇ ਐਕਚੁਅਲ ਇਹਦੇ ਪਿੱਛੇ ਕੀ ਕਾਰਨ ਸੀ ਦੇਖੋ ਬਹੁਤ ਸਾਰੇ ਜਿਹੜੇ ਤੁਹਾਡੇ ਸਮਰਥਕ ਨੇ ਜਾਂ ਤੁਹਾਡੇ ਚਾਹਣ ਵਾਲੇ ਨੇ ਉਹ ਇਹ ਸਵਾਲ ਬਾਰ-ਬਾਰ ਪੁੱਛ ਰਹੇ ਨੇ ਕਿ ਚਲੋ ਤੁਸੀਂ ਕਾਂਗਰਸ ਤੋਂ ਨਰਾਜ਼ ਹੋਏ ਆਮ ਆਦਮੀ ਪਾਰਟੀ ਹੀ ਕਿਉਂ ਚੁਣੀ ਹਾਂ ਬਿਲਕੁਲ ਦੇਖੋ ਤੁਸੀਂ ਕੋਈ ਵੀ ਲੀਡਰ ਆ ਜਿਵੇਂ ਹੁਣ ਮੇਰਾ ਜਿਹੜਾ ਫੋਕਸ ਸੀਗਾ ਉਹ ਤੂਰੀ ਦੀ ਡਿਵੈਲਪਮੈਂਟ ਸੀਗੀ ਠੀਕ ਹੈ ਜਦ ਤੂਰੀ ਦੇ ਵਿੱਚ ਮੈਂ ਜਿੰਨੇ ਵੀ ਕੰਮ ਕਰਵਾਏ ਤੁਸੀਂ ਨੇ ਦੇਖਿਆ ਹੋਣਾ ਜਿਹੜਾ ਟੋਲ ਪਲਾਜ਼ਾ ਮੈਂ ਬੜੀ ਲੰਬਾ ਸੰਘਰਸ਼ ਕਰਿਆ तकरीबन 5 ਸਾਲ ਮੈਂ ਲੜਦਾ ਰਿਹਾ ਉਹ ਲੜਾਈ ਸਰਕਾਰ ਦੇ ਵਿੱਚ ਵੀ ਜਿਹੜੀ ਮੇਰੀ ਸਰਕਾਰ ਸੀ ਹਾਲਾਂਕਿ ਇਹ ਸ਼ੁਰੂ 2014 ਤੋਂ ਹੋਇਆ ਹੋਇਆ ਸੀਗਾ ਠੀਕ ਹੈ ਤੇ ਉਹਦੇ ਚ ਉਸ ਤੋਂ ਬਾਅਦ ਇਹਨਾਂ ਨੇ ਯਾਨੀ ਕਿ ਬੜੇ ਵਧੀਆ ਤਰੀਕੇ ਨਾਲ ਕਈ ਟੋਲ ਪਲਾਜ਼ੇ ਬੰਦ ਕਰੇ तकरीबन ਮੈਨੂੰ ਲੱਗਦਾ ਕਾਫੀ ਲੋਕਾਂ ਨੂੰ ਇਹਦਾ ਬੈਨੀਫਿਟ ਹੋਇਆ ਜੇ ਮੈਂ ਉਹ ਕੁਐਸਚਨ ਚੱਕਿਆ ਤਾਂ ਉਹਦੇ ਤੇ ਇੱਕ ਮੁੱਖ ਮੰਤਰੀ ਸਾਹਿਬ ਨੇ ਧਿਆਨ ਦਿੱਤਾ ਤੇ ਉਹਦੇ ਤੇ ਕੰਮ ਕਰਿਆ ਦੂਸਰੀ ਗੱਲ ਕਿ ਮੈਂ ਜਿਹੜਾ ਸਾਡਾ ਸੰਗਰੂਰ ਏਰੀਆ ਨਾ ਇਹਨੂੰ ਤੁਸੀਂ ਡਾਰਕ ਜ਼ੋਨ ਚ ਗਿਣ ਸਕਦੇ ਹੋ ਕਿ ਗਰਾਊਂਡ ਵਾਟਰ ਆ ਜਿਹੜਾ ਉਹ ਡੇ ਬਾਈ ਡੇ ਥੋੜਾ ਘਟ ਰਿਹਾ ਜਾਣਗੇ ਜੇ ਤੁਸੀਂ ਬਿਲਕੁਲ ਆਪ ਰਿਪੋਰਟਾਂ ਚੈੱਕ ਕਰੋਗੇ ਤਾਂ ਬਹੁਤ ਉਹਦੇ ਚ ਹੋਣੇ ਤਾਂ ਮੈਂ ਉਦੋਂ ਵੀ ਇਹ ਯਾਨੀ ਕਿ ਤਕਰੀਬਨ 54 ਪਿੰਡਾਂ ਦੀ ਜਿਹੜੀ ਇੱਕ ਪਲਾਨ ਬਣਾ ਕੇ ਦੇ ਕੇ ਆਇਆ ਸੀ ਬਟ ਉਹਦੇ ਤੇ ਨਹੀਂ ਹੋ ਸਕਿਆ ਹੌਪਫੁਲੀ ਬਟ ਹੁਣ ਸਾਡੇ ਏਰੀਆ ਚ ਕਾਫੀ ਵਧੀਆ ਤਰੀਕੇ ਨਾਲ ਯਾਨੀ ਕਿ ਇਹਦਾ ਤੇ ਜੇ ਮੈਂ ਸਮਝ ਲਓ ਤੁਸੀਂ ਪਾਰਟੀ ਇੱਕ ਛੱਡ ਰਹੇ ਹੋ ਜਾਂ ਦੂਸਰੀ ਪਾਰਟੀ ਜਾ ਰਹੇ ਹੋ ਤਾਂ ਮੈਨੂੰ ਲੱਗਦਾ ਵੀ ਉੱਥੇ ਜਾਣਾ ਚਾਹੀਦਾ ਜਿੱਥੇ ਤੁਸੀਂ ਆਪਦੇ ਲੋਕਾਂ ਦਾ ਕੋਈ ਕੰਮਕਾਰ ਕਰਵਾ ਸਕਦੇ ਹੋ ਉਹਨਾਂ ਦੀ ਬਾਹ ਫੜ ਸਕਦੇ ਹੋ ਹਾਲਾਂਕਿ ਜੇ ਮੈਂ ਇਹ ਚੀਜ਼ ਨਾ ਕਰਨੀ ਹੁੰਦੀ ਮੈਂ ਤਾਂ ਉਹਨਾਂ ਦੇ ਖਿਲਾਫ ਹੀ ਲੜਿਆ ਸੀਗਾ ਉੱਥੋਂ ਸੋ ਇਹ ਬਹੁਤ ਸਾਰੀਆਂ ਗੱਲਾਂ ਨੇ ਕਿ ਤੁਸੀਂ ਆਪਦੇ ਆ ਪੀ ਇਹ ਐਨਲਾਈਜ਼ ਕਰੋਗੇ ਕਿ ਜਦੋਂ ਤੁਸੀਂ ਅੱਜ ਸੁਪੋਜ਼ ਕਰੋ ਹੁਣ ਜਿਹੜੇ ਸਾਡੇ ਪਾਰਟੀ ਦੇ ਹਾਲਾਤ ਸੀ ਜੇ ਉਹਨਾਂ ਨੇ ਮੈਨੂੰ ਇਸ ਟਾਈਮ ਇੰਨਾ ਪ੍ਰੋਮਿਸ ਕਰਕੇ ਇੰਨਾ ਵਧੀਆ ਤਰੀਕੇ ਨਾਲ ਵੱਡੇ ਛੋਟੇ ਚਿਹਰਿਆਂ ਦੀ ਜਿਹੜੀ ਲੜਾਈ ਸੀਗੀ ਸੋ ਅੱਜ ਜਿਹੜਾ ਵੱਡੇ ਛੋਟੇ ਚਿਹਰਿਆਂ ਦੀ ਲੜਾਈ ਆ ਤੁਸੀਂ ਨੇ ਦੇਖਿਆ ਹੋਣਾ ਕਿ ਜਿਹੜੀ ਆਰਗੇਨਾਈਜੇਸ਼ਨ ਮੈਂ ਇੰਨਾ ਲੰਬਾ ਸਮਾਂ ਕੰਮ ਕਰਿਆ ਅੱਜ ਆਪਾਂ ਘਰੇ ਵੀ ਲੜ ਪੈਂਦੇ ਆ ਇੱਕ ਦੂਸਰੇ ਨਾਲ ਭੈਣ ਭਰਾ ਲੜਦੇ ਆ ਤਾਂ ਕੀ ਤੁਸੀਂ ਦੂਸਰੇ ਦਿਨ ਹੀ ਉਹਦੇ ਕੈਰੈਕਟਰ ਤੇ ਪਹੁੰਚ ਜਾਂਦੇ ਹੋ ਇਹ ਨਾਲ ਬੜੀ ਇੱਕ ਪਰਸਪੈਕਸ਼ਨ ਬਣਾਉਂਦੇ ਨੇ ਮਾਈਂਡ 'ਚ ਯਾਨਕਿ ਬੜੇ ਵੱਡੇ ਸੋਸ਼ਲ ਮੀਡੀਆ ਇਹਨਾਂ ਨੇ ਹਾਇਰ ਕਰਿਆ ਹੋਇਆ ਯਾਨੀ ਕਿ ਸਾਡੇ ਕੋਲ ਤਾਂ ਹੁਣ ਕੋਈ ਇਹੀ ਦੀ ਚੀਜ਼ ਹੈ ਨਹੀਂ ਮੈਂ ਤਾਂ ਆਪਦਾ ਫੇਸਬੁੱਕ ਪੇਜ ਵੀ ਖੋਦ ਚਲਾਉਣਾ ਇੰਸਟਾਗ੍ਰਾਮ ਵੀ ਖੋਦ ਚਲਾਉਣਾ ਮੈਂ ਟਵਿੱਟਰ ਵੀ ਖੋਦ ਚਲਾਉਣਾ ਇਹ ਇੱਕ ਪਰਸਪੈਕਸ਼ਨ ਬੈਲਟ ਕਰਦੇ ਨੇ ਯਾਨੀ ਕਿ ਸੋ ਜੇ ਮੇਰੀ ਪਾਰਟੀ ਇੰਨੀ ਜਲਦੀ ਹੀ ਦੋ ਦਿਨਾਂ ਜੀ ਹਾਲਾਂਕਿ ਇਹਨੇ ਮਾੜੇ ਰਵਈਏ ਵੱਲ ਚਲੀ ਗਈ ਤਾਂ ਤੁਸੀਂ ਸਮਝ ਸਕਦੇ ਹੋ ਕੀ ਬਾਕੀ ਲੋਕਾਂ ਲਈ ਉਹਨਾਂ ਦੀ ਕਿੰਨੀ ਚੰਗੀ ਰਾਏ ਹੋਊਗੀ ਮੈਂ ਪਾਰਟੀ ਦੀ ਨਹੀਂ ਗੱਲ ਕਰ ਰਿਹਾ ਮੈਂ ਪਾਰਟੀਕੂਲਰ ਇੱਕ ਦੋ ਬੰਦਿਆਂ ਦੀ ਗੱਲ ਕਰ ਰਿਹਾ ਇਹਦੇ 'ਚ ਠੀਕ ਹੈ ਜਿਹੜੀ ਸਾਰੀ ਚੀਜ਼ ਆ ਮੈਂ ਉਹ ਇੱਕ ਦੋ ਬੰਦਿਆਂ ਤੇ ਆਉਣਾ ਦੇਖੋ ਦੋ ਟਾਈਮ ਪੀਰੀਅਡ ਮੈਨੂੰ ਨਜ਼ਰ ਆ ਰਹੇ ਨੇ ਇੱਕ ਟਾਈਮ ਪੀਰੀਅਡ ਹੈ ਕਿ ਜਦੋਂ ਟਿਕਟ ਦੀ ਅਨਾਉਂਸਮੈਂਟ ਸੁਖਪਾਲ ਖਹਿਰਾ ਦੇ ਲਈ ਹੋਈ ਉਸ ਦਿਨ ਤੋਂ ਲੈ ਕੇ ਜਦੋਂ ਤੱਕ ਦਿਲਬੀਰ ਗੋਲਡੀ ਕਾਂਗਰਸ ਦੇ ਵਿੱਚ ਸੀ ਤੇ ਇੱਕ ਟਾਈਮ ਹੈ ਦਿਲਬੀਰ ਗੋਲਡੀ ਨੇ ਆਮ ਆਦਮੀ ਪਾਰਟੀ ਨੂੰ ਜੁਆਇਨ ਕਰ ਲਿਆ ਉਸ ਤੋਂ ਬਾਅਦ ਵਾਲਾ ਟਾਈਮ ਮੈਂ ਸਮਝਣਾ ਚਾਹ ਰਿਹਾ ਕਿ ਟਿਕਟ ਅਨਾਉਂਸ ਹੋਣ ਤੋਂ ਬਾਅਦ ਅ ਆਮ ਆਦਮੀ ਪਾਰਟੀ ਜੁਆਇਨ ਕਰਨ ਤੱਕ ਦਿਲਵੀਰ ਗੋਲਡੀ ਦੇ ਦਿਮਾਗ ਚ ਕੀ ਚੱਲ ਰਿਹਾ ਸੀ ਮੈਂ ਇਸ ਟਾਈਮ ਤੱਕ ਵੀ ਬਾਈ ਤੁਸੀਂ ਦੇਖਿਆ ਹੋਣਾ ਵੀ ਮੈਂ ਕੋਈ ਬਹੁਤਾ ਐਕਟਿਵ ਨਹੀਂ ਹੈਗਾ ਕਿਸੇ ਚੀਜ਼ ਤੇ ਵੀ ਅਜੇ ਮੈਂ ਉਹ ਸ਼ੌਕ ਚੋਂ ਨਹੀਂ ਨਿਕਲਿਆ ਕਿਉਂਕਿ ਇਹ ਇਹ ਕੋਈ ਛੋਟੀ ਚੀਜ਼ ਨਹੀਂ ਹੁੰਦੀ ਮੈਂ ਬੜਾ ਇਮੋਸ਼ਨਲ ਜਾਂ ਬੰਦਾ ਇਹ ਕੋਈ ਇਹ ਨਹੀਂ ਹੈਗਾ ਕਿ ਤੁਸੀਂ ਇੱਕਦਮ ਹੀ ਕੋਈ ਚੀਜ਼ ਸਵਿਚ ਕਰ ਗਏ ਜਾਂ ਕੁਝ ਹੋਰ ਕਰ ਗਏ ਬੜਾ ਔਖਾ ਸਮਾਂ ਹੁੰਦਾ ਤੇ ਮੈਂ ਕਦੇ ਵੀ ਇਹ ਨਹੀਂ ਹੈਗਾ ਵੀ ਮੈਂ ਉਹ ਆਰਗੇਨਾਈਜੇਸ਼ਨ ਨਾਲ ਕੰਮ ਕਰਿਆ ਤਾਂ ਮੈਂ ਉਹਦੇ ਬਾਰੇ ਬੁਰਾ ਬੋਲੀ ਜਾਊਂਗਾ ਮੇਰਾ ਮੋਟਿਵ ਇਹ ਆ ਕਿ ਜਿਹੜੇ ਕੁਝ ਬੰਦੇ ਇਹ ਜਿਹੇ ਨੇ ਜਿਨ੍ਹਾਂ ਨੇ ਆਪ ਹੀ ਸਾਰਾ ਸਿਸਟਮ ਦੇਖ ਲਿਆ ਵੀ ਤੂੰ ਇੱਥੋਂ ਠੀਕ ਆ ਤੂੰ ਉੱਥੋਂ ਠੀਕ ਆ ਤਾਂ ਜਿਹੜੇ ਆਉਣ ਵਾਲੇ ਨੌਜਵਾਨ ਜਿਹੜੇ ਇੱਕ ਆਮ ਘਰ ਦੇ ਮੁੰਡੇ ਨੇ ਜੀ ਯਾਨੀ ਕਿ ਜਦੋਂ ਉਹ ਅੱਗੇ ਵਧਦੇ ਨੇ ਤਾਂ ਇਹ ਬੰਦਿਆਂ ਨੂੰ ਬਹੁਤ ਪ੍ਰੋਬਲਮਸ ਹੋ ਜਾਂਦੀਆਂ ਨੇ ਠੀਕ ਹੈ ਨਾ ਕਿਉਂਕਿ ਅਸੀਂ ਖੁਦ ਮੈਂ ਤਾਂ ਜਿਹੜੀ ਕੋਸ਼ਿਸ਼ ਕਰੀ ਆ ਮੈਂ ਕਲਾਸ ਦੇ ਮਨੀਟਰ ਤੋਂ ਕਰੀਆ ਮੇਰੀ ਫੈਮਿਲੀ ਬੈਕਗਰਾਉਂਡ ਦਾ ਕੋਈ ਪੋਲੀਟੀਕਲ ਹੈ ਨਹੀਂ ਸੀ ਨਾ ਹੀ ਮੇਰੀ ਰਿਸ਼ਤੇਦਾਰੀ 'ਚ ਕੋਈ ਦੂਰ ਤੱਕ ਸਰਪੰਚੀ ਪੰਚੀ ਜਾਂ ਉਹ ਆ ਨਾਲੇ ਮੈਨੂੰ ਲੱਗਦਾ ਕਿ ਇਹ ਬਿਲਕੁਲ ਹੀ ਜਿਵੇਂ ਹੁਣ ਕੋਈ ਨੌਜਵਾਨ ਆ ਉਹ ਆਪਦੇ ਕੈਰੀਅਰ ਲਈ ਆਪਦੇ ਰੋਜ਼ਗਾਰ ਲਈ ਉਹ ਆਪਦਾ ਘਰ-ਬਾਰ ਛੱਡ ਕੇ ਫੌਰਨ ਜਾ ਰਿਹਾ ਬਾਹਰ ਜਾ ਰਿਹਾ ਬਹੁਤ ਪੰਜਾਬ ਦੀ ਇੱਕ ਕਲਚਰ ਹੀ ਬਣ ਗਿਆ ਜੀ ਆਪਾਂ ਨੂੰ ਗਦਾਰ ਕਹਿ ਦਾਂਗੇ ਵੀ ਤੂੰ ਆਪਦਾ ਦੇਸ਼ ਛੱਡ ਗਿਆ ਜਾਂ ਕੀ ਕਹਿ ਦਾਂਗੇ ਉਹਨੂੰ ਉਹਦਾ ਉਹਦਾ ਇੰਡੀਵਿਜੂਅਲ ਡਿਸੀਜਨ ਆ ਉਹ ਉਹਦੇ ਪਰਿਵਾਰ ਲਈ ਸੋਚ ਰਿਆ ਆਪਦੇ ਕੰਮ ਲਈ ਸੋਚ ਰਿਆ ਜੇ ਮੈਂ ਹੁਣ ਪੋਲੀਟੀਕਲ ਲਾਈਨ 'ਚ ਆ ਕੋਈ ਇਹ ਤਾਂ ਹੈ ਨਹੀਂ ਕਿ ਮੈਂ ਕੁਝ ਚੀਜ਼ ਗਲਤ ਕਰ ਰਿਹਾ ਜਾਂ ਕੁਝ ਮੈਨੂੰ ਲੱਗਿਆ ਕਿ ਯਾਰ ਮੈਂ ਉਧਰ ਨਹੀਂ ਉਹ ਮੇਰੀ ਗੱਲ ਸੁਣ ਰਹੇ ਨਹੀਂ ਉਹ ਮੇਰਾ ਕਿਉਂਕਿ ਮੇਰੀ ਇੱਛਾ ਤਾਂ ਕੰਮ ਕਰਨ ਦੀ ਆ ਹੁਣ ਮੈਨੂੰ ਦਿਖਾਓ ਤੁਸੀਂ ਪੂਰੇ ਹਿੰਦੁਸਤਾਨ ਚ ਵੀ ਕੋਈ ਟੋਲਪਲਾਜ਼ਾ ਦੇ ਬਰਾਬਰ ਦੀ ਕਦੇ ਕਿਸੇ ਲੀਡਰ ਨੇ ਸੜਕ ਕੜਤੀ ਹੋਵੇ ਤੇ ਬਿਨਾ ਕਿਸੇ ਪੋਲੀਟੀਕਲ ਪੈਸੇ ਤੋਂ ਜੇ ਕਿਸਾਨੀ ਮੁੱਦਾ ਹੋਇਆ ਤਾਂ ਦਿਖਾਓ ਕੋਈ ਪੰਜਾਬ ਦਾ ਲੀਡਰ ਜਾਂ ਹਿੰਦੁਸਤਾਨ ਦਾ ਲੀਡਰ ਜਿਹੜਾ ਆਪਣੇ ਪਰਿਵਾਰ ਨਾਲ ਦੋ ਵਾਰ ਪੈਦਲ ਜਾ ਕੇ ਕਿਸਾਨੀ ਮੁੱਦਿਆਂ ਤੇ ਲੜਿਆ ਹੋਵੇ ਮੈਂ ਜਿਹੜਾ ਵੀ ਮੁੱਦਾ ਚਾਹਦਾ ਇੱਕ ਮੈਂ ਛੋਟੀ ਜੀ ਐਗਜ਼ਾਮਪਲ ਦਿੰਦਾ ਸਾਡੇ ਬੇਨੜੇ ਮਾਨ ਵਾਲੇ ਪਿੰਡ ਅੱਗ ਲੱਗ ਗਈ ਕਣਕ ਨੂੰ ਮੈਂ ਤਕਰੀਬਨ 3.5 ਕੁਆਂਟਲ ਦੇ ਹਿਸਾਬ ਨਾਲ ਬਿੱਗੇ ਦੇ ਹਿਸਾਬ ਨਾਲ ਉਹਨਾਂ ਨੂੰ ਨਾਲ ਤੱਕ ਕਣਕ ਇਕੱਠੀ ਕਰਕੇ ਦਿੱਤੀ ਉਸ ਤੋਂ ਬਾਅਦ ਮੈਂ 14 ਅਜਹੀਆਂ ਛੋਟੀਆਂ ਫਾਇਰ ਬ੍ਰਿਗੇਡਾਂ ਤਿਆਰ ਕਰਾਈਆਂ ਤਾਂ ਕਿ ਉਹ ਟਰੈਕਟਰ ਨਾਲ ਕਿਸੇ ਵੀ ਖੇਤ 'ਚ ਜਾ ਕੇ ਉੱਥੇ ਮੌਕੇ ਤੇ ਅੱਗ ਤੇ ਕੰਟਰੋਲ ਕਰ ਸਕਣ ਇਹ ਬਤੌਰ ਐਮਐਲਏ ਦੇ ਇਹ ਬਤੌਰ ਐਮਐਲਏ ਦੀ ਗੱਲ ਆ ਇਹ ਜੇ ਤੁਸੀਂ ਗੱਲ ਕਰੋਗੇ ਉਸ ਤੋਂ ਬਾਅਦ ਗਰਾਊਂਡਸ ਦੀ ਸਾਡੇ 74 ਪਿੰਡ ਨੇ ਮੈਂ 64 ਗਰਾਊਂਡ ਤਿਆਰ ਕਰਾਏ ਨੌਜਵਾਨਾਂ ਦੇ ਖੇਡਣ ਲਈ ਤੇ ਨਾਲ ਮੈਂ ਦੋ ਸਿੰਡਰ ਟਰੈਕ ਤਿਆਰ ਕਰਾਏ ਤਾਂ ਕਿ ਉਦੋਂ ਉਦੋਂ ਪੁਲਿਸ ਦੀ ਭਰਤੀ ਸੀ ਬੱਚਿਆਂ ਨੂੰ ਅਲੇਦਲੇ ਇਹ ਜੀ ਫੈਸਿਲਿਟੀ ਮਿਲਦੀ ਨਹੀਂ ਸੀ ਠੀਕ ਹੈ ਠੀਕ ਹੈ ਨਾ ਤਾਂ ਮੇਰਾ ਜਿਹੜਾ ਕੰਮ ਆ ਨਾ ਮੈਂ ਪੋਲੀਟਿਕਲ ਨਾਲ ਨਾਲ ਮੇਰਾ ਕੰਮ ਆ ਸੋਸ਼ੀਅਲੀ ਮੈਂ ਕਿੰਨੇ ਲੋਕਾਂ ਦੀ ਘਰ ਦੀਆਂ ਛੱਤਾਂ ਠੀਕ ਇਹ ਨਹੀਂ ਵੀ ਮੈਂ ਕੋਈ ਬਾਲੀ ਮਾਣ ਗੱਲ ਕਰਤੀ ਮੇਰੇ ਕਹਿਣ ਦਾ ਮਤਲਬ ਵੀ ਮੈਂ ਤਾਂ ਕੰਮ ਕਰਨਾ ਉਧਰ ਨਹੀਂ ਤਾਂ ਇੱਧਰ ਤੇ ਵੀ ਮੈਂ ਤਾਂ ਮਿਹਨਤ ਹੀ ਕਰ ਰਹੀ ਆ ਮੇਰਾ ਹੋਰ ਕੋਈ ਮੋਟਿਵ ਨਹੀਂ ਇਹਦੇ ਤੋਂ ਤੁਹਾਡੇ ਬਿਆਨਾਂ ਤੋਂ ਸਮਝ ਆ ਰਿਹਾ ਕਿ ਤੁਸੀਂ ਇਹ ਕਹਿ ਰਹੇ ਹੋ ਕਿ ਇੱਕ ਆਮ ਕਰਤਾ ਜਦੋਂ ਨੌਜਵਾਨ ਅੱਗੇ ਵਧਿਆ ਜੇ ਉਹਦੇ ਨਾਲ ਕੁਝ ਹੋਇਆ ਤਾਂ ਮੈਨੂੰ ਉਹਦੀ ਆਵਾਜ਼ ਬਣਨਾ ਪਿਆ ਠੀਕ ਹੈ ਹੁਣ ਮੇਰਾ ਸਵਾਲ ਇਹ ਹੈ ਕਾਂਗਰਸ ਦੇ ਆਗੂ ਕਹਿੰਦੇ ਨੇ ਕਿ ਤੁਸੀਂ ਗਿਣਤੀ ਕਰਕੇ ਦੱਸੋ ਕਿ ਕਿਹੜਾ ਅਜਿਹਾਂ ਲੀਡਰ ਹੈ ਦੇਸ਼ ਦੇ ਵਿੱਚ ਜਿਹੜਾ 40-42 ਸਾਲ ਦਾ ਹੋਵੇ ਇੰਨੀ ਯੰਗ ਏਜ ਦੇ ਵਿੱਚ ਕਾਂਗਰਸ ਵਰਗੀ ਪਾਰਟੀ ਇਹਨਾਂ ਨੂੰ ਤਿੰਨ ਵਾਰੀ ਟਿਕਟ ਦੇ ਦਿੱਤੀ ਉਹ ਹਾਂ ਬਿਲਕੁਲ 117 ਬੰਦਿਆਂ ਨੂੰ ਮਿਲਦੀ ਆ ਇਹ ਕੋਈ ਇਹ ਨਹੀਂ ਹੁੰਦਾ ਵੀ ਯਾਨੀ ਕਿ ਤੁਹਾਨੂੰ ਕੋਈ ਟਿਕਟ ਦੇਤੀ ਯਾਨੀ ਕਿ ਤੁਸੀਂ ਨੇ ਉਹ ਕਰਤਾ ਫਿਰ ਐਤਕੀ ਵੀ ਮੈਨੂੰ ਟਿਕਟ ਦੇ ਦਿੰਦੇ ਜੇ ਆਹੀ ਗੱਲ ਸੀਗੀ ਫਿਰ ਮੈਨੂੰ ਬਾਏ ਇਲੈਕਸ਼ਨ ਕਿਉਂ ਲੜਾਈ ਨਹੀਂ ਦੇਖੋ ਟਿੱਪਣੀਆਂ ਕੀ ਹੁੰਦੀਆਂ ਕਹਿੰਦੇ ਕਿ ਅਸੀਂ ਜ਼ਮਾਨਤਾਂ ਜ਼ਬਤ ਕਰਵਾਉਣ ਦੀ ਰਜਿਸਟਰੀ ਤਾਂ ਕਰਵਾਈ ਨਹੀਂ ਤੇ ਬਾਰ-ਬਾਰ ਦਲਬੀਰ ਗੋਲਡੀ ਨੂੰ ਇਹ ਟਿੱਪਣ ਉਹੀ ਬੰਦਾ ਜਿਹਨੂੰ ਟਿਕਟ ਦਿੱਤੀ ਆ ਉਹਨੂੰ 30000 ਮਿਲ ਰਹੀ ਆ ਹੂੰ ਬਟੰਡੇ ਦੇ ਵਿੱਚ ਆਹੀ ਬੰਦਾ ਜਿਹਨੂੰ 80000 ਮਿਲ ਰਹੀ ਆ ਦੋਨਾਂ ਦਾ ਕੰਪੈਰੀਜ਼ਨ ਕਰ ਲੈਂਦੇ ਜੇ ਤਾਂ ਉਹਨੂੰ 30000 ਵਾਲੇ ਨੂੰ ਦੇਣੀ ਆ ਫਿਰ ਤਾਂ ਜਾਦੇ ਵਧੀਆ ਗੱਲ ਆ ਜੇ ਇਧਰ 80000 ਵਾਲੇ ਨੂੰ ਟਿਕਟ ਦੇਣੀ ਆ ਤਾਂ ਜਾਦੇ ਇਹ ਤਾਂ ਗੱਲਾਂ ਯਾਨੀ ਕਿ ਉਹੀ ਤਾਂ ਗੱਲ ਆ ਕਿੱਥੇ ਇਹਨਾਂ ਨੂੰ ਚਾਹੀਦਾ ਸੀ ਵੀ ਉਹ ਸਾਡੇ ਘਰ ਦਾ ਛੋਟਾ ਬੱਚਾ ਅਸੀਂ ਉਹਨੂੰ ਜਾ ਕੇ ਮਨਾਵਾਂਗੇ ਇਹ ਕਿਹੜੀ ਗੱਲ ਆ ਸਾਡਾ ਟੱਬਰ ਆ ਸਾਡੇ ਤੋਂ ਬਾਹਰ ਕਿਵੇਂ ਚਲਾ ਜਾਊਗਾ ਮਨਾਣ ਆਏ ਨਹੀਂ ਤੁਸੀਂ ਮੰਨੇ ਨਹੀਂ ਨੇ ਕੀ ਦੱਸੋ ਤਾਂ ਅਸੀਂ ਰਾਜਾ ਵੜਿੰਗ ਤੇ ਸੁਖਪਾਲ ਖੇੜਾ ਤੁਹਾਡੇ ਕੋਲ ਨਹੀਂ ਆਏ ਤੁਹ ਜਦੋਂ ਸੋਬਾਲ ਉਸ ਅਗੈਂਡੇ ਕਿ ਮੈਂ ਉੱਥੇ ਗਿਆ ਮੇਰੇ ਨਾਲ ਬਹੁਤ ਵਧੀਆ ਗੱਲ ਕੀਤੀ ਮੇਰੀ ਚੋਣ ਕੈਂਪੇਨ ਦਾ ਆਗਾਜ਼ ਕੀਤਾ ਦਿਲਜੀਤ ਗੋਲਦੀ ਨੇ ਉਸ ਤੋਂ ਬਾਅਦ ਬਦਲ ਤੁਸੀਂ ਪੂਰਾ ਚੀਜ਼ ਸਿਨੈਰੀਓ ਦੇਖੋ ਇਹਨਾਂ ਨੂੰ ਟਿਕਟ ਅਨਾਉਂਸ ਹੋਇਆ ਮੈਂ ਇੱਕ ਵੀਡੀਓ ਬਣਾ ਕੇ ਪਾਈ ਆ ਆਪਣੇ ਫੇਸਬੁੱਕ ਤੇ ਕਿ ਯਾਰ ਵੱਡੇ ਛੋਟੇ ਲੀਡਰ ਦਾ ਕੀ ਫਰਕ ਹੁੰਦਾ ਠੀਕ ਹੈ ਨਾ ਉਸ ਤੋਂ ਬਾਅਦ ਮੈਂ ਇਹਨਾਂ ਨੂੰ ਬੁਲਾਇਆ ਮੇਰੀ ਮੇਰੀ ਉਹ ਵੀਡੀਓ ਸੁਣਿਓ ਵੀ ਕੱਲ ਨੂੰ ਤੁਸੀਂ ਆ ਜਾਓ ਮੈਂ ਬੁਲਾਇਆ ਇਹ ਨਹੀਂ ਆਏ ਮੈਂ ਤੁਸੀਂ ਬੁਲਾਇਆ ਉੱਥੇ ਆ ਮੈਂ ਬੁਲਾਇਆ ਤੇ ਉੱਥੇ ਖੜ ਕੇ ਇਹਨਾਂ ਨੇ ਬਿਲਕੁਲ ਇਹ ਬਕਾਇਦਾ ਕਿਹਾ ਵੀ ਯਾਰ ਇਹ ਚੀਜ਼ ਸਾਡੇ ਤੋਂ ਗਲਤ ਹੋ ਗਈ ਮੈਂ ਇਹਨਾਂ ਨੂੰ ਸਿਰਫ ਇੰਨਾ ਹੀ ਕਹਿ ਰਿਹਾ ਸੀ ਕਿ ਵੀ ਮੈਨੂੰ ਦੱਸ ਦੋ ਤੁਸੀਂ ਇਹ ਚੀਜ਼ ਕੱਲੀ ਟਿਕਟ ਦਾ ਰੋਲਾ ਨਹੀਂ ਟਿਕਟ ਦਾ ਕੀ ਆ 117 ਬੰਦੇ ਲੜਦੇ ਨੇ ਉਹਦੇ ਚੋਂ ਕਿੰਨੇ ਜਿੱਤਦੇ ਨੇ ਕਿੰਨੇ ਹਾਰਦੇ ਨੇ ਹਰੇਕ ਪਾਰਟੀ ਚ ਹੀ 117 ਬੰਦੇ ਲੜਦੇ ਨੇ ਕਿੰਨੇ ਜਿੱਤਦੇ ਨੇ ਕਿੰਨੇ ਹਾਰਦੇ ਨੇ 나ਹੀਂ ਮੇਰੇ ਨਾਲ ਕੋਈ ਬਾਲਾ ਫਰਕ ਪੈਣਾ ਚਲੋ ਜੇ ਮੈਂ ਕੋਈ ਐਡਾ ਬਾਲਾ ਫਰਕ ਨਹੀਂ ਸੀ ਪਾ ਰਿਹਾ ਜਾਂ ਮੈਂ ਕੋਈ ਜਮਾਨਤ ਜਬਤ ਕਰਾਉਣ ਵਾਲਾ ਬੰਦਾ ਸੀ ਤਾਂ ਅੱਜ ਫਿਰ ਸਿਰਫ ਸਪੀਚਾਂ ਦੇ ਵਿੱਚ ਮੀਤ ਹੇਰ ਨੂੰ ਭੁੱਲ ਕੇ ਦਲਵੀਰ ਸਿੰਘ ਗੋਲਡੀ ਹੀ ਕਿਉਂ ਯਾਦ ਆਉਂਦਾ ਸਪੀਚ ਸ਼ੁਰੂ ਦਲਵੀਰ ਸਿੰਘ ਗੋਲਡੀ ਤੋਂ ਹੁੰਦੀ ਆ ਖਤਮ ਦਲਵੀਰ ਸਿੰਘ ਗੋਲਡੀ ਤੇ ਹੁੰਦੀ ਆ ਤੁਹਾਡੇ ਕਾਂਗਰਸ ਛੱਡਣ ਤੋਂ ਬਾਅਦ ਹੋਇਆ ਹਾਂ ਬਿਲਕੁਲ ਤੇ ਮੈਨੂੰ ਇਹ ਨਹੀਂ ਸਮਝ ਆਉਂਦੀ ਵੀ ਠੀਕ ਆ ਤੇ ਤੁਸੀਂ ਇਹਦੇ ਵਿੱਚ ਕੀ ਗੱਲ ਹੋ ਗਈ ਯਾਰ ਮੇਰਾ ਮੇਰਾ ਹੀ ਡਿਸੀਜਨ ਸੀ ਮੈਂ ਇਧਰ ਲੈ ਲਿਆ ਤੁਸੀਂ ਇੱਕ ਭੰਡ ਕੀ ਵੋਟਾਂ ਲੈਣੀਆਂ ਚਾਹੁੰਦੇ ਹੋ ਨੈਗੇਟਿਵ ਰਾਜਨੀਤੀ ਕਰਨੀ ਚਾਹੁੰਦੇ ਹੋ ਹਮੇਸ਼ਾ ਹੀ ਇਨੇਕਟਿਵ ਰਾਜਨੀਤੀ ਕਰਨੀ ਆਪਾਂ ਨੇ ਕਦੇ ਆਪਾਂ ਮੁੱਦਿਆਂ ਤੇ ਲੜਾਈ ਨਹੀਂ ਲੜ ਸਕਦੇ ਇੱਥੇ ਇਹਨਾਂ ਨੂੰ ਹੋਣਾ ਚਾਹੀਦਾ ਸੁਪਾਲ ਖੈਰਾ ਆਪਦੇ ਵਿਜ਼ਨ ਦੀ ਗੱਲ ਕਰਨ ਨਾ ਦਸਨ ਬੀਮਾ ਸੰਗਰੂਰ ਜ਼ਿਲ੍ਹੇ ਲਈ ਇਹ ਕੰਮ ਕਰੂੰਗਾ ਕਿਉਂ ਨਹੀਂ ਉਹ ਕਿਉਂ ਸਾਰਾ ਦਿਨ ਦਲਵੀਰ ਰੜਏ ਆ ਜੀ ਇਹ ਮਾੜਾ ਜੀ ਇਹ ਚੰਗਾ ਜੀ ਤਾਂ ਉਹੀ ਦਲਵੀਰ ਸੀਗਾ ਜਿਹੜਾ ਇਹਨਾਂ ਨਾਲ ਕੰਮ ਕਰ ਰਿਹਾ ਸੀਗਾ ਉਹੀ ਦਲਵੀਰ ਸੀਗਾ ਜਿਹੜਾ ਇਹਨਾਂ ਦਾ ਜ਼ਿਲ੍ਹਾ ਪ੍ਰਧਾਨ ਸੀਗਾ ਉਹੀ ਦਲਵੀਰ ਸੀਗਾ ਠੀਕ ਹੈ ਨਾ ਜੀ ਸੋ ਇਹ ਸਾਰੇ ਮੈਂ ਤੁਰ ਕੇ ਪੈਦਲ ਕਿਸਾਨੀ ਦੇ ਮਸਲੇ ਤੇ ਦੋ ਵਾਰ ਦਿੱਲੀ ਗਿਆ ਮੇਰੀ ਇੱਕ ਵੀ ਪੋਸਟ ਦਿਖਾ ਦਿਓ ਕਿਸੇ ਸਾਡੇ ਪੇਜ ਤੋਂ ਪਈ ਹੋਵੇ ਠੀਕ ਹੈ ਨਾ ਜੀ ਇਹ ਸਾਰੀਆਂ ਚੀਜ਼ਾਂ ਤੇ ਨਾਲ ਇੱਕ ਹੋਰ ਗੱਲ ਜੇ ਮੈਂ ਉਧਰ ਮਿਹਨਤ ਕਰਕੇ ਜਿੱਤਿਆ ਤਾਂ ਸਰਕਾਰ ਬਣਾਉਣ ਚ ਵੀ ਉਹੀ ਸੀਟ ਦਾ ਮਹੱਤਵਤਾ ਹੋਈ ਨਾ ਉਹੀ ਗਣ ਕੇ ਸਾਰੇ ਇਕੱਠੇ ਹੋ ਕੇ ਮੈਂ ਉਹਦੀ ਪਾਰਟੀ ਬਾਰੇ ਨਹੀਂ ਕੁਝ ਮਾੜਾ ਚੰਗਾ ਬੋਲ ਰਿਹਾ ਮੈਂ ਇਹ ਬੰਦਿਆਂ ਦੀਆਂ ਗੱਲਾਂ ਦਾ ਜਵਾਬ ਦੇ ਰਿਹਾ ਮੈਂ ਤੁਹਾਡੇ ਬਿਆਨ ਤੇ ਵੀ ਸਮਝ ਰਿਹਾ ਕਿ ਤੁਹਾਨੂੰ ਜ਼ਿਆਦਾ ਪ੍ਰੋਬਲਮ ਸੁਖਪਾਲ ਖਹਿਰਾ ਤੋਂ ਤੁਸੀਂ ਤੁਸੀਂ ਆਪ ਦੱਸੋਗੇ ਜੇ ਸੁਖਪਾਲ ਖਹਿਰਾ ਦੀ ਥਾਂ ਕੋਈ ਹੋਰ ਟਿਕਟ ਲੈ ਜਾਂਦਾ ਮੇਨ ਪ੍ਰੋਬਲਮ ਕਿੱਥੇ ਤੁਹਾਨੂੰ ਕਿਹੜੀ ਗੱਲ ਚੁਭੀ ਹੈ ਉਹ ਸਮਝਾਓ ਲੋਕਾਂ ਨੂੰ ਕਿ ਕਿਹੜੀ ਗੱਲ ਤੁਹਾਨੂੰ ਚੁਭ ਗਈ ਟਿਕਟ ਦੀ ਤਾਂ ਗੱਲ ਹੀ ਨਹੀਂ ਟਿਕਟ ਦੀ ਤਾਂ ਗੱਲ ਹੀ ਖਤਮ ਹੋ ਗਈ ਵੀ ਤੁਹਾਨੂੰ ਸੁਖਪਾਲ ਖਹਿਰਾ ਦੀ ਐਂਟਰੀ ਨਾਲ ਪ੍ਰੋਬਲਮ ਹੋਈ ਜਾਂ ਤੁਹਾਨੂੰ ਤੁਸੀਂ ਦੇਖ ਇੱਕ ਲਾਰੇ ਚ ਰੱਖਿਆ ਤੁਸੀਂ ਦੇਖੋ ਕਿ ਤੁਸੀਂ ਜ਼ਿਲ੍ਹਾ ਪ੍ਰਧਾਨ ਹੋ ਤੁਹਾਨੂੰ ਕਿਸੇ ਵੀ ਪ੍ਰੋਗਰਾਮ ਚ ਨਹੀਂ ਬੁਲਾਇਆ ਜਾ ਰਿਹਾ ਹੂੰ ਅੱਛਾ ਇਹ ਗੱਲ ਪਹਿਲਾਂ ਟਿਕਟ ਤੋਂ ਪਹਿਲਾਂ ਤੋਂ ਬਾਅਦ ਦੀ ਗੱਲ ਹੈ ਟਿਕਟ ਤੋਂ ਬਾਅਦ ਦੀ ਗੱਲ ਜਦੋਂ ਮੈਂ ਉਹਨਾਂ ਨੂੰ ਘਰੇ ਆ ਕੇ ਸਮਰਥਨ ਦੇ ਵੀ ਦਿੱਤਾ ਉਸ ਤੋਂ ਬਾਅਦ ਹੀ ਪਏ ਤੇ ਉਦੋਂ ਵਾਰ ਪੰਜ ਪ੍ਰੋਗਰਾਮ ਤੁਸੀਂ ਕਰਵਾਏਗੇ ਨੇ ਬਤੌਰ ਜ਼ਿਲ੍ਹਾ ਪ੍ਰਧਾਨ ਮੈਂ ਤਾਂ ਲੋਕ ਸਭਾ ਲੜਿਆ ਹਾਂ ਮੈਨੂੰ ਤਾਂ ਉਹ ਕਾਰਜੋਂ ਉਤਾਰ ਦੇਈ ਨਾ ਮੈਂ ਤਾਂ ਨੌਂ ਦੀਆਂ ਨੌਂ ਵਿਧਾਨ ਸਭਾ ਚ ਉਹਨਾਂ ਨਾਲ ਜਾਣਾ ਸੀਗਾ ਬਿਲਕੁਲ ਜੇ ਕੰਮ ਲੈਣਾ ਸੀ ਉਹਨਾਂ ਨੇ ਮੇਰੇ ਤੋਂ ਜੀ ਤਾਂ ਉਹਨਾਂ ਮੈਨੂੰ ਇਗਨੋਰ ਕਰਨ ਦੀ ਕੀ ਜ਼ਰੂਰਤ ਸੀਗੀ ਫਿਰ ਤੁਸੀਂ ਜੇ ਤੁਹਾਡਾ ਬੰਦਾ ਤੁਹਾਡੇ ਨਾਲ ਚੱਲ ਰਿਹਾ ਤੁਸੀਂ ਉਹਦੇ ਧੂਰੀ ਹੋਮ ਕੰਸਟੀਟੂਐਂਸੀ ਚ ਉਹਦੇ ਪ੍ਰੋਗਰਾਮ ਰੱਖ ਕੇ ਉਹਨੂੰ ਬੁਲਾ ਨਹੀਂ ਰਹੇ ਤੇ ਸਵੇਰੇ ਇੱਕ ਮੈਸੇਜ ਦਿਖਾ ਰਹੇ ਹੋ ਵੀ ਮੈਂ ਜੀ ਸਵੇਰੇ 10 ਵਜੇ ਮੈਸੇਜ ਕਰਿਆ ਹੁਣ ਜੇ ਤੁਸੀਂ 11 ਵਜੇ ਪ੍ਰੋਗਰਾਮ ਰੱਖਦੇ ਹੋ ਤਾਂ ਉਹਨੂੰ ਇੱਕ ਘੰਟਾ ਪਹਿਲਾਂ ਤੁਸੀਂ ਦੱਸ ਰਹੇ ਹੋ ਕਿਉਂ ਨਹੀਂ ਉਸ ਦਿਨ ਸੁਖਪਾਲ ਸਿੰਘ ਖੈਰਾ ਮੇਰੇ ਘਰੇ ਆ ਗਏ ਆ ਜਾਂਦੇ ਵੀ 10 ਛੋਟੇ ਵੀਰ ਤੈਨੂੰ ਕਿਸ ਚੀਜ਼ ਦੀ ਨਾਰਾਜ਼ਗੀ ਆ ਵੀ ਕੋਈ ਗੱਲ ਨਹੀਂ ਕੋਈ ਮਨਾਉਣ ਦੀ ਕੋਸ਼ਿਸ਼ ਮਨਾਉਣ ਦੀ ਵੀ ਗੱਲ ਛੱਡੋ ਯਾਰ ਜਿੱਥੇ ਤੁਹਾਡੀ ਕਦਰ ਹੀ ਨਹੀਂ ਬਈ ਜੀ ਤੁਹਾਨੂੰ ਤਾਂ ਕੇਦੇ ਦੇ ਬਾਹਰ ਕੱਢ ਰਹੇ ਨੇ ਤੁਹਾਨੂੰ ਤਾਂ ਕੇਦੇ ਦੇ ਬਾਹਰ ਕੱਢ ਰਹੇ ਨੇ ਠੀਕ ਹੈ ਨਾ ਨਿੱਕੇ ਮੋٹے ਸਰਪੰਚ ਇਹਨਾਂ ਦੀਆਂ ਗੱਲਾਂ ਨੇ ਜਿਹੜੀਆਂ ਮੈਂ ਤਾਂ ਹਜੇ ਕੋਈ ਉਹੋ ਜਿਹਾ ਐਲੀਗੇਸ਼ਨ ਲਾਏ ਨਹੀਂ ਹੈਗੇ ਮੈਂ ਤਾਂ ਸਿਰਫ ਇਹਨਾਂ ਦੀ ਗੱਲ ਦਾ ਜਵਾਬ ਦੇ ਰਿਹਾ ਤੇ ਨਾ ਹੀ ਮੈਂ ਇਹਨਾਂ ਦੇ ਅਗੇਂਸਟ ਬੋਲਣਾ ਮੇਰਾ 20 ਸਾਲ ਦਾ ਪੋਲੀਟੀਕਲ ਕੈਰੀਅਰ ਆ ਮੈਂ ਅੱਜ ਤੱਕ ਕਿਸੇ ਦੇ ਅ ਮੈਂ ਮੁੱਖ ਮੰਤਰੀ ਸਾਹਿਬ ਦੇ ਸਾਹਮਣੇ ਇਲੈਕਸ਼ਨ ਲੜੀ ਮੈਂ ਕਦੇ ਉਹਨਾਂ ਨੂੰ ਮਾੜਾ ਨਹੀਂ ਬੋਲਿਆ ਮੈਂ ਉਹਨਾਂ ਨੂੰ ਹਮੇਸ਼ਾ ਸੁਝਾਅ ਦਿੰਦਾ ਰਿਹਾ ਵੀ ਆਹ ਚੀਜ਼ ਕਰਕੇ ਆਪਣਾ ਬੈਨੀਫਿਟ ਹੋ ਸਕਦਾ ਮੈਂ ਅੱਜ ਤੱਕ ਕਦੇ ਨੈਗੇਟਿਵ ਨਹੀਂ ਬੋਲਿਆ ਬਟ ਜਿਹੜੇ ਇਹ ਬੰਦੇ ਯਾਨੀ ਕਿ ਮੇਰੇ ਕਹਿਣ ਦਾ ਮਤਲਬ ਵੀ ਤੁਸੀਂ ਹਾਰਡ ਟਾਈਮ ਜਿੰਨਾਂ ਦੇ ਨਾਲ ਰਹੇ ਨੇ ਉਹ ਕਿ ਇੱਕ ਰਾਤ ਦੇ ਵਿੱਚ ਹੀ ਤੁਹਾਡੇ ਵਿਚਾਰ ਚੇਂਜ ਹੋ ਜਾਂਦੇ ਨੇ ਇਹੀ ਤਾਂ ਇਹੀ ਇਹੀ ਰਾਜਨੀਤੀ ਤੂੰ ਤਾਂ ਲੋਕ ਪਰੇਸ਼ਾਨ ਨੇ ਹੁਣ ਇਹ ਸੁਖਪਾਲ ਖਹਿਰਾ ਸਾਹਿਬ 97 ਤੋਂ ਪਹਿਲਾਂ ਤਾਂ ਇਹ ਅਕਾਲੀ ਦਲ ਦੇ ਨਾਲ ਸੀਗੇ ਉਸ ਤੋਂ ਬਾਅਦ ਫਿਰ ਇਹ ਕਾਂਗਰਸ 'ਚ ਆ ਗਏ ਪੇਰੋਦੂ ਆਦ ਇਹਨਾਂ ਨੇ ਛੱਡ ਕੇ ਬਠਿੰਡੇ ਤੋਂ ਆਪ ਦਾ ਅਲੱਗ ਫਰੰਟ ਤਿਆਰ ਕਰਿਆ 8-9 ਬੰਦਿਆਂ ਨਾਲ ਲੈ ਕੇ ਫਿਰ ਫਿਰ ਆਮ ਆਦਮੀ ਸੀਗੇ ਫਿਰ ਹੁਣ ਫਿਰ ਕਾਂਗਰਸ 'ਚ ਆ ਗਏ ਤੇ ਤੁਸੀਂ ਕਦੇ ਵੀ ਦੇਖ ਲਿਓ ਰਾਹੁਲ ਗਾਂਧੀ ਜੀ ਬਾਰੇ ਇਹਨਾਂ ਦੇ ਵਿਚਾਰ ਕੀ ਨੇ ਸੋਸ਼ਲ ਮੀਡੀਆ ਤੇ ਵੀਡੀਓ ਪਈਆ ਰਾਜਾ ਬੜਿੰਗ ਜੀ ਬਾਰੇ ਇਹਨਾਂ ਦੇ ਵਿਚਾਰ ਕੀ ਨੇ ਕੈਪਟਨ ਅਮਰਿੰਦਰ ਸਿੰਘ ਜੀ ਬਾਰੇ ਇਹਨਾਂ ਦੇ ਕੀ ਵਿਚਾਰ ਨੇ ਤਾਂ ਜਿੰਨਾ ਬਾਰੇ ਵੀ ਯਾਨੀ ਕਿ ਇਹ ਜਨਨਾਂ ਨਾਲ ਰਹਿੰਦੇ ਨੇ ਉਹਨਾਂ ਦੇ ਉਹਨਾਂ ਦੇ ਬਾਰੇ ਵਿਚਾਰ ਸੁਣੇ ਹੋਏ ਤਾਂ ਆਨਲਾਈਨ ਆ ਨਾ ਮੇਰਾ ਕੋਈ ਅਜਾ ਵਿਚਾਰ ਕੱਢ ਕੇ ਦਿਖਾ ਦਿਓ ਕਿਸੇ ਦੇ ਉਲਟ ਹੋਵੇ ਠੀਕ ਹੈ ਚਲੋ ਮੈਂ ਉਸੇ ਉਸੇ ਗੱਲ ਦੇ ਉੱਤੇ ਆਉਣਾ ਜਦੋਂ ਤੁਸੀਂ ਛੱਡ ਦਿੱਤੀ ਤਾਂ ਫਿਰ ਅਰਬੀ ਘੋੜੇ ਖਚਰਾ ਇਸ ਤਰੀਕੇ ਦਾ ਜ਼ਿਕਰ ਹੋਣਾ ਸ਼ੁਰੂ ਹੋ ਗਿਆ ਆਹਤ ਹੋਏ ਇਸ ਚੀਜ਼ ਦੇ ਨਾਲ ਗੱਲ ਹੋਈ ਕਹਿੰਦੇ ਕਿ ਦਲਵੀਰ ਗੋਲਡੀ ਇੱਕ ਅਜਿਹੀ ਫੈਮਿਲੀ ਤੋਂ ਆਉਂਦਾ ਹੈ ਜਿਨ੍ਹਾਂ ਦੇ ਪਿਤਾ ਜੀ ਇੱਕ ਮਹਿਕਮੇ ਦੇ ਵਿੱਚ ਇਨਸਪੈਕਟਰ ਦੀ ਨੌਕਰੀ ਕਰਦੇ ਸੀ ਕਾਂਗਰਸ ਨੇ ਉਹਨਾਂ ਨੂੰ ਮੌਕਾ ਦਿੱਤਾ ਇੰਨਾ ਵੱਡਾ ਬਣਾ ਦਿੱਤਾ ਅੱਜ ਉਹ ਕਾਂਗਰਸ ਨੂੰ ਗੱਲਾਂ ਸੁਣਾ ਰਿਹਾ ਹੈ ਪਾਰਟੀ ਛੱਡ ਗਿਆਂਗੇ ਮੇਰਾ ਬਾਪ ਮੇਰੇ ਲਈ ਰੱਬਾ ਪਾਰਟੀਆਂ ਮੈਟਰ ਨਹੀਂ ਕਰਦੀਆਂ ਪਹਿਲਾ ਮੈਂ ਇੱਕ ਮੁੰਡਾ ਮੈਂ ਇੱਕ ਭਰਾ ਮੈਂ ਇੱਕ ਹਸਬੈਂਡ ਹ ਮੇਰੇ ਰਿਸ਼ਤੇ ਨੇ ਕਿ ਤੁਸੀਂ ਕਹਿੰਦੇ ਹੋ ਇਹ ਪਾਰਟੀ ਨਾਲ ਰਹਿ ਜਿਹੜੀ 20 ਸਾਲ ਜਿੰਨਾਂ ਲਈ ਮੈਂ ਕੰਮ ਕਰਿਆ ਉਹ ਮੈਨੂੰ ਅੱਜ ਖੱਤਰ ਦੱਸਦੇ ਨੇ ਉਹਨਾਂ ਨੂੰ 20 ਸਾਲ ਨਹੀਂ ਸੀ ਪਤਾ ਵੀ ਇਹ ਖੱਤਰ ਆ ਜਾਂ ਘੋੜਾ ਇਹ ਕਿ ਐ ਇੰਨੀ ਤੁਹਾਡੀ ਹੰਕਾਰ ਵੜ ਗਿਆ ਤੁਹਾਡੇ ਚ ਪੈਸੇ ਦਾ ਤੁਸੀਂ ਆਪਦੇ ਆਪ ਨੂੰ ਅਰਬੀ ਘੋੜਾ ਦੱਸ ਰਹੇ ਹੋ ਤੇ ਉਹ ਬੰਦਾ ਸੀਐਲਪੀ ਲੀਡਰ ਆ ਕਦੇ ਤੁਸੀਂ ਨਸਲਾਂ ਦੀ ਗੱਲ ਕਰਦੇ ਹੋ ਅੱਜ ਤੁਸੀਂ ਮੈਨੂੰ ਦੱਸੋ ਵੀ ਤੁਸੀਂ ਆਜ਼ਾਦ ਹੈਗੇ ਹੋ ਅੱਜ ਆਪਾਂ ਆਜ਼ਾਦੀ ਮਨਾ ਰਹੇ ਹਾਂ ਕਿ ਆ ਤੁਸੀਂ ਆਜ਼ਾਦ ਹੈਗੇ ਹੋ ਇੱਕ ਤਰ੍ਹਾਂ ਦੀ ਤੁਹਾਡੀ ਕਾਸਟ ਤੇ ਗੱਲ ਹੋ ਰਹੀ ਆ ਤੁਹਾਡਾ ਬਾਪ ਛੋਟੀ ਨੌਕਰੀ ਕਰਦਾ ਕਿ ਉਹ ਬੰਦਾ ਨਹੀਂ ਉਹਨੇ ਮੈਨੂੰ ਪੜਾਇਆ ਲਿਖਾਇਆ ਨਹੀਂ ਮੈਂ ਯੂਨੀਵਰਸਿਟੀ ਦਾ ਪ੍ਰੈਜ਼ੀਡੈਂਟ ਰਹਾ ਪੰਜਾਬ ਯੂਨੀਵਰਸਿਟੀ ਦੀ ਇਹ ਗੱਲ ਹੋਰ ਕੀ ਕਿ ਤੁਹਾਡੇ ਫਾਦਰ ਦਾ ਜ਼ਿਕਰ ਆ ਕਮਾਲ ਆ ਮੇਰੇ ਲਈ ਸਭ ਤੋਂ ਵੱਡੀ ਗੱਲ ਹੈ ਹੀ ਮੇਰਾ ਬਾਪ ਆ ਇਹ ਕੌਣ ਨੇ ਮੇਰੇ ਬਾਪ ਬਾਰੇ ਬੋਲਣ ਵਾਲੇ ਨਾਲੇ ਮੈਂ ਉਹਨਾਂ ਨੂੰ ਦਿਖਾ ਦੂੰਗਾ ਵੀ ਕਿਹੜੀਆਂ ਗੱਲਾਂ ਨੇ ਯਾਰ ਤੁਸੀਂ ਮੈਨੂੰ ਦੱਸੋ ਕੋਈ ਐਡੇ ਵੱਡੇ ਬੰਦੇ ਦੀ ਗੱਲਾਂ 'ਚੋਂ ਸ਼ੋਭਦਾ ਵੀ ਤੂੰ ਖੱਤਰ ਆ ਅਸੀਂ ਘੋੜੇ ਆ ਇਹ ਕੀ ਗੱਲਾਂ ਨੇ ਯਾਰ ਤੁਸੀਂ نسلਾਂ ਤੇ ਗੱਲ ਕਰਦੇ ਹੋ ਬਾਪ ਛੋਟਾ ਇਹਨਾਂ ਇਹ ਤਾਂ ਬਹੁਤ ਤਕੜੇ ਬੰਦੇ ਨੇ ਇਹਨਾਂ ਕੋਲ ਤਾਂ 5-5 ਕਨਾਲ ਦੀਆਂ ਇੱਥੇ ਚੰਡੀਗੜ੍ਹ ਚ ਕੋਠੀਆਂ ਨੇ ਖੈਰਾ ਸਾਹਿਬ ਦੀ ਵੀ ਬਾਜਵਾ ਸਾਹਿਬ ਦੀ ਵੀ ਇਹਨਾਰੇ ਬੱਚਿਆਂ ਨੂੰ ਮੇਰੇ ਬਰਾਬਰ ਬਿਠਾਓ ਤਾਂ ਸਹੀ ਯਾਰ ਮੇਰੀ ਐਜੂਕੇਸ਼ਨ ਨਾਲ ਮੈਚ ਕਰੋ ਇਹਨਾਂ ਦਾ ਮੈਨੂੰ ਕੋਈ ਫਿਜ਼ੀਕਲੀ ਟੈਸਟ ਕਰਨਾ ਚਾਹੁੰਦੇ ਨੇ ਮੇਰਾ ਉਹ ਕਰੋ ਠੀਕ ਹੈ ਨਾ ਜਿਹੜੀ ਫਿਲਮਾਂ ਚ ਇਹ ਸੋਚਦੇ ਨੇ ਵੀ ਇਹ ਆ ਜਾਣ ਮੇਰਾ ਉੱਥੇ ਟੈਸਟ ਲੈ ਲਓ ਮੇਰੇ ਬਾਪ ਨੇ ਮੈਨੂੰ ਬੜੀ ਐਜੂਕੇਸ਼ਨ ਦਿੱਤੀ ਹੋਈ ਆ ਸੋ ਇਹ ਜਿਹੀਆਂ ਗੱਲਾਂ ਹੁਣ ਹੁਣ ਲੋਕ ਕਹੀ ਜਾਂਦੇ ਨੇ ਮੈਂ ਇਹਨਾਂ ਨਾਲ ਚੱਲਾਂ ਯਾਰ ਕਿ ਕਿਵੇਂ ਚੱਲ ਜੂ ਯਾਰ ਮੈਂ ਦੱਸੋ ਤਾਂ ਸਹੀ ਨਾ ਕਿ ਇੰਨਾ ਕੀ ਮੈਂ ਮੜਾ ਕਰਤਾ ਇੰਨੀ ਕੀ ਮੈਂ ਗਲਤ ਕਰਤੀ ਗੱਲ ਕਰਤੀ ਵੀ ਤੁਸੀਂ ਮੇਰੀ ਫੈਮਲੀ ਤੇ ਪਹੁੰਚ ਰਹੇ ਹੋ ਮੇਰੀ ਵਾਈਫ ਤੇ ਪਹੁੰਚ ਰਹੇ ਹੋ ਮੇਰੇ ਬੱਚਿਆਂ ਤੇ ਪਹੁੰਚ ਰਹੇ ਹੋ ਠੀਕ ਹੈ ਤੁਹਾਨੂੰ ਸਤਿ ਸ਼੍ਰੀ ਅਕਾਲ ਇਹ ਚੁ ਵੀ ਹੈ ਗੱਲ ਨਾ ਬਿਲਕੁਲ ਬਿਲਕੁਲ ਭਾਈ ਜੀ ਪਾਰਟੀਆਂ ਛੱਡਦੇ ਰਹਿੰਦੇ ਨੇ ਲੋਕ ਪਾਰਟੀਆਂ ਜੁੜਦੇ ਰਹਿੰਦੇ ਨੇ ਇਹ ਕੋਈ ਬਾਲੀ ਵੱਡੀ ਗੱਲ ਨਹੀਂ ਹੁੰਦੀ ਦੋ ਭਰਾ ਅੱਡ ਹੁੰਦੇ ਨੇ ਦੋ ਭਰਾ ਜੁੜ ਵੀ ਜਾਂਦੇ ਨੇ ਕੋਈ ਸਮਾਂ ਹੁੰਦਾ ਤੁਸੀਂ ਸੁਨੀਲ ਜਾਖੜ ਜੀ ਦਾ ਮੈਂ ਬਹੁਤ ਸਤਿਕਾਰ ਕਰਦਾ ਠੀਕ ਹੈ ਨਾ ਚਲ ਦੂਸਰੀ ਪਾਰਟੀ 'ਚ ਨੇ ਉਹ ਕਿਉਂ ਵਧੀਆ ਲੀਡਰ ਨਹੀਂ ਹੈਗੇ ਨਵਜੋਤ ਸਿੰਘ ਸ ਉਹ ਉਹ ਪਾਰਟੀ ਚੇਂਜ ਕਰਨ ਨਾਲ ਉਹਨਾਂ ਦੀ ਪਰਸਨੈਲਿਟੀ 'ਚ ਕੋਈ ਫਰਕ ਆਇਆ ਪ੍ਰਗਟ ਸਿੰਘ ਦਾ ਮੈਂ ਬਹੁਤ ਸਤਿਕਾਰ ਕਰਦਾ ਬਹੁਤ ਚੰਗੇ ਲੀਡਰ ਨੇ ਕਿ ਉਹਨਾਂ 'ਚ ਕੋਈ ਫਰਕ ਹੈ ਬੰਦਾ ਤਾਂ ਉਹੀ ਰਹਿੰਦਾ ਨਾ ਸੁਖਪਾਲ ਸਿੰਘ ਖਹਿਰਾ ਇੱਕ ਬੰਦਾ ਹੈ ਜਿਆਸੀ ਜਦੋਂ ਪ੍ਰਕਾਸ਼ ਸਿੰਘ ਬਾਦਲ ਜੀ ਅਕਾਲ ਚਲਾਣਾ ਕਰ ਗਏ ਤੇ ਇਹਦਾ ਟਵੀਟ ਪੜਿਓ ਤੁਸੀਂ ਉਸ ਦਿਨ ਦਾ ਇਹਨਾਂ ਨੂੰ ਐ ਲੱਗਦਾ ਕਿ ਇਕੱਲਾ ਮੈਂ ਚੰਗਾ ਬਾਕੀ ਸਾਰੀ ਦੁਨੀਆ ਇੱਥੇ ਜਿਹੜੀ ਆ ਮਾੜੀ ਆ ਸਿਮਰਨਜੀਤ ਸਿੰਘ ਮਾਨ ਸਾਹਿਬ ਨਾਲ ਇਹ ਜਿਹੜੀਆਂ ਸਟੇਜਾਂ ਸ਼ੇਅਰ ਕਰਦੇ ਰਹੇ ਉਹਨਾਂ ਦੀ ਜਿਹੜੀ ਲੋਕ ਸੀਗੇ ਉਹਨਾਂ ਨਾਲ ਜੁੜਦੇ ਰਹੇ ਐਂਡ ਚ ਆ ਕੇ ਉਹਨਾਂ ਦੇ ਅਗੇਂਸਟ ਹੋ ਗਏ ਇਹ ਸਭ ਤੋਂ ਵੱਡੇ ਆਪਰਚੂਨਿਸਟ ਮੈਨੂੰ ਦੱਸੋ ਕੌਣ ਨੇ ਇਹ ਇਹ ਨੇ ਜਾਂ ਮੈਂ ਆ ਇਹ ਨੇ ਜਾਂ ਮੈਂ ਤਾਂ ਜੀ ਤੁਹਾਡੀ ਗੱਲਬਾਤ ਤੁਸੀਂ ਟਿਕ ਟਿਕਟ ਦਾ ਬਾਰ ਬਾਰ ਜ਼ਿਕਰ ਕਰ ਰਹੇ ਹੋ ਕਹਿੰਦੇ ਤੁਹਾਡੀ ਗੱਲਬਾਤ ਹੋਈ ਹੈ ਜੀ ਮੈਂ ਤੁਹਾਡੀ ਗੱਲ ਤੁਹਾਡੀ ਗੱਲ ਇਸ ਤਰੀਕੇ ਨਾਲ ਹੋ ਗਈ ਕਿ ਹੁਣ ਤੁਸੀਂ ਜੇ ਮਿਥੇਰ ਜਿੱਤ ਜਾਂਦੇ ਨੇ ਬਰਨਾਲਾ ਵਾਲੀ ਸੀ ਡੇਬਿਲੀ ਹੋ ਜੂਗੀ ਤੇ ਦਿਲਬੀਰ ਗੋਲਡੀ ਨੂੰ ਭਰੋਸਾ ਦਿੱਤਾ ਕਿ ਉਹ ਬਰਨਾਲਾ ਤੋਂ ਲੜ ਲੈਣ ਬਾਅਦ ਚ ਬਾਈ ਇਲੈਕਸ਼ਨ ਬਈ ਇਹ ਤਾਂ ਨਾ ਮੇਰਾ ਮੈਨੂੰ ਪਤਾ ਵੀ ਮੈਂ ਮੇਰੀ ਦਿਨਚਰਿਆ ਮੈਂ ਦਿਨ ਕਿਵੇਂ ਕੱਢ ਰਿਹਾ ਇੱਧਰ ਤਾਂ ਹਜੇ ਨਾ ਸੋਚਣਾ ਨਾ ਸੋਝ ਰਿਹਾ ਕੁਝ ਠੀਕ ਹੈ ਇਹ ਤਾਂ ਬੜੀਆਂ ਛੋਟੀਆਂ ਗੱਲਾਂ ਨੇ ਇਹ ਤੇ ਬਟ ਮੈਂ ਚਾਹਣਾ ਕਿ ਤੁਹਾਡੀ ਕੋਈ ਗੱਲ ਨਹੀਂ ਹੋਈ ਮਤਲਬ ਆਮ ਆਦਮੀ ਪਾਰਟੀ ਨਾਲ ਟਿਕਟ ਡਿਗੁੰਨ ਲੈ ਨਹੀਂ ਨਹੀਂ ਕੋਈ ਇਹੋ ਜਿਹਾ ਕੋਈ ਕੋਈ ਇਹ ਇਹ ਵੈਸੀ ਇੱਕ ਗੱਲਾਂ ਸਾਰਿਆਂ ਦੀਆਂ ਬਣਾਈਆਂ ਹੋਈਆਂ ਨੇ ਆਮ ਤੌਰ ਤੇ ਹੁੰਦਾ ਨਾ ਕਿ ਕੋਈ ਪਾਰਟੀ ਛੱਡ ਕੇ ਜਾਂਦਾ ਨਾਲ ਦੀ ਨਾਲ ਟਿਕਟ ਹੁੰਦੀ ਮਿਲ ਜਾਂਦੀ ਹੈ ਸੁਭਾਅ ਬੇਗੱਲ ਸੁਭਾਅ ਬੇਗੱਲ ਸਾਰੇ ਇੱਕ ਬੰਦਾ ਸੋਚਦਾ ਵੀ ਜੇ ਇਹ ਉੱਧਰ ਗਿਆ ਤਾਂ ਇਹਨੇ ਆ ਚੀਜ਼ ਸੋਚੀ ਹੋਣੀ ਆ ਜੇ ਉੱਧਰ ਗਿਆ ਤਾਂ ਇਹਨੇ ਆ ਚੀਜ਼ ਸੋਚੀ ਹੋਣੀ ਆ ਮੈਂ ਤਾਂ ਸਿਰਫ ਇੰਨੀ ਇੱਕ ਗੱਲ ਕਹਿਣਾ ਵੀ ਸਾਰੀਆਂ ਪੋਲੀਟੀਕਲ ਪਾਰਟੀਆਂ ਨੂੰ ਕਹਿਣਾ ਵੀ ਕਿਸੇ ਦੇ ਉੱਪਰ ਪਰਸਨਲ ਵੀ ਤੁਸੀਂ ਲੜਨੀ ਆ ਨਾ ਤਾਂ ਮੁੱਦਿਆਂ ਦੀ ਲੜਾਈ ਲੜੋ ਡਿਬੇਟ ਕਰੋ ਮੈਂ ਯੂਨੀਵਰਸਿਟੀ ਦਾ ਲੀਡਰ ਆ ਮੈਂ ਯੂਨੀਵਰਸਿਟੀ ਤੋਂ ਸਾਡੇ ਓਪਨ ਹਾਊਸ ਹੁੰਦਾ ਸੀ ਅਸੀਂ ਮੁੱਦਿਆਂ ਦੀ ਗੱਲ ਕਰਦੇ ਸੀ ਮੁੱਦਿਆਂ ਤੇ ਲੜੇ ਆ ਮੈਨੂੰ ਇੱਕ ਵੀ ਜਿਹੜਿਆ ਮੈਂ 3-4 ਮੁੱਦੇ ਮੈਂ ਆਪਦੇ ਗਿਣਾਏ ਨੇ ਇਹਨਾਂ ਦੇ ਮੁਕਾਬਲੇ ਕਿਸੇ ਵੀ ਲੀਡਰ ਦਾ ਕੋਈ ਹੈ ਬਰਾਬਰ ਇੱਕ ਵੀ ਮੁੱਦਾ ਦਿਖਾ ਦਿਓ ਮੈਨੂੰ ਇੱਕ ਸਿੰਗਲ ਕੋਈ ਬੰਦਾ ਹੈ ਜੋ ਮਹੀਨੇ ਦਾ 5-7 ਲੱਖ ਰੁਪਇਆ ਆਪਦੇ ਬੰਦਿਆਂ ਦੀ ਜੇਬ ਚੋਂ ਬਚਾਉਂਦਾ ਸੀ ਤੇ ਜਿਨੇ ਆਪਦੇ ਪੈਸਿਆਂ ਨਾਲ ਟੋਲ ਪਲਾਜ਼ੇ ਦੇ ਬਰਾਬਰ ਦੀ ਸੜਕ ਕੱਢ ਦਿੱਤੀ ਹੋਵੇ ਠੀਕ ਹੈ ਨਾ ਆਪ ਕਹਿਣਾ ਬਹੁਤ ਸੌਖਾ ਮੈਂ ਹੁਣ ਵੀ ਕੋਈ ਇਹ ਥੋੜੀ ਹੈ ਕਿ ਮੈਂ ਮੈਂ ਤਾਂ ਸੋਸ਼ਲ ਆਰਗੇਨਾਈਜੇਸ਼ਨ ਦੇ ਨਾਲ ਕੰਮ ਕਰਨ ਦੀ ਜਿਹੜੀ ਸ਼ੁਰੂ ਤੋਂ ਕੋਸ਼ਿਸ਼ ਆ ਮੇਰੀ ਮੈਂ ਐਜੂਕੇਸ਼ਨ ਤੇ ਬਹੁਤ ਕੰਮ ਕਰਿਆ ਮੈਂ ਹੈਲਥ ਤੇ ਬਹੁਤ ਕੰਮ ਕਰਿਆ ਹੁਣ ਸਾਡੇ ਧੂਰੀ ਦੀ ਇੱਕ ਬੜੀ ਛੋਟੀ ਜਿਹੀ ਐਗਜ਼ਾਮਪਲ ਦਿੰਨਾ ਮੈਂ ਸਾਡੇ ਬੇਨੜਾ ਕਾਲਜ ਯੂਨੀਵਰਸਿਟੀ ਆ ਉੱਥੇ 300 ਸਟੂਡੈਂਟ ਸੀਗਾ ਜਦੋਂ ਮੈਂ ਐਮਐਲਏ ਬਣਿਆ ਅੱਜ ਉੱਥੇ ਸਾਰੇ ਕੋਰਸੇ ਇੰਟਰੋਡਿਊਸ ਨੇ ਤਕਰੀਬਨ 2000 ਤੋਂ ਉੱਪਰ ਦੀ ਸਟਰੈਂਥ ਆ ਕਦੇ ਇਹਨਾਂ ਨੇ ਇਹੀ ਜੀ ਗੱਲ ਕਰੀਆ ਕਿਉਂਕਿ ਇਹ ਤਾਂ ਜਦੋਂ ਮਾਈਕ ਮਾਈਕ ਛੱਡਦੇ ਨੇ ਤਾਂ ਗਾਲਾਂ ਕੱਢ ਕੇ ਛੱਡ ਦਿੰਦੇ ਨੇ ਕੋਈ ਮੁੱਦਿਆਂ ਦੀ ਗੱਲ ਕਰਦੀ ਨਹੀਂ ਹੈਗੇ ਠੀਕ ਹੈ ਮੈਂ ਇੱਕ ਹੋਰ ਚੀਜ਼ ਜਾਣਨੀ ਚਾਹੁੰਦਾ ਤੁਸੀਂ ਆਪਣੀ ਫੈਮਿਲੀ ਦਾ ਫਾਦਰ ਸਾਹਿਬ ਦਾ ਬਹੁਤ ਜ਼ਿਕਰ ਕੀਤਾ ਕਾਂਗਰਸ ਛੱਡਣ ਦਾ ਡਿਸੀਜਨ ਕਿਸ ਦਾ ਏ ਕਿਉਂਕਿ ਤੁਹਾਡੇ ਵਾਈਫ ਬਹੁਤ ਐਕਟਿਵਲੀ ਪੋਲਿਟਿਕਸ ਦੇ ਵਿੱਚ ਕਾਂਗਰਸ ਦੇ ਲਈ ਤੁਹਾਡੇ ਲਈ ਪ੍ਰਚਾਰ ਕਰਦੇ ਆ ਕੀ ਇਹ ਡਿਸੀਜਨ ਸਿਰਫ ਦਲਵੀਰ ਗੋਲਡੀ ਦਾ ਹੈ ਜਾਂ ਕਿਸ ਦਾ ਡਿਸੀਜਨ ਨਹੀਂ ਇਹ ਮੇਰੀ ਫੈਮਿਲੀ ਨੇ ਹੀ ਇਹ ਡਿਸੀਜਨ ਕਰਿਆ ਸੀਗਾ ਇਹ ਮੇਰਾ ਡਿਸੀਜਨ ਨਹੀਂ ਹੈਗਾ ਉਹਨਾਂ ਨੇ ਇਹ ਮੈਨੂੰ ਕਿਹਾ ਕਿ ਤੁਹਾਡੇ ਤੁਹਾਡੇ ਬਾਈ ਤੁਸੀਂ ਗੱਲ ਕਰਦੇ ਸੀ ਪਰਿਵਾਰ ਮੇਰੇ ਮੇਰੇ ਫਾਦਰ ਸਾਹਿਬ ਜੀ ਸਾਡੀ ਜੁਆਇੰਟ ਫੈਮਿਲੀ ਆ ਜੀ ਮੇਰੇ 6 ਭੈਣਾਂ ਨੇ ਅਸੀਂ ਇਕੱਠਾ ਟੱਬਰ ਰਹਨੇ ਆ ਅੱਜ ਤੱਕ ਤੇ ਮੇਰਾ ਕੋਈ ਵੀ ਫੈਸਲਾ ਮੈਂ ਕੱਲਾ ਨਹੀਂ ਲੈ ਸਕਦਾ ਸਾਰੇ ਲੈਂਦੇ ਨੇ ਸਾਰੇ ਬੈਂਦੇ ਨੇ ਕੋਈ ਐ ਨਹੀਂ ਹੈਗਾ ਵੀ ਮੈਂ ਕੁਝ ਸਾਡੇ ਅੱਜ ਵੀ ਉਹੀ ਪਰਿਵਾਰਾਂ ਚ ਕਦਰਾਂ ਕੀਮਤਾਂ ਹੈਗੀਆਂ ਨੇ ਸਾਡੇ ਅਸੀਂ ਆਰਬੀ ਘੂੜੀਆਂ ਵਾਲੇ ਪਰਿਵਾਰ ਚ ਨਹੀਂ ਹੈਗੇ ਅਸੀਂ ਤਾਂ ਬੜੇ ਸਿੱਧੇ ਜਿਹੇ ਬੰਦੇ ਆ ਜਿਵੇਂ ਹੁਣੀ ਮੈਨੂੰ ਬਾਈ ਜੀ ਪੁੱਛ ਰਹੇ ਸੀ ਕਹਿੰਦੇ ਵੀ ਤੁਹਾਡੇ ਵਾਈਫ ਦੇ ਇੰਟਰਵਿਊ ਕਰਨਾ ਕਿ ਉਹਨਾਂ ਨਾਲ ਅਲੱਗ ਤਰੀਕੇ ਨਾਲ ਕੋਈ ਗੱਲਬਾਤ ਕਰਨੀ ਪੈਣੀ ਆ ਮੈਂ ਕਿਹਾ ਬਾਈ ਜੀ ਜਿੱਦ ਨੇ ਤੁਸੀਂ ਘਰੇ ਆਉਂਗੇ ਨਾ ਤੁਹਾਨੂੰ ਪਤਾ ਲੱਗੂਗਾ ਵੀ ਮੈਂ ਕਿਹਾ ਜਾ ਇਹਦਾ ਲੀਡਰਾਂ ਨੇ ਇੱਕ ਲੋਕਾਂ ਨੂੰ ਨਫ਼ਰਤ ਹੋ ਚੁੱਕੀ ਆ ਲੀਡਰ ਸਾਹਿਬਾਨਾਂ ਤੋਂ ਤੇ ਮੈਂ ਤਾਂ ਉਹ ਉਹ ਦੁਬਾਰੇ ਵਿਸ਼ਵਾਸ ਉਹਨਾਂ ਦਾ ਜਾਨੀ ਕਿ ਬਣਾਉਣਾ ਚਾਹਣਾ ਵੀ ਹਰੇਕ ਲੀਡਰ ਬਰਾਬਰ ਨਹੀਂ ਹੁੰਦਾ ਹਰੇਕ ਬੰਦਾ ਬਰਾਬਰ ਨਹੀਂ ਹੁੰਦਾ ਇਹ ਮੇਰਾ ਪਰਸਨਲ ਡਿਸੀਜਨ ਆ ਇਹਦੇ ਨਾਲ ਮੈਂ ਕਿਸੇ ਦਾ ਕੀ ਮਾੜਾ ਕਰਤਾ ਮੈਂ ਕਿਸੇ ਦੇ ਕੋਈ ਸੱਟ ਮਾਰਤੀ ਮੈਂ ਕੋਈ ਗਲਤ ਕਰਤਾ ਮੈਂ ਕਿਸੇ ਦਾ ਕੋਈ ਕਬਜ਼ਾ ਕਰ ਲਿਆ ਮੈਂ ਕੋਈ ਖੂਨ ਕਰਤਾ ਮੈਂ ਕੁਝ ਕਰਿਆ ਹੈ ਜੀ ਤੁਹਾਡੇ ਫਾਦਰ ਸਾਹਿਬ ਤੁਹਾਡੇ ਤੁਸੀਂ ਜ਼ਿਕਰ ਕਰ ਦਿੱਤਾ ਵਾਈਫ ਦਾ ਵੀ ਮੈਂ ਇਹ ਵੀ ਸਮਝਣਾ ਚਾ ਰਹੇ ਹਾਂ ਕਿ ਜਦੋਂ ਇਹ ਟਿੱਪਣੀਆਂ ਹੋਈਆਂ ਤੁਸੀਂ ਬੜੇ ਭਾਵੂਕ ਜਿਹੜੇ ਆ ਟਿੱਪਣੀਆਂ ਨੂੰ ਲੈ ਕੇ ਨਜ਼ਰ ਆਇਓ ਘਰ 'ਚ ਵੀ ਕੋਈ ਗੱਲ ਹੋਈ ਇਹਦੇ ਬਾਰੇ ਕਿ ਆ ਦੇਖੋ ਹੁਣ ਤੁਸੀਂ ਛੱਡਤੀ ਪਾਰਟੀ ਕੀ ਗੱਲਾਂ ਹੋਣ ਲੱਗੀਆਂ ਬਾਹਰ ਕਿਵੇਂ ਦੀਆਂ ਟਿੱਪਣੀਆਂ ਸੋਸ਼ਲ ਮੀਡੀਆ ਤੇ ਜਾਂ ਤੁਹਾਡੇ ਬਰਾਬਰ ਦੇ ਜਿਹੜੇ ਆ ਉਹ ਉਹਨਾਂ ਨੇ ਬੜਾ ਸਿੰਪਲੀ ਇੱਕ ਗੱਲ ਸਮਝਾਈ ਮੇਰੇ ਫਾਦਰ ਪਹਿਲਾਂ ਮੈਨੂੰ ਕਹਿੰਦੇ ਹੁੰਦੇ ਸੀ ਵੀ ਰਾਜਨੀਤੀ 'ਚ ਨਹੀਂ ਜਾਣਾ ਚਾਹੀਦਾ ਇਹ ਬਾਲੀ ਵਧੀਆ ਖੇਡ ਨਹੀਂ ਹੈਗੀ ਤੇ ਉਸ ਤੋਂ ਬਾਅਦ ਯਾਨੀ ਕਿ ਜਦੋਂ ਹੁਣ ਇਹ ਸਾਰੀਆਂ ਚੀਜ਼ਾਂ ਹੋਈਆਂ ਤਾਂ ਤੁਸੀਂ ਅਬ ਦੇ ਅਬ ਇਮੇਜਨ ਕਰਕੇ ਦੇਖੋ ਬਾਈ ਇੱਕ ਦਿਨ ਪਹਿਲਾਂ ਤੁਸੀਂ ਬਹੁਤ ਚੰਗੇ ਹੋ ਅਗਲੇ ਦਿਨ ਹੀ ਉਹੀ ਬੰਦੇ ਤੁਹਾਡੇ ਬਾਰੇ ਕੀ ਗੱਲ ਕਰ ਰਹੇ ਨੇ ਸੋਚ ਕੇ ਦੇਖੋ ਕਿੰਨੇ ਪਰਦੇ ਨੇ ਇਹ ਤਾਂ ਸਿਆਸਤ ਦਾ ਨਾ ਕੋਈ ਇਹ ਹਰ ਬੰਦੇ ਦੇ ਲਈ ਇਸ ਤਰੀਕੇ ਨਾਲ ਲੋਕ ਜਿਹੜੀ ਪਾਰਟੀ ਨੂੰ ਛੱਡ ਕੇ ਜਾਂਦੇ ਨੇ ਅਗਲੇ ਦਿਨ ਉਸੇ ਪਾਰਟੀ ਨੂੰ ਲੈ ਕੇ ਸਵਾਲ ਚੁੱਕਦੇ ਨੇ ਇਹ ਮਤਲਬ ਸਿਆਸਤ ਦਾ ਇੱਕ ਚਿਹਰਾ ਹੈ ਨਹੀਂ ਨਹੀਂ ਸਿਆਸਤ ਤਾਂ ਹੀ ਤਾਂ ਇਹ ਹੀ ਸਿਆਸਤ ਆ ਦੂਰ ਕਰਨੀ ਆ ਸਿਆਸਤ ਵਾਲਾ ਬੰਦਾ ਉਹਨੂੰ ਪਰਦਿਆਂ ਚ ਕਿਉਂ ਰਹਿਣਾ ਪਵੇ ਉਹ ਜਿਹਾ ਜਿਹਾ ਹੈਗਾ ਉਹ ਸਾਹਮਣੇ ਦੇਖੇ ਲੋਕਾਂ ਨੂੰ ਜੇ ਮੈਂ ਚੰਗਾ ਮੈਂ ਮਾੜਾ ਮੈਨੂੰ ਲੋਕ ਐਂ ਪਿਆਰ ਕਰਨ ਐਕਚੁਅਲ ਚ ਲੀਡਰਾਂ ਦੇ ਸਾਡੇਆਂ ਦੇ ਚਿਹਰੇ ਰਾਤ ਨੂੰ ਕੁਝ ਹੋਰ ਹੁੰਦੇ ਨੇ ਸਵੇਰੇ ਕੁਝ ਹੋਰ ਹੋ ਜਾਂਦੇ ਨੇ ਮੇਰੀ ਲੜਾਈ ਇਹ ਹੀ ਆ ਹੋਰ ਮੇਰੀ ਲੜਾਈ ਕਿਸ ਚੀਜ਼ ਦੀ ਹੈ ਮੇਰੀ ਲੜਾਈ ਇਹ ਥੋੜੀ ਹੈ ਮੇਰੀ ਲੜਾਈ ਤਾਂ ਇਹ ਕੋਈ ਪਾਰਟੀ ਛੱਡਣ ਵਾਲੀ ਲੜਾਈ ਨਹੀਂ ਮੇਰੇ ਪਿੱਛੇ ਕਿੰਨੇ ਹੀ ਨੌਜਵਾਨ ਨੇ ਜਿਹੜੇ ਸਾਡੇ ਪਾਰਟੀ ਦੇ ਵਿੱਚ ਨੇ ਤੇ ਬਹੁਤ ਚੰਗਿਆਂ ਨੂੰ ਤੁਸੀਂ ਜਾਣਦੇ ਹੋ ਉਹ ਹਮੇਸ਼ਾ ਹੀ ਉਹਨਾਂ ਨਾਲ ਘਟੋ ਘਟ ਮੈਂ ਉਹਨਾਂ ਦੀ ਆਵਾਜ਼ ਤਾਂ ਬੁਲੰਦ ਕਰ ਸਕਦਾ ਉਹਨਾਂ ਲਈ ਲੜਦਾ ਸਕਦਾ ਵੀ ਆਹ ਬੰਦੇ ਲਈ ਜੇ ਮੈਂ ਆਪਦੀ ਜੇ ਹੁਣ ਮੈਨੂੰ ਇੰਨੀ ਕੋਈ ਐਮਐਲਏ ਸ਼ਿਪ ਪਿਆਰੀ ਹੁੰਦੀ ਤਾਂ ਮੈਂ ਆਪਦੀ ਐਮਐਲਏ ਸ਼ਿਪ ਦੇ ਵਿੱਚ ਮੈਂ ਇੰਨੀਆਂ ਇੰਨੀਆਂ ਲੜਾਈਆਂ ਕਿਉਂ ਲੜੀਆਂ ਮੈਂ ਉੱਥੇ ਵੀ ਇਹੀ ਚੀਜ਼ ਦਾ ਸ਼ਿਕਾਰ ਹੋਇਆ ਠੀਕ ਹੈ ਨਾ ਪਰ ਮੈਂ ਤਾਂ ਆਪਦੀ ਆਵਾਜ਼ ਬੁਲੰਦ ਰ ਤੇ ਮੈਂ ਤਾਂ ਇਹੀ ਜਿਹੜੇ ਕੰਮ ਨੇ ਇਹਨਾਂ ਦੇ ਉੱਤੇ ਆ ਆਪ ਦਾ ਜਿਹੜਾ ਫੋਕਸ ਆ ਉਹ ਕਰਕੇ ਰੱਖਣਾ ਹੁਣ ਕਨੇਯਾ ਕੁਮਾਰਾ ਕਨੇਯਾ ਕੁਮਾਰ ਨੇ ਪਾਰਟੀ ਨਹੀਂ ਛੱਡੀ ਇੱਕ ਮਿੰਟ ਦੱਸੋ ਮੈਨੂੰ ਨਹੀਂ ਠੀਕ ਆ ਪਾਰਟੀ ਤਾਂ ਬਹੁਤ ਲੰਬੀ ਲਿਸਟ ਹੈ ਨਾ ਜਿਨ੍ਹਾਂ ਨੇ ਛੱਡੀ ਆ ਪਾਰਟੀ ਇਹਦੇ ਚ ਤੁਸੀਂ ਪਰਸਨਲੀ ਗੱਲਾਂ ਤੇ ਉਤਰਨੀ ਕੀ ਲੋੜ ਆ ਯਾਰ ਇਹ ਮੇਰਾ ਪਰਸਨਲ ਡਿਸੀਜਨ ਆ ਮੈਂ ਕਦੇ ਵੀ ਜਿਹੜੀ ਚੀਜ਼ ਮੇਰੇ ਦਿਲ 'ਚ ਹੁੰਦੀ ਆ ਉਹੀ ਮੇਰੀ ਜ਼ੁਬਾਨ ਤੇ ਹੁੰਦੀ ਆ ਮੈਂ ਸਿਰਫ ਇਹਦੇ 'ਚ ਇੰਨੀ ਕੀ ਚੀਜ਼ ਆ ਆਪ ਦਾ ਫਾਲਟ ਜ਼ਰੂਰ ਮੰਨਦਾ ਵੀ ਇਹਦੇ 'ਚ ਯਾਨੀ ਕਿ ਮੈਨੂੰ ਇਹ ਇਲੈਕਸ਼ਨ ਦੇ ਵਿੱਚ ਵਿਚਾਰ ਨਹੀਂ ਸੀ ਲੈਣਾ ਚਾਹੀਦਾ ਬਟ ਜਦੋਂ ਹੁਣ ਤੁਸੀਂ ਇੱਕ ਸਿਰਫ ਇੱਕ ਪੋਸਟ ਪਾ ਕੇ ਤੁਸੀਂ ਚੰਡੀਗੜ੍ਹ ਆਏ ਹੋ ਇੱਕ ਪੋਸਟ ਤੋਂ ਬਾਅਦ ਤੁਹਾਡੇ ਲੀਡਰ ਤੁਹਾਡੇ ਬਾਰੇ ਆ ਚੀਜ਼ਾਂ ਬੋਲਣ ਲੱਗ ਜਾਣ ਤਾਂ ਤੁਸੀਂ ਕੀ ਕਰੋਗੇ ਠੀਕ ਹੈ ਚਲੋ ਮੈਂ ਸਾਡੇ ਨਾਲ ਬਹੁਤ ਸਾਰੇ ਮੇਰੇ ਸਹਿਯੋਗੀ ਹੈਗੇ ਨੇ ਉਹਨਾਂ ਤੋਂ ਵੀ ਸਵਾਲ ਜਵਾਬ ਲੈਣ ਦੀ ਮੈਂ ਕੋਸ਼ਿਸ਼ ਕਰਦਾ ਹਾਂ ਪਰ ਉਹ ਉਸ ਵਿਚਾਲੇ ਮੇਰਾ ਇੱਕ ਸਵਾਲ ਜ਼ਰੂਰ ਹੈ ਤੁਹਾਡੇ ਉੱਤੇ ਟਿੱਪਣੀਆਂ ਕਰਦੇ ਹੋਏ ਇਹ ਵੀ ਕਿਹਾ ਗਿਆ ਖਾਸ ਤੌਰ ਤੇ ਸੁਖਪਾਲ ਖਹਿਰਾ ਦੇ ਵੱਲੋਂ ਹੂੰ ਕਹਿੰਦੇ ਇਹ ਆਮ ਆਦਮੀ ਪਾਰਟੀ ਚ 골ਡੀ ਐਵੇਂ ਨਹੀਂ ਗਿਆ ਇਹ ਬੰਮ ਮੋੜ ਕੇ ਲਿਆਂਦਾ ਗਿਆ ਕਹਿੰਦੇ ਵਿਜੀਲੈਂਸ ਦਾ ਡਰ ਦਿੱਤਾ ਗਿਆ ਅ ਇੰਟਰਲੌਕ ਟਾਈਲਾਂ ਵਾਲਾ ਬਹੁਤ ਵਿਵਾਦ ਹੋਇਆ ਉਸ ਨੂੰ ਲੈ ਕੇ ਉਹਨਾਂ ਨੇ ਟਿੱਪਣੀਆਂ ਕੀਤੀਆਂ ਉਹਦੇ ਬਾਰੇ ਕੀ ਕਹੋ ਵੈਸੇ ਨਾ ਜਿਆਦਾ ਆਪਾਂ ਉਹਦੇ ਬਾਰੇ ਬੋਲੀ ਜਾਵਾਂਗੇ ਮੈਨੂੰ ਲੱਗਦਾ ਨਹੀਂ ਹੈਗਾ ਵੀ ਕੋਈ ਉਹ ਇੰਨੀ ਬਾਲੀ ਵੱਡੀ ਚੀਜ਼ ਨੇ ਕਿ ਮੈਂ ਹਰੇਕ ਉਹਨਾਂ ਦੀ ਗੱਲ ਦਾ ਜਵਾਬ ਦਵਾਂ ਨਹੀਂ ਉਹਨਾਂ ਨੇ ਤੇ ਇੱਕ ਹੋਰ ਟਿੱਪਣੀ ਮੈਂ ਨਾਲ ਹੀ ਐਡ ਕਰ ਦਵਾਂ ਕਹਿੰਦੇ ਜਿਹੜੀ 75 80000 ਵੋਟ ਪਈ ਸੀ ਬਾਈ ਇਲੈਕਸ਼ਨ ਚ ਕਾਂਗਰਸ ਦੀ ਟਿਕਟ ਦੇ ਉੱਤੇ ਤਾਂ ਇਹ ਦਲਬੀਰ ਗੋਲਡੀ ਦੀ ਨਲਾਇਕੀ ਸੀ ਵਰਡ ਦਾ ਇਸਤੇਮਾਲ ਕੀਤਾ ਕਹਿੰਦੇ ਦਲਬੀਰ ਗੋਲਡੀ ਦੀ ਨਲਾਇਕੀ ਸੀ ਕਿ ਉਹ ਜ਼ਮਾਨਤ ਨਹੀਂ ਬਚਾ ਸਕੇ ਔਰ 75000 ਵੋਟ ਪਈ ਹਾਂ ਤੁਸੀਂ ਦੇਖੋ ਮੈਂ ਪਾਰਟੀ ਛੱਡੀ ਮੈਂ ਕਿਸੇ ਬਾਰੇ ਵੀ ਕੋਈ ਮਾੜਾ ਚੰਗਾ ਬੋਲਿਆ ਕਿਸੇ ਬਾਰੇ ਵੀ ਕੋਈ ਬਿਆਨ ਦਿੱਤਾ ਆ ਸਰਚ ਕਰ ਲੋ ਆਪਾਂ মিডিਆ ਹਾਊਸ 'ਚ ਬੈਠੇ ਆ ਮੈਂ ਕੁਝ ਵੀ ਮਾੜਾ ਚੰਗਾ ਬੋਲਿਆ ਹੋਵੇ ਕੁਝ ਵੀ ਇੱਕ ਸ਼ਬਦ ਵੀ ਜਦੋਂ ਇਹ ਇਹੋ ਜਿਹੀਆਂ ਗੱਲਾਂ ਬੋਲਣ ਲੱਗੇ ਫੇਰ ਮੈਂ ਸਿਰਫ ਇਹ ਦੋ ਬੰਦਿਆਂ ਦੀਆਂ ਗੱਲਾਂ ਦਾ ਹੀ ਰਿਪਲਾਈ ਕਰ ਰਿਹਾ ਇੱਕ ਸੁਖਪਾਲ ਖਹਿਰਾ ਦੂਜਾ ਪ੍ਰਤਾਜਵਾ ਜੀ ਹਾਂਜੀ ਮੈਂ ਹੋਰ ਕਿਸੇ ਬਾਰੇ ਨਹੀਂ ਬੋਲ ਰਿਹਾ ਠੀਕ ਹੈ ਜੀ ਹੁਣ ਤੁਸੀਂ ਤੁਸੀਂ ਰੱਬ ਥੋੜੀ ਹੋ ਵੀ ਤੁਸੀਂ ਕੁਝ ਵੀ ਕਹਿ ਦੋਗੇ ਤੇ ਬੰਦਾ ਮੂਰੋ ਉਵੇਂ ਹੀ ਰਹੂਗਾ ਤੁਸੀਂ ਸਹੀ ਹੋ ਤੇ ਅਸੀਂ ਗਲਤਾਂ ਸਭ ਤੋਂ ਵੱਡਾ ਕੇਸ ਜੇ ਅੱਜ ਤੱਕ ਡਰੱਗ ਦਾ ਹੈਗਾ ਤਾਂ ਉਹ ਸੁਖਪਾਲ ਖਹਿਰੇ ਤੇ ਆ ਈਡੀ ਦੀ ਪਹਿਲੀ ਜਿਹੜੀ ਕੋਈ ਬੰਦੇ ਆ ਰਡਾਰ 'ਚ ਆਇਆ ਤਾਂ ਉਹ ਸੁਖਪਾਲ ਖਹਿਰਾ ਇਹ ਮੇਰੇ ਬਾਰੇ ਕੀ ਬੋਲੂਗਾ ਇਹ ਤਾਂ ਆਪ ਖੁਦ ਜੇਲ੍ਹ 'ਚੋਂ ਤਾਂ ਹੋਣਾ ਆ ਜ਼ਮਾਨਤ 'ਤੇ ਬਾਹਰ ਆਇਆ ਤੇ ਮੈਂ ਨਹੀਂ ਚਾਹੁੰਦਾ ਮੈਂ ਇਸ ਟੌਪਿਕ 'ਤੇ ਜ਼ਿਆਦਾ ਲੰਬਾ ਚੌੜਾ ਇਹਦੇ ਨਾਲ ਬੈਸਾਂ ਇਹ ਆਪਦਾ ਕੰਮ ਕਰੇ ਇਹ ਵੋਟਾਂ ਲੈਣ ਆਇਆ ਵੋਟਾਂ ਲਵੇ ਠੀਕ ਹੈ ਨਾ 4 ਤਰੀਕ ਤੋਂ ਬਾਅਦ ਸੰਗਰੂਰ ਜ਼ਿਲ੍ਹੇ ਦੇ ਲੋਕਾਂ ਲਈ ਦਲਬੀਰ ਸਿੰਘ ਗੋਲਡੀ ਉੱਥੇ ਹੀ ਖੜਾ ਹੋਊਗਾ ਦੁੱਖਾਂ ਸੁੱਖਾਂ 'ਚ ਵੀ ਮੈਂ ਹੀ ਜਾਊਂਗਾ ਕੋਈ ਲੋੜ ਪਈ ਤਾਂ ਵੀ ਮੈਂ ਹੀ ਜਾਊਂਗਾ ਇਹ ਤਾਂ ਜੀ ਖੁਦ ਆਪ ਵੀ ਇੰਟਰਵਿਊ 'ਚ ਕਹਿ ਚੁੱਕੇ ਨੇ ਵੀ 27 ਦੇ ਵਿੱਚ ਮੈਂ ਤਾਂ ਭਲਾਥੀ ਜਾਣਾ ਠੀਕ ਹੈ ਨਾ ਵੀ ਜਿਵੇਂ ਇਹ ਸੋਚ ਰਹੇ ਨੇ ਸੋ ਮੈਨੂੰ ਲੱਗਦਾ ਕਿ ਇਹ ਚੀਜ਼ ਵੀ ਸੋਚਣ ਵਾਲੀ ਆ ਤੁਸੀਂ ਇੱਕ ਬੰਦੇ ਨੂੰ ਤਾਂ ਧੋਖਾ ਦੇ ਰਹੇ ਹੋ ਨਾ ਜਾਂ ਤਾਂ ਤੁਸੀਂ ਸੰਗਰੂਰਾ ਲੈਣ ਦੇ ਰਹੇ ਹੋ ਜਾਂ ਤੁਸੀਂ ਭਲਾਥਾ ਲੈਣ ਦੇ ਰਹੇ ਹੋ ਹੂੰ ਮਤਲਬ ਤੁਹਾਨੂੰ ਵੀ ਲੱਗ ਰਿਹਾ ਹੈ ਕਿ ਉਹਨਾਂ ਨੇ ਸੰਗਰੂੜ ਛੱਡ ਜਾਣਾ ਹੈ ਜਦੋਂ ਵਿਧਾਨ ਸਭਾ ਚੋਣਾਂ ਦੀ ਵਾਰੀ ਆਏਗੀ ਕਿ ਉਹ ਪਲੱਸ ਚਲੇ ਜਾਣਗੇ ਵੈਸੇ ਹੀ ਰਿਜ਼ਲਟ ਤੋਂ ਬਾਅਦ ਹੀ ਛੱਡ ਜੀ ਠੀਕ ਹੈ ਚਲੋ ਆਪਾਂ ਸਵਾਲ ਲੈਣੇ ਆ ਸਾਡੇ ਸਹਿਯੋਗੀ ਬਹੁਤ ਸਾਰੇ ਜੁੜੇ ਹੋਏ ਨੇ ਮੈਂ ਸ਼ੁਰੂਆਤ ਕਰਦੇ ਸਾਡੇ ਸਹਿਯੋਗੀਆਂ ਪਿੱਛੇ ਤਾਨੀਆਂ ਅ ਸਰ ਤੁਹਾਡੀ ਵਾਈਫ ਪੋਲਿਟਿਕਲਸ ਦੇ ਵਿੱਚ ਕਾਫੀ ਐਕਟਿਵ ਨੇ ਤੇ ਉਹਨਾਂ ਨੂੰ ਤੁਹਾਡਾ ਲੇਡੀ ਲਕਵੀ ਮੰਨਿਆ ਜਾਂਦਾ ਹੈ ਤੇ ਤੁਹਾਡੇ ਮੁਤਾਬਕ ਤੁਹਾਡੀ ਪੋਲਿਟਿਕਲ ਜਰਨੀ ਦੇ ਵਿੱਚ ਓਵਰਆਲ ਉਹਨਾਂ ਦਾ ਕੀ ਰੋਲ ਹੈ ਅ ਸ਼ਾਇਦ ਬਹੁਤ ਘੱਟ ਬੰਦਿਆਂ ਨੂੰ ਪਤਾ ਹੋਣਾ 2019 ਦੀ ਇਲੈਕਸ਼ਨ ਵੀ ਜਿਹੜੀ ਲੋਕ ਸਭਾ ਦੀ ਸੀ ਮੈਂ ਆਪਦੇ ਵਾਈਫ ਲਈ ਮੰਗ ਰਿਆ ਸੀ ਤੇ 2024 ਦੀ ਵੀ ਜੇ ਮੈਂ ਟਿਕਟ ਮੰਗ ਰਿਆ ਸੀ ਤਾਂ ਆਪਦੇ ਵਾਈਫ ਲਈ ਮੰਗ ਰਿਆ ਸੀ ਤੁਸੀਂ ਦੇਖੋ ਇਹਨਾਂ ਨੇ ਕੋਈ 50000 ਫੀਸ ਜਿਹੜੀ ਸਾਡੇ ਇੱਥੇ ਆਫਿਸ ਆਲਾ ਨੇ ਰੱਖੀ ਸੀਗੀ ਕਿ ਤੁਸੀਂ 50000 ਫੀਸ ਭਰ ਕੇ ਤੁਸੀਂ ਆਪਦੀ ਫਾਈਲ ਅਪਲਾਈ ਕਰ ਸਕਦੇ ਹੋ ਤਾਂ ਉਹ ਮੇਰੇ ਵਾਈਫ ਨੇ ਅਲੱਗ ਤਰੀਕੇ ਨਾਲ ਭਰੀਆ ਮੈਂ ਆਪਦੀ ਅਲੱਗ ਤਰੀਕੇ ਨਾਲ ਮੈਂ ਆਪਦੀ ਵਾਈਫ ਨੂੰ ਉੱਡਣ ਲਈ ਸਮਾਨ ਦੇਣਾ ਚਾਹਣਾ ਮੈਂ ਆਪਦੀ ਵਾਈਫ ਨੂੰ ਇਹ ਦਿਖਾਉਣਾ ਚਾਹਣਾ ਕਿ ਆਪਾਂ ਚੁੱਪ ਕਰਕੇ ਨਹੀਂ ਰਹਿ ਸਕਦੇ ਉਹ ਹਜ਼ਾਰਾਂ ਲੇਡੀਜ਼ ਨੂੰ ਮਿਲਦੀ ਆ ਉਹ ਆਰਗੇਨਾਈਜੇਸ਼ਨ ਚਲਾਉਂਦੀ ਆ ਹਜ਼ਾਰਾਂ ਭੈਣਾ ਬੁਧੀਆਂ ਸਾਥੀ ਨੇ ਸਾਰੇ ਇਹ ਮੇਰੇ ਨੈਗੇਟਿਵ ਪੁਆਇੰਟ ਤਾਂ ਚੱਕ ਰਹੇ ਨੇ ਸਾਡੀ ਪਾਰਟੀ ਵਾਲੇ ਕਦੇ ਇਹਨਾਂ ਨੇ ਦੱਸਿਆ ਵੀ 550 ਸਾਲਾਂ ਦੇ ਉੱਪਰ ਦਲਵੀਰ ਸਿੰਘ ਗੋਲਡੀ ਨੇ ਇਕੱਲੇ ਇਕੱਲੇ ਘਰੇ ਪੌਦਾ ਭੇਜਿਆ ਸੀ ਤੇ ਪੌਦਾ ਬੱਚਿਆਂ ਨੂੰ ਫੜਾ ਕੇ ਆਏ ਸੀ ਵੀ ਤੁਸੀਂ ਆਪਦੇ ਦਾਦਾ ਦੇ ਨਾਨਾ ਦੇ ਨਾਮ ਤੇ ਇਹ ਪੌਦਾ ਲਾਉਣਾ ਤੇ ਅੱਜ ਧੂਰੀ ਚ ਉਹ ਰਿਕਾਰਡ ਦੇਖਿਓ ਵੀ ਮੈਂ ਕਿੰਨੇ ਪੌਦੇ ਲਾਏ ਹੋਏ ਨੇ ਸੋ ਮੇਰੀ ਵਾਈਫ ਮੇਰੀ ਤਾਕਤ ਆ ਸੋ ਇਹ ਅਸੀਂ ਨਹੀਂ ਦਬਾਂਗੇ ਕਦੇ ਵੀ ਕੋਈ ਸਾਡੇ ਤੇ 네ਗੇਟਿਵ ਕਮੈਂਟ ਕਰੂਗਾ ਜਾਂ ਕੁਝ ਕਰੂਗਾ ਹੁਣੇ ਹੀ ਥੋੜੇ ਦਿਨਾਂ ਬਾਅਦ ਮੇਰੇ ਵਾਈਫ ਨੇ ਵੀ ਹੋਪਫੁਲੀ ਤੁਹਾਡੇ ਰੂਬਰੂ ਹੋਣਗੇ ਉਹ ਤੁਹਾਨੂੰ ਸਾਰੀ ਗੱਲਬਾਤ ਦੱਸਣਗੇ ਆਪਣੇ ਬਾਰੇ ਥੈਂਕ ਯੂ ਇੱਕ ਹੋਰ ਸਵਾਲ ਸਾਡੇ ਸੇ ਹੋ ਗਈ ਹੈ ਰਣਵੀਰ ਤੁਸੀਂ ਗੱਲ ਕੀਤੀ ਹੈ ਕਿ ਮੈਂ ਸਹਿ ਨਹੀਂ ਸਕਿਆ ਜਦੋਂ ਮੇਰੇ ਪਿਤਾ ਜੀ ਤੇ ਟਿੱਪਣੀਆਂ ਹੋਈਆਂ ਮੇਰੀ ਧਰਮ ਪਤਨੀ ਤੇ ਟਿੱਪਣੀਆਂ ਹੋਈਆਂ ਪਰ ਸਿਆਸਤ ਦੇ ਵਿੱਚ ਪਹਿਲਾਂ ਵੀ ਐਵੇਂ ਹੁੰਦਾ ਰਿਹਾ ਹੈ ਤੁਹਾਡੀ ਧਰਮ ਪਤਨੀ ਬਾਰੇ ਜਿਹੜੀ ਪਾਰਟੀ 'ਚ ਤੁਸੀਂ ਗਏ ਹੋ ਉਹਨਾਂ ਵੱਲੋਂ ਵੀ ਟਿੱਪਣੀਆਂ ਕੀਤੀਆਂ ਗਈਆਂ ਤਾਂ ਸਵਾਲ ਇਹ ਹੈ ਕਿ ਉਹ ਟਿੱਪਣੀਆਂ ਤੇ ਅੱਜ ਵਾਲੀਆਂ ਟਿੱਪਣੀਆਂ ਨੂੰ ਤੁਸੀਂ ਕਿਵੇਂ ਦੇਖਦੇ ਹੋ ਫਿਰ ਹਾਂ ਉਹ ਇੱਕ ਬਹੁਤ ਹੀ ਬਜ਼ੁਰਗ ਅਣਪੜ ਬੰਦੇ ਨੇ ਇੱਕ ਗੱਲ ਕਹੀ ਸੀ ਇੱਕ ਬੰਦੇ ਨੇ ਅੱਜ ਹਜ਼ਾਰ ਮੇਲਾ ਸਿੰਘ ਬਣ ਚੁੱਕੇ ਨੇ ਕੀ ਇਹੀ ਇਹੀ ਚੀਜ਼ ਕਰਨੀ ਚਾਹੁੰਦੇ ਆਪਾਂ ਵੀ ਜਿਹੜੀ ਗੱਲ ਉਦੋਂ ਜੇ ਉਹ ਲੜਾਈ ਤਾਂ ਮੇਰੇ ਨਾਲ ਸੀ ਅੱਜ ਉਹ ਗੱਲ ਚੱਕਣ ਦਾ ਕੀ ਮੁੱਦਾ ਹੋ ਗਿਆ ਸੀ ਇਮੋਸ਼ਨਲੀ ਹਰਟ ਕਰਨਾ ਕਿਸੇ ਬੰਦੇ ਨੂੰ ਇਮੋਸ਼ਨਲੀ ਹਰਟ ਕਰ ਰਹੇ ਨੇ ਅੱਜ ਉਹ ਦੁਬਾਰੇ ਚੀ ਚੱਕੀ ਗਈ ਦੁਬਾਰੇ ਬਾਰ ਬਾਰ ਦੱਸਿਆ ਗਿਆ ਇੱਕ ਅਨਪੜਤਾ ਇੱਕ ਬੰਦੇ ਇੱਕ ਬੰਦੇ ਦੀ ਗਲਤੀ ਉੱਥੇ ਤਾਂ ਇੱਕ ਇੱਕ ਮਿੰਟ ਸੀ ਨਾ ਮੰਨਦੇ ਹੋ ਇਹ ਗੱਲ ਇੱਕ ਬੰਦਾ ਸੀ ਅੱਜ ਕਿੰਨੇ ਬੰਦੇ ਨੇ ਉਹ ਕਾਂਗਰਸ ਵਾਲੇ ਫਿਰ ਇੰਨਾ ਚ ਤੇ ਉਹਨਾਂ ਚ ਕੀ ਫਰਕ ਰਹਿ ਗਿਆ ਹਰ ਇੱਕ ਜਗ੍ਹਾ ਤੇ ਪੈਰ ਪੈਰ ਤੇ ਮੇਲਾ ਸਿੰਘ ਨੇ ਪੈਰ ਪੈਰ ਤੇ ਬਸ ਚਿਹਰੇ ਢਗੇ ਹੋਏ ਨੇ ਜਦੋਂ ਚਿਹਰੇ ਨੰਗੇ ਹੋ ਜਾਂਦੇ ਨੇ ਉਹ ਬੰਦੇ ਦਾ ਪਤਾ ਲੱਗ ਜਾਂਦਾ ਤੇ ਆਪਾਂ ਨੂੰ ਸਾਰਿਆਂ ਦਾ ਪਤਾ ਲੱਗ ਜਾਂਦਾ ਮਤਲਬ ਪਾਰਟੀਆਂ ਇੱਕੋ ਜਿਹੀ ਹੋ ਗਈਆਂ ਨਾ ਫਿਰ ਸਾਰਾ ਕੁਝ ਇੱਕੋ ਜਿਹਾ ਹੋ ਗਿਆ ਬਾਈ ਜੀ ਤੁਸੀਂ ਦੇਖੋ ਤਾਂ ਸਹੀ ਵਿਨੀਸ਼ ਸਵਾਲ ਅੱਛਾ ਇਫ ਆਮ ਨਾਟ ਰੋਂਗ ਮੈਨੂੰ ਯਾਦ ਆ ਜਦੋਂ ਤੁਸੀਂ 2022 ਦੀ ਚੋਣ ਲੜ ਰਹੇ ਸੀ ਸੀਐਮ ਸਾਹਿਬ ਦੇ ਖਿਲਾਫ ਤੁਹਾਡੇ ਕੈਂਪੇਨ ਲਈ ਪ੍ਰਿਯੰਕਾ ਗਾਂਧੀ ਆਈ ਸੀਗੇ ਉਦੋਂ ਇੱਕ ਛੋਟਾ ਜਿਹਾ ਇੰਟਰਸਟਿੰਗ ਕਿੱਸਾ ਹੋਇਆ ਸੀ ਉਹ ਮੈਂ ਸ਼ੇਅਰ ਕਰਕੇ ਆਪਦਾ ਕੁਐਸਚਨ ਤੇ ਆਉਂਗਾ ਪ੍ਰਿਯੰਕਾ ਗਾਂਧੀ ਨੂੰ ਰੈਲੀ ਸਪੌਟ ਤੱਕ ਸੁਨੀਲ ਜਾਖੜ ਡਰਾਈਵ ਕਰਕੇ ਲੈ ਕੇ ਗਏ ਸੀਗੇ ਤੇ ਜਦੋਂ ਸੁਨੀਲ ਜਾਖੜ ਨੇ ਤੁਹਾਡੀ ਇੰਟਰੋ ਕਰਵਾਈ ਸੀ ਪ੍ਰਿਯੰਕਾ ਜੀ ਨਾਲ ਤੁਹਾਡੇ ਵਾਈਫੇ ਨਾਲ ਸੀ ਤੇ ਉਹਨਾਂ ਨੇ ਇੰਟਰੋ ਕਰਵਾਈ ਸੀ ਦਲਵੀਰ ਗੋਲਡੀ ਐਮ ਐਲ اے ਕੇ ਕੈਂਡੀਡੇਟ ਹੈ ਧੂਰੀ ਤੋਂ ਤੇ ਸ਼ੀ ਇਸ ਮਿਸਿਸ ਗੋਲਡੀ ਤੇ ਉਹਨਾਂ ਦੇ ਵਰਡ ਸੀਗੇ ਆਈ ਕੋਟ ਕਿ ਸ਼ੀ ਇਸ ਮੋਰ ਪਪੂਲਰ ਦੈਨ ਦਲਵੀਰ ਗੋਲਡੀ ਜੀ ਬਿਲਕੁਲ ਠੀਕ ਹੈ ਜੀ ਅੱਜ ਦਲਵੀਰ ਗੋਲਡੀ ਵੀ ਕਾਂਗਰਸ ਚ ਹੈ ਨਹੀਂ ਸੁਨੀਲ ਜਾਖੜ ਵੀ ਕਾਂਗਰਸ ਚ ਹੈ ਨਹੀਂ ਤੇ ਮੇਰਾ ਸਵਾਲ ਇਹ ਹੈ ਕਿ ਤੁਹਾਡੇ ਲਈ ਪ੍ਰਿਯੰਕਾ ਗਾਂਧੀ ਤੱਕ ਨੇ ਕੈਂਪੇਨ ਕੀਤਾ ਸੀ ਤੁਹਾਡੇ ਲਈ ਉਹ ਕੰਪਲੀਮੈਂਟ ਕੀਤੇ ਸੀਗੇ ਇਹੋ ਜਿਹੇ ਕਿਹੜੇ ਸਰਕਮਸਟੈਂਸਸ ਬਣ ਜਾਂਦੇ ਆ ਸਿਆਸਤ ਚ ਆ ਕੇ ਕਿ ਲੀਡਰਾਂ ਨੂੰ ਇੱਕਦਮ ਕੁਇਟ ਕਰਕੇ ਜਾਣਾ ਪੈਂਦਾ ਹੈ ਭਾਵੇਂ ਉਹ ਸੁਨੀਲ ਜਾਖੜ ਹੋਣ ਉਹ ਵੀ ਸਾਡੇ ਇਕ ਟਾਇਰੇ ਚ ਆਏ ਸੀਗੇ ਉਹਨਾਂ ਨੇ ਵੀ ਕਾਂਗਰਸ ਪਾਰਟੀ ਨੂੰ ਲੈ ਕੇ ਕਾਫੀ ਚਰਚਾ ਕੀਤੀ ਤੇ ਭਾਵੇਂ ਦਲਵੀਰ ਗੋਲਡੀ ਹੋਣ ਉਸ ਲੈਵਲ ਦੇ ਕਦਾਵਰ ਨੇਤਾ ਜਿਨ੍ਹਾਂ ਲਈ ਗਾਂਧੀ ਪਰਿਵਾਰ ਕੈਂਪੇਨ ਕਰਨ ਆ ਰਹੇ ਤੇ ਜਿਨ੍ਹਾਂ ਵੱਲੋਂ ਇੱਕ ਕੰਪਲੀਮੈਂਟ ਕੀਤਾ ਜਾ ਰਿਹਾ ਤੁਹਾਨੂੰ ਤੁਹਾਡੇ ਪਰਿਵਾਰ ਨੂੰ ਭਾਜੀ ਬਿਲਕੁਲ ਤੁਹਾਡੀ ਗੱਲ ਸਹੀ ਆ ਕਿ ਤੁਸੀਂ ਆਪਦੀ ਜ਼ਿੰਦਗੀ ਦਾ ਅਹਿਮ ਜਿਹੜਾ ਟਾਈਮ ਆ ਤੁਸੀਂ ਇੱਕ ਆਰਗੇਨਾਈਜੇਸ਼ਨ ਨੂੰ ਦੇ ਰਹੇ ਹੋ ਮੈਨੂੰ ਸਭ ਤੋਂ ਵੱਧ ਹਰਟ ਜਿਹੜੀ ਗੱਲ ਕਰੀ ਮੇਰੇ ਬਾਪ ਮੇਰੇ ਫਾਦਰ ਸਾਹਿਬ ਬਾਰੇ ਬੋਲਣਾ ਮੇਰੀ ਵਾਈਫ ਬਾਰੇ ਬੋਲਣਾ ਮੇਰੇ ਤੇ ਇੱਕਦਾਂ ਵੀ ਤੁਸੀਂ ਹੁਣ ਕਰਪਟ ਹੋ ਜਾਨੇ ਹੋ ਦੋ ਦਿਨਾਂ ਦੇ ਵਿੱਚ ਹੀ ਦੋ ਦਿਨ ਪਹਿਲਾਂ ਤੁਹਾਨੂੰ ਮੈਂ ਤੁਹਾਡੇ ਲੀਡਰ ਮੈਂ ਦੋ ਤਿੰਨ ਕ ਬੰਦਿਆਂ ਕਰਕੇ ਸਾਰੀ ਪ੍ਰੋਬਲਮਾਂ ਮੇਰੀ ਮੇਰੀ ਕੋਈ ਹੋਰ ਜ਼ਿਆਦਾ ਵੱਡੀ ਪ੍ਰੋਬਲਮ ਨਹੀਂ ਹੈਗੀ ਤੇ ਬਸ ਇੱਕ ਗੱਲ ਉਹੀ ਆ ਵੀ ਚਾਹੇ ਇਮੋਸ਼ਨਲ ਕਹਿ ਲੋ ਚਾਹੇ ਜਜ਼ਬਾਤੀ ਕਹਿ ਲੋ ਚਾਹੇ ਜਲਦਬਾਜੀ ਕਹਿ ਲੋ ਇਹਨੂੰ ਸ਼ਬਦ ਕੋਈ ਵੀ ਦੇ ਦਿਓ ਇਸ ਚੀਜ਼ ਦਾ ਬਟ ਜੇ ਮੇਰੀ ਜਗ੍ਹਾ ਤੇ ਹੁਣ ਜੇ ਜੇ ਤੁਸੀਂ ਆਪਦੇ ਫਾਦਰ ਸਾਹਿਬ ਬਾਰੇ ਸੁਣੀ ਜਾਓਗੇ ਤੁਸੀਂ ਆਪਦੀ ਮਿਸੇਸ ਬਾਰੇ ਸੁਣੀ ਜਾਓਗੇ ਤੁਸੀਂ ਆਪਦੇ ਖੱਛਰ ਕੋੜੇ ਆਪਦੇ ਆਪ ਨੂੰ ਇਹ ਜੇ ਕਮੈਂਟ ਸੁਣ ਕੇ ਵੀ ਤੁਸੀਂ ਉੱਥੇ ਦੇ ਉੱਥੇ ਹੀ ਬੈਠੇ ਰਹੋਗੇ ਮੈਨੂੰ ਲੱਗਦਾ ਫੇਰ ਤੁਸੀਂ ਜਿਉਂਦੇ ਨਹੀਂ ਹੈਗੇ ਤੁਸੀਂ ਜਿੰਦਾ ਲਾਸ਼ ਹੋ ਜੇ ਤੁਹਾਡੇ ਚ ਸਾਹ ਨੇ ਜੇ ਤੁਸੀਂ ਉਹ ਜ਼ਿੰਦਾ ਹੋ ਤੋ ਜ਼ਿੰਦਾ ਨਜ਼ਰ ਆਣਾ ਜ਼ਰੂਰੀ ਹੈ ਤਦ ਇਹ ਲੋਕਾਂ ਨੂੰ ਜਿਉਂਦਾ ਦੇਖਣਾ ਜ਼ਰੂਰੀ ਆ ਨਹੀਂ ਕੋਈ ਵੀ ਬੰਦਾ ਕਿਸੇ ਬਾਰੇ ਵੀ ਪੁੱਠਾ ਸਿੱਧਾ ਬੋਲ ਜਾਇਆ ਕਰੂਗਾ ਕਿਸੇ ਨੇ ਕੋਈ ਮੈਟਰ ਨਹੀਂ ਕਰਨਾ ਤੇ ਸੁਨੀਲ ਸੁਨੀਲ ਜਾਖੜ ਬਾਰੇ ਵੀ ਮੈਂ ਪੁੱਛਿਆ ਸੀ ਨਾ ਬਾਰੇ ਤੁਹਾਡਾ ਕੀ ਵੀ ਉਹ ਕੱਲ ਆ ਕੇ ਸੀਗੇ ਸਾਰੇ ਲੋਕ ਨੇ ਪਹਿਲਾਂ ਵੀ ਸਤਕਾਰਯੋਗ ਸੀ ਅੱਜ ਵੀ ਸਤਕਾਰਯੋਗ ਨੇ ਮੈਂ ਤੁਹਾਨੂੰ ਦੱਸਿਆ ਵੀ ਮੇਰੇ ਸਾਰੇ ਹਰ ਇੱਕ ਪਾਰਟੀ ਦੇ ਵਿੱਚ ਚੰਗਾ ਬੰਦਾ ਹੋ ਸਕਦਾ ਕੋਈ ਜ਼ਰੂਰੀ ਨਹੀਂ ਕਿ ਪਾਰਟੀ ਪਾਰ ਬੰਦੇ ਹੀ ਪਾਰਟੀਆਂ ਚਲਾਉਂਦੇ ਨੇ ਨਾ ਆਰਗੇਨਾਈਜੇਸ਼ਨ ਹੁਣ ਆ ਨਿਊਜ਼ 18 ਨਾਲ ਆ ਇੱਥੇ ਸਾਰਾ ਆਫਿਸ ਆ ਨਿਊਜ਼ 18 ਇੱਕ ਨਾਮ ਆ ਬਟ ਉਹਦੇ ਚ ਤੁਹਾਡਾ ਸਾਰਿਆਂ ਦਾ ਖੂਨ ਪਸੀਨਾ ਤੁਹਾਡੀ ਮਿਹਨਤ ਲੱਗੀ ਹੋਈ ਆ ਤੁਸੀਂ ਉਹ ਚੀਜ਼ ਨੂੰ ਫੇਰ ਜਾ ਕੇ ਪ੍ਰੂਫ ਕਰਕੇ ਦਿਖਾਉਣੇ ਹੋ ਕਿ ਸਾਡਾ ਅਸੀਂ ਇਹ ਨਾ ਵਧੀਆ ਕੰਮ ਕਰਦੇ ਆ ਸੋ ਸਾਰਿਆਂ ਦੀ ਯੋਗਦਾਨ ਹੁੰਦਾ ਇਹਦੇ ਚ ਇਹ ਕੋਈ ਇਹ ਨਹੀਂ ਹੁੰਦਾ ਹੁਣ ਜੇ ਆਯਾਲੀ ਸਾਹਿਬ ਦੀ ਗੱਲ ਕਰੀਏ ਜਿਵੇਂ ਮੈਂ ਪਹਿਲਾਂ ਦੱਸਿਆ ਪ੍ਰਗਟ ਸਿੰਘ ਹੋਰਾਂ ਦੀ ਗੱਲ ਕਰੀਏ ਨਵਜੋਤ ਸਿੰਘ ਸਿੱਧੂ ਹੋਰਾਂ ਦੀ ਗੱਲ ਕਰੀਏ ਜਾਖੜ ਸਾਹਿਬ ਹੋਰਾਂ ਦੀ ਗੱਲ ਕਰੀਏ ਸੋ ਸਾਰੇ ਚੰਗੇ ਬੰਦੇ ਨੇ ਠੀਕ ਆ ਤਕਰਾਰ ਹੋ ਜਾਂਦੇ ਨੇ ਹੁਣ ਗੋਲਡੀ ਤਾਂ ਗੋਲਡੀ ਰਹੂਗਾ ਨਾ ਗੋਲਡੀ ਤਾਂ ਉਹੀ ਮੁੱਦਿਆਂ ਤੇ ਲੜਨ ਵਾਲਾ ਗੋਲਡੀ ਰਹੂਗਾ ਜੇ ਕੋਈ ਗੱਲ ਮੈਨੂੰ ਇੱਧਰ ਵੀ ਠੀਕ ਨਹੀਂ ਲੱਗੀ ਤਾਂ ਦਲਵੀਰ ਸਿੰਘ ਗੋਲਡੀ ਤਾਂ ਉਹੀ ਆ ਨਾ ਤੇ ਮੈਂ ਤਾਂ ਫਿਰ ਉਹੀ ਲੜਨਾ ਹੈ ਨਾ ਤੁਸੀਂ ਇੱਥੇ ਵੀ ਆਵਾਜ਼ ਚੁੱਕੋਗੇ ਜੀ ਬਿਲਕੁਲ ਕਿਉਂ ਨਹੀਂ ਚੱਕਾਂਗੇ ਸਾਡਾ ਕੰਮ ਹੀ ਇਹ ਆ ਲੋਕਾਂ ਦੀ ਲੜਾਈ ਲੜਨੀ ਜੀ ਹੋਰ ਸਵਾਲ ਪੁੱਛ ਰਹੇ ਆ ਤੁਸੀਂ ਇੱਕ ਸ਼ਬਦ ਦਾ ਇਸਤੇਮਾਲ ਕੀਤਾ ਕਿ ਇਸ ਨੂੰ ਜਲਦਬਾਜ਼ੀ ਕਹਿ ਲਓ ਜਜ਼ਬਾਤ ਕਹਿ ਲਓ ਜਾਂ ਕੁਝ ਵੀ ਕਹਿ ਲਓ ਕਾਂਗਰਸ ਇਸ ਨੂੰ ਗਦਾਰੀ ਕਹਿ ਰਹੀ ਹੈ ਮੈਨੂੰ ਲੱਗਦਾ ਵੀ ਬਗਾਵਤ ਤੇ ਗਦਾਰੀ ਦੋਵੇਂ ਬੜੇ ਅਲੱਗ-ਅਲੱਗ ਸ਼ਬਦ ਨੇ ਇਹ ਬਗਾਵਤ ਉਹ ਉਹ ਗਦਾਰੀ ਕਹਿੰਦੇ ਨੇ ਤੇ ਮੈਂ ਇਹਨੂੰ ਬਗਾਵਤ ਕਹਿਣਾ ਜਿੱਥੇ ਤੁਹਾਡੇ ਤੇ ਤਸੀਹੇ ਹੋਣ ਕੱਲਾ ਮੇਰਾ ਨਾਮ ਨਹੀਂ ਇੱਥੇ ਬਹੁਤ ਸਾਰੇ ਲੀਡਰ ਅਜਿਹੇ ਨੇ ਜਿਵੇਂ ਹੁਣੇ ਸੁਨੀਲ ਜਾਖੜ ਸਾਹਿਬ ਦੀ ਗੱਲ ਹੋਈ ਆ ਬਹੁਤ ਸਾਰੇ ਅਜਿਹੇ ਚਿਹਰੇ ਨੇ ਜਿਨ੍ਹਾਂ ਨੇ ਬੜੇ ਵਧੀਆ ਤਰੀਕੇ ਨਾਲ ਮਿਹਨਤ ਕਰੀਆ ਤੇ ਮੈਂ ਇਹ ਬਗਾਵਤ ਕਰੀਆ ਇਹ ਸ਼ਬਦ ਗਦਾਰੀ ਵਾਲਾ ਸਿਰਫ ਖੈਰਾ ਸਾਹਿਬ ਨੇ ਦਿੱਤਾ ਮੈਂ ਖੈਰਾ ਸਾਹਿਬ ਤੋਂ ਪੁੱਛਣਾ ਚਾਹਣਾ ਕੀ ਤੁਸੀਂ ਆਪਦੇ ਪਿਤਾ ਪੁਰਖੀ ਅਕਾਲੀ ਦਲ ਪਾਰਟੀ ਕਿਉਂ ਛੱਡੀ ਕੀ ਤੁਸੀਂ ਗਦਾਰੀ ਨਹੀਂ ਕੀਤੀ ਤੁਸੀਂ ਕਾਂਗਰਸ ਤੋਂ ਇਲੈਕਸ਼ਨ ਲੜੀ ਫਿਰ ਤੁਸੀਂ ਕਾਂਗਰਸ ਨੂੰ ਛੱਡਿਆ ਰਾਹੁਲ ਗਾਂਧੀ ਜੀ ਬਾਰੇ ਤੁਸੀਂ ਨੇ ਟਿੱਕਾ ਟਿੱਪਣੀਆਂ ਕੀਤੀਆਂ ਕੈਪਟਨ ਬਰਿੰਦਰ ਸਿੰਘ ਜੀ ਬਾਰੇ ਤੁਸੀਂ ਨੇ ਟਿੱਕਾ ਟਿੱਪਣੀਆਂ ਕੀਤੀਆਂ ਠੀਕ ਹੈ ਨਾ ਫਿਰ ਤੁਸੀਂ ਇੱਕ ਆਮ ਆਦਮੀ ਜੀ ਚਲੇ ਗਏ ਫਿਰ ਉਦੋਂ ਬਾਅਦ ਤੁਸੀਂ ਪੰਜ ਸੱਤ ਬੰਦੇ ਲੈ ਕੇ ਫਿਰ ਉਹ ਪਾਰਟੀ ਛੱਡਤੀ ਹੁਣ ਤੁਸੀਂ ਫੇਰ ਕਾਂਗਰਸ ਦੇ ਵਿੱਚ ਆ ਗਏ ਠੀਕ ਹੈ ਨਾ ਕਿ ਇਹਨੂੰ ਤੁਸੀਂ ਮੈਂ ਵਗਾਵਤ ਕਰਿਆ ਤੇ ਮੈਂ ਕਿਤੇ ਵੀ ਮੈਨੂੰ ਕਿਤੇ ਧੱਕਾ ਲੱਗੂਗਾ ਤੇ ਮੈਂ ਹਮੇਸ਼ਾ ਵਗਾਵਤੀ ਰਾਹ ਤੇ ਹੀ ਰਹਾ ਮੈਂ ਵਗਾਵਤ ਹੀ ਕਰਨਾ ਜਾਣਦਾ ਤਾਂ ਦਿਲਵੀਰ ਕੋਈ ਨਹੀਂ ਜਾਣਦਾ ਦਿਲਵੀਰ ਗੋਲਡੀ ਬਾਗੀ ਦਿਲਵੀਰ ਗੋਲਡੀ ਹੈ ਬਾਗੀ ਦਿਲਵੀਰ ਗੋਲਡੀ ਜੀ ਠੀਕ ਹੈ ਚਲੋ ਇੱਕ ਹੋਰ ਸਵਾਲ ਹੈ ਸਾਡੀ ਸਹੋਗੀ ਪ੍ਰੀਤੀ ਹੈ ਸਰ ਮੇਰਾ ਸਵਾਲ ਹੈ ਕਿ ਜਦੋਂ ਤੁਸੀਂ ਤੂਰੀ ਦੀ ਡਿਵੈਲਪਮੈਂਟ ਦੀ ਗੱਲ ਕਰ ਰਹੇ ਸੀ ਟੋਲ ਪਲਾਜ਼ਿਆਂ ਦੀ ਵੀ ਤੁਸੀਂ ਗੱਲ ਕੀਤੀ ਹੈ ਸਾਨੂੰ ਪਤਾ ਹੈ ਕਿ ਤੁਸੀਂ ਟੋਲ ਪਲਾਜ਼ੇ ਦੇ ਵਿੱਚ ਬੜਾ ਯੋਗਦਾਨ ਪਾਇਆ ਹੈ ਤਤੂਰੀ ਦੇ ਵਿੱਚ ਕੁਝ ਸਮੱਸਿਆਵਾਂ ਵੀ ਹੈਗੀਆਂ ਨੇ ਤੁਹਾਨੂੰ ਪਤਾ ਹੋਊਗਾ ਰੇਲਵੇ ਫਾਟਕ ਨੂੰ ਲੈ ਕੇ ਉੱਥੇ ਓਵਰ ਬ੍ਰਿਜ ਨੂੰ ਲੈ ਕੇ ਤੂਰੇ ਦੇ ਵਿੱਚ ਲਾਇਬ੍ਰੇਰੀ ਨੂੰ ਲੈ ਕੇ ਆਉਣ ਵਾਲੇ ਟਾਈਮ ਦੇ ਵਿੱਚ ਉਹ ਕਦੋਂ ਤੱਕ ਹੱਲ ਹੋ ਸਕਦੀਆਂ ਨੇ ਪਹਿਲਾਂ ਵੀ ਕਈ ਸਰਕਾਰਾਂ ਆਈਆਂ ਕਾਂਗਰਸ ਦੇ ਸੀਗੇ ਤੁਸੀਂ ਕਾਂਗਰਸ ਦੇ ਤੁਹਾਡੀ ਸਰਕਾਰ ਸੀ ਉਦੋਂ ਵੀ ਨਹੀਂ ਉਹ ਹੱਲ ਹੋਏ ਤੇ ਹੁਣ ਤੁਸੀਂ ਆਮ ਆਦਮੀ ਪਾਰਟੀ ਦੇ ਵਿੱਚੋਂ ਤੇ ਹੁਣ ਆਮ ਆਦਮੀ ਪਾਰਟੀ ਵੀ ਤੁਹਾਡੀ ਸਰਕਾਰ ਹੈ ਤੇ ਕਦੋਂ ਹੱਲ ਹੋ ਸਕਦੇ ਨੇ ਤੁਸੀਂ ਨੇ ਬਿਲਕੁਲ ਮੈਨੂੰ ਲੱਗਦਾ ਤੁਸੀਂ ਧੂਰੀ ਧੂਈ ਹੋ ਹਾਂਜੀ ਬਿਲਕੁਲ ਬਿਲਕੁਲ ਤੁਸੀਂ ਨੇ ਬਹੁਤ ਸਹੀ ਇਹ ਗੱਲ ਕਰੀ ਤੇ ਬਿਲਕੁਲ ਇਹ ਐਕਚੁਅਲ ਚ ਇਹ ਪ੍ਰੋਬਲਮਸ ਹੈਗੀਆਂ ਨੇ ਬਟ ਹਜੇ ਮੇਰੇ ਵੱਲੋਂ ਇਹਦੇ ਤੇ ਪੁਖਤਾ ਜਾਣਕਾਰੀ ਦੇਣਾ ਮੈਨੂੰ ਲੱਗਦਾ ਟੂ अर्ਲੀ ਆ ਮੈਨੂੰ ਹਜੇ ਬਹੁਤ ਥੋੜੇ ਦਿਨ ਹੋਏ ਨੇ ਬਟ ਤੁਹਾਨੂੰ ਇਹ ਚੀਜ਼ ਦੀ ਮੈਂ ਸ਼ੋਰਟੀ ਦਿੰਨਾ ਔਨ ਰਿਕਾਰਡ ਕਹਿ ਰਿਹਾ ਤੁਹਾਨੂੰ ਤੁਹਾਡਾ ਇਹ ਭਰਾ ਇਸ ਮੁੱਦਿਆਂ ਲਈ ਲੜਦਾ ਨਜ਼ਰ ਆਊਗਾ ਸਰ ਇਹ ਰਿਕੁਐਸਟ ਹੈ ਕਿ ਲਾਇਬ੍ਰੇਰੀ ਦੇ ਲਈ ਵੀ ਜ਼ਰੂਰੀ ਹੈ ਲਾਇਬ੍ਰੇਰੀ ਬਿਲਕੁਲ ਥੋੜੇ ਜਿਹੇ ਦਿਨ ਦਿਓ ਤੁਸੀਂ ਮੈਂ ਇਹ ਦੋਨਾਂ ਚੀਜ਼ਾਂ ਦੇ ਉੱਤੇ ਤੁਹਾਨੂੰ ਇਹ ਮੇਰੀ ਤੁਹਾਨੂੰ ਮੈਂ ਸਪੈਸ਼ਲੀ ਕਾਲ ਕਰਕੇ ਦੱਸੂ ਮੈਂ ਅੱਜ ਇਹ ਮੈਂ ਮੰਗ ਪੱਤਰ ਮੁੱਖ ਮੰਤਰੀ ਸਾਹਿਬ ਨੂੰ ਦੇ ਕੇ ਆਇਆ ਵੀ ਸਾਡੇ ਦੋਰੀ ਦੇ ਦੇਖੋ ਕੋਈ ਉਮੀਦ ਇਸ ਕਰਕੇ ਵੀ ਜ਼ਿਆਦਾ ਮਰੀਦ ਨਹੀਂ ਕਿਉਂਕਿ ਹੁਣ ਤੁਸੀਂ ਸੱਤਾਧਿਰ ਚੋਂ ਹਾਂਜੀ ਹਾਂ ਬਿਲਕੁਲ ਸੱਤਾਧਿਰ ਚੋਂ ਬਿਲਕੁਲ ਚਲੋ ਮੇਰੇ ਕੋਲ ਦੋ ਸਵਾਲ ਨੇ ਮੈਂ ਉਸ ਤੋਂ ਹੀ ਵੈਂਡ ਅਪ ਕਰੂੰਗਾ ਪਹਿਲਾ ਸਵਾਲ ਹੈ ਕਿ ਹੁਣ ਦਲਬੀਰ ਗੋਲਡੀ ਦਾ ਮਕਸਦ ਕੀ ਹੈ ਤੁਹਾਡੇ ਨਾਲ ਗੱਲਬਾਤ ਕਰਕੇ ਮਕਸਦ ਇਹ ਸਮਝ ਆ ਰਿਹਾ ਹੈ ਕਿ ਦਲਬੀਰ ਗੋਲਡੀ ਦੇ ਜ਼ਹਿਨ ਚ ਕਿ ਬਸ ਸੁਖਪਾਲ ਖੇੜਾ ਜਿੱਤ ਨਹੀਂ ਦੇਣਾ ਕੀ ਹੈ ਨੇ ਮੈਂ ਨਾ ਤਾਂ ਮੈਂ ਕੋਈ ਐਡਾ ਵੱਡਾ ਬੰਦਾ ਕਿ ਮੈਂ ਕਿਸੇ ਨੂੰ ਜਿਤਾ ਸਕਾਂ ਤੇ ਨਾ ਹਰਾ ਸਕਾਂ ਕਿਰਪਾ ਗੁਰੂ ਮਹਾਰਾਜ ਨੇ ਕਰ ਰਹੀ ਹੈ ਨਾ ਪੋਲੀਟੀਕਲ ਲੱਗਦੀ ਹੈ ਨਾ ਮੇਰਾ ਇੱਥੇ ਰਾਜਾ ਵੜਿੰਗ ਬੈਠੇ ਸੀ ਇੱਥੇ ਪ੍ਰਤਾਪ ਬਾਜਵਾ ਬੈਠੇ ਸੀ ਕਹਿੰਦੇ ਅਸੀਂ ਬਿੱਟੂ ਜਿੱਤਣ ਨਹੀਂ ਦੇਣਾ ਬਹੁਤ ਕਲੀਅਰ ਆ ਸੀ ਬਿੱਟੂ ਨਹੀਂ ਜਿੱਤਣ ਦੇਣਾ ਤੁਸੀਂ ਕਹਿੰਦੇ ਹੋ ਕਿ ਸੁਖਪਾਲ ਕਹਿ ਰਿਹਾ ਜਿੱਤਣ ਨਹੀਂ ਦੇਣਾ ਨਹੀਂ ਨਹੀਂ ਮੇਰੀ 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 ਮੈਂ ਐਕਟਿਵ ਪੋਲੀਟਿਕਸ ਕਦੇ કરી ਹੀ ਨਹੀਂ ਤੇ ਨਾ ਹੀ ਮੈਂ ਕਰਨੀ ਆ ਮੇਰਾ ਏਮ ਤਾਂ ਮੈਂ ਮੈਂ ਮੁੱਖ ਮੰਤਰੀ ਸਾਹਿਬ ਨਾਲ ਮੇਰੀ ਕਮਿਟਮੈਂਟ ਦਾ ਸਿਰਫ ਇੰਨੀ ਕਾ ਵੀ ਮੈਂ ਧੂਰੀ ਦੀ ਡਿਵੈਲਪਮੈਂਟ ਚਾਹਣਾ ਜੀ ਤੇ ਮੈਂ ਉਹ ਕਰਵਾਉਣੀ ਆ ਤੇ ਮੈਂ ਉਹਦੇ ਤੇ ਕੰਮ ਕਰਨਾ ਤੇ ਇਹਦੇ ਚ ਕੋਈ ਜਿੱਤੇ ਹਾਰੇ ਇਹ ਡਿਫਰੈਂਟ ਗੱਲਾਂ ਨੇ ਮੈਂ ਜਿਹੜਾ ਆ ਥੋੜੀ ਜਿਹੀ ਦਿਨਾਂ ਦੇ ਵਿੱਚ ਜਿਹੜਾ ਇੱਕ ਥੋੜਾ ਜਿਹਾ 네ਗਟਿਵ ਚੀਜ਼ ਮੇਰੇ ਵੱਲੋਂ ਚੱਲੇਗੀ ਉਹ ਇਹ ਲੱਗਿਆ ਕਿ ਇਹਨੇ ਪਾਰਟੀ ਛੱਡ ਕੇ ਇੱਧਰ ਚਲਾ ਗਿਆ ਬਟ ਜੇ ਉਹ ਉਹ ਤਾਂ ਸਿੱਧ ਹੁੰਦੀ ਜੇ ਮੈਂ ਟਿਕਟ ਲੈਂਦਾ ਹੁੰਦਾ ਕਿਸੇ ਤੋਂ ਉਹ ਤਾਂ ਸਿੱਧ ਹੋਣੀ ਸੀ ਜਦੋਂ ਮੈਂ ਟਿਕਟ ਹੀ ਨਹੀਂ ਲੈ ਰਿਹਾ ਮੈਂ ਟਿਕਟ ਥੋੜੀ ਮੰਗ ਰਿਹਾ ਇਹ ਜ਼ਿਆਦਾਤਰ ਟਿਕਟ ਕਿਉਂਕਿ ਪਰਸੈਪਸ਼ਨ ਦੀ ਗੱਲ ਹੈ ਨਾ ਮੇਰੇ ਇੱਕ ਇਸ ਪਰ ਸੈਫਿੰਗ ਬੈਠ ਗਏ ਕਿ ਕੋਈ ਆਗੂ ਟਿਕਟ ਨਾ ਮਿਲਣ ਤੋਂ ਬਾਅਦ ਪਾਰਟੀ ਛੱਡ ਰਿਹਾ ਦਾ ਮਤਲਬ ਇਹ ਹੈ ਕਿ ਉਹਨੂੰ ਟਿਕਟ ਚਾਹੀਦੀ ਸੀ ਤੁਸੀਂ ਜਿੰਨੀ ਮਰਜ਼ੀ ਦਿਲੀ ਨਾ ਦਿਓ ਜਿੰਨੀ ਮਰਜ਼ੀ ਕੁਝ ਮਰਜ਼ੀ ਕਰਦਾ ਬੜਾ ਕਲੀਅਰ ਹੈ ਲੋਕਾਂ ਦੀ ਮਨ ਤੇ ਮੇਰਾ ਜਿਹੜਾ ਆਉਣ ਵਾਲਾ ਸਮਾਂ ਉਹੀ ਦੱਸੂਗਾ ਵੀ ਮੈਂ ਇਹ ਡਿਸੀਜਨ ਕਿਸ ਕਰਕੇ ਲਿਆ ਮੈਂ ਇਹ ਚੰਗਾ ਲਿਆ ਜਾਂ ਮੈਂ ਮਾੜਾ ਲਿਆ ਜੇ ਦਰਬੀਰ ਸਿੰਘ ਗੋਲਦੀ ਘਰੇ ਬਹਿ ਗਿਆ ਉਹ ਲੋਕਾਂ ਲਈ ਕੰਮ ਕਰਦਾ ਨਾ ਨਜ਼ਰ ਆਇਆ ਜਾਂ ਉਹ ਲੜਦਾ ਨਾ ਨਜ਼ਰ ਆਇਆ ਤਾਂ ਤੁਸੀਂ ਕਹਿ ਸਕਦੇ ਹੋ ਤੇ ਤੁਸੀਂ ਨੇ ਕੁਝ ਨਾ ਕੁਝ ਅਜੀਹੀ ਚੀਜ਼ ਕਰੀ ਹੋਣੀ ਆ ਤੇ ਪਰਮਾਤਮਾ ਦੀ ਕਿਰਪਾ ਤੇ ਜਦੋਂ ਦਾ ਸ਼ੁਰੂ ਤੋਂ ਇਹ ਇਹ ਇਧਰੋਂ ਲੜ ਰਹੇ ਆ ਯਾਨੀ ਕਿ ਜੋ ਵੀ ਚੀਜ਼ਾਂ ਕਰ ਰਹੇ ਆ ਤਾਂ ਕਦੇ ਵੀ ਆਵਾਜ਼ ਦਬੀ ਨਹੀਂ ਹੈਗੀ ਕਿਸੇ ਦੇ ਡਰ ਤੋਂ ਕਿਸੇ ਦੇ ਭੈਅ ਤੋਂ ਜਦੋਂ ਤੁਸੀਂ ਸਹੀ ਹੁੰਨੇ ਹੋ ਠੀਕ ਹੈ ਇਹਦੇ 'ਚ ਮੈਂ ਬਿਲਕੁਲ ਲਾਸਟ ਦੇ ਵਿੱਚ ਇਹ ਗੱਲ ਜ਼ਰੂਰ ਕਹਿਣੀ ਚਾਹਾਂਗਾ ਕਿ ਜਿਹੜਾ ਮੈਂ ਡਿਸੀਜਨ ਲਿਆ ਕਿਉਂਕਿ ਮੰਨਣਾ ਚਾਹੀਦਾ ਇਨਸਾਨ ਨੂੰ ਮੇਰਾ ਇਹ ਟਾਈਮਿੰਗ ਗਲਤ ਸੀ ਠੀਕ ਹੈ ਮੇਰੀ ਇਹ ਟਾਈਮਿੰਗ ਗਲਤ ਸੀ ਬਾਕੀ ਹੋਰ ਇਹਦੇ ਵਿੱਚ ਕੁਝ ਗਲਤ ਨਹੀਂ ਹੈਗਾ ਤੇ ਮੈਂ ਪਰਟੀ ਗਲਤ ਹੈ ਹਾਂ ਤੁਹਾਡੇ ਬਹੁਤ ਕਰੀਬੀ ਦੋਸਤ ਐ ਬਰਿੰਦਰ ਢਿੱਲੋਂ ਉਹ ਕਹਿੰਦੇ ਪਾਰਟੀ ਗਲਤ ਚੂਜ਼ ਕਰ ਗਿਆ ਬਰਿੰਦਰ ਤੇ ਮੈਂ ਅਸੀਂ ਇਕੱਠਿਆਂ ਨੇ ਕੰਮ ਕਰਿਆ ਬਹੁਤ ਸਾਰਿਆਂ ਨੇ ਕੰਮ ਕਰਿਆ ਅਸੀਂ ਨੇ ਬਹੁਤ ਜ਼ਿਆਦਾ ਤੇ ਮੈਂ ਤੁਹਾਨੂੰ ਬਾਰ-ਬਾਰ ਕਹੀ ਆ ਨਾ ਕਿ ਕੋਈ ਵੀ ਆਰਗੇਨਾਈਜੇਸ਼ਨ ਚੰਗੀ ਜਾਂ ਮਾੜੀ ਨਹੀਂ ਹੁੰਦੀ ਠੀਕ ਹੈ ਉਹਨੂੰ ਚਲਾਉਣ ਵਾਲੇ ਬੰਦੇ ਚੰਗੇ ਜਾਂ ਮਾੜੇ ਹੋ ਸਕਦੇ ਨੇ ਸੋ ਇਹਦੇ ਤੇ ਹੀ ਜ਼ੋਰ ਦੇਣਾ ਚਾਹੀਦਾ ਤੇ ਮੈਨੂੰ ਮੈਂ ਬੜਾ ਕਿਉਂਕਿ ਜਿਹੜਾ ਲੀਡਰ ਹੁੰਦਾ ਨਾ ਨਾ ਤਾਂ ਉਹਦੀ ਕੋਈ ਜਾਤ ਹੁੰਦੀ ਆ ਤੇ ਨਾ ਹੀ ਉਹਦਾ ਕੋਈ ਧਰਮ ਹੁੰਦਾ ਉਹਨੇ ਗੁਰੂ ਘਰ ਵੀ ਸੀਸਟਕਣਾ ਉਹਨੇ ਮੰਦਿਰ ਵੀ ਸੀਸਟਕਣਾ ਉਹਨੇ ਮੁਸਲਮ ਭਾਈਚਾਰੇ ਨਾਲ ਵੀ ਰਾਬਤਾ ਰੱਖਣਾ ਉਹਨੇ ਸਾਰੇ ਭਾਈਚਾਰਿਆਂ ਨਾਲ ਰਾਬਤਾ ਰੱਖਣਾ ਹੁੰਦਾ ਉਸੇ ਤਰੀਕੇ ਨਾਲ ਜਿਹੜਾ ਬੰਦਾ ਆ ਜਾਂਦਾ ਉਹਨੇ ਸਾਰੇ ਪਾਸੇ ਦੀ ਜਿਹੜੀ ਮੈਂ ਉਸ ਤਰੀਕੇ ਨਾਲ ਆਪਦੇ ਆਪ ਨੂੰ ਬਿਲਡ ਕਰਨਾ ਚਾਹਣਾ ਕਿ ਮੈਂ ਆ ਜਿਹੜੀ ਲੜਾਈਆਂ ਨੇ ਨਾ ਇਹਨਾਂ ਤੋਂ ਪਰਾਂ ਹੋ ਕੇ ਮੈਂ ਤਾਂ ਸੋਸ਼ਲ ਤਰੀਕੇ ਨਾਲ ਜਿਹੜਾ ਆਪਦੇ ਏਰੀਏ 'ਚ ਆਪਦੇ ਲੋਕਾਂ ਲਈ ਕੰਮ ਕਰਾਂ। ਠੀਕ ਆ ਚਲੋ ਮੇਰਾ ਆਖਰੀ ਸਵਾਲ ਦਲਵੀਰ ਗੋਲਡੀ ਆਪਣਾ ਸਿਆਸੀ ਭਵਿੱਖ ਹੁਣ ਕੀ ਸੋਚ ਰਿਹਾ ਹੈ ਦੇਖ ਰਿਹਾ ਹੈ ਕਿ ਤੁਸੀਂ ਧੂਰੀ ਦੇ ਨਾਲ ਜੁੜੇ ਰਹੋਗੇ ਜਾਂ ਤੁਹਾਡਾ ਪਲਾਨ ਕੁਝ ਵੱਖਰਾ ਵੀ ਹੋ ਸਕਦਾ। ਧੂਰੀ ਮੇਰੀ ਮਿੱਟੀ ਹੈ ਜੀ ਧੂਰੀ ਮੇਰਾ ਪਿਆਰ। ਕਿ ਬਹੁਤ ਮੈਂ ਪਹਿਲਾ ਸਵਾਲ ਕੀਤਾ ਸੀ ਕਿ ਬੜੀਆਂ ਚਰਚਾਵਾਂ ਕਿ ਬਰਨਾਲੇ ਚਲੇ ਜਾਣਾ ਹੈ। ਤੁਸੀਂ ਓਟ ਸੀਟ ਨੂੰ ਫੜ ਲੈਣਾ ਹੈ। ਨਹੀਂ ਇਹ ਦੇਖੋ ਸਮੇਂ ਮੈਂ ਪਹਿਲਾਂ ਵੀ ਇਹ ਗੱਲ ਕਹੀ ਆ ਕਿ ਧੂਰੀ ਹੀ ਮੈਂ ਜੰਮਿਆ ਧੂਰੀ ਮੈਂ ਪਲਿਆ ਧੂਰੀ ਮੈਂ ਖੇਡਿਆ ਸਾਰਾ ਕੁਝ ਮੇਰਾ ਧੂਰੀ ਆ ਠੀਕ ਹੈ ਨਾ ਹੁਣ ਇਹਦੇ ਚ ਕੋਈ ਤੁਸੀਂ ਐ ਕੋਈ ਤੈ ਨਹੀਂ ਕਰ ਸਕਦੇ ਕਿ ਮੈਂ ਆਹੀ ਚੀਜ਼ ਕਰੂੰਗਾ ਜਾਂ ਆਹ ਚੀਜ਼ ਨਹੀਂ ਕਰੂੰਗਾ ਕਿਉਂਕਿ ਇਹਦੇ ਚ ਭਵਿੱਖ ਬਾਰੇ ਤੁਹਾਨੂੰ ਕੁਝ ਵੀ ਨਹੀਂ ਪਤਾ ਤੁਸੀਂ ਆਪਦੇ ਪ੍ਰੈਜ਼ੀਡੈਂਟ ਨੂੰ ਵਧੀਆ ਤਰੀਕੇ ਨਾਲ ਆਪਦੀ ਫੈਮਿਲੀ ਨਾਲ ਆਪਦੇ ਲੋਕਾਂ ਨਾਲ ਵਧੀਆ ਤਰੀਕੇ ਨਾਲ ਉਹਨਾਂ ਦੇ ਕੰਮ ਆਓ ਜੋ ਪ੍ਰਮਾਤਮਾ ਨੇ ਲਿਖਿਆ ਹੋਇਆ ਜੋ ਤੁਹਾਡੀ ਕਿਸਮਤ ਵਿੱਚ ਲਿਖਿਆ ਹੋਇਆ ਉਹ ਆਪਦੇ ਆਪ ਹੀ ਤੁਹਾਡੀ ਝੋਲੀ ਪਈ ਜਾਣਾ ਤੁਸੀਂ ਚੰਗੇ ਕੰਮ ਕਰੇ ਹੋਣਗੇ ਚੰਗੇ ਪਈ ਜਾਣੇ ਨੇ ਤੁਸੀਂ ਮਾੜੇ ਕੰਮ ਕਰੇ ਹੋਣਗੇ ਮਾੜੇ ਪਈ ਜਾਣੇ ਨੇ ਤੇ ਇਹ 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 ਜ਼ਿੰਦਗੀ ਹੈ ਜਿਹੜੀ ਬੰਦੇ ਦੀ ਇਸੇ ਤਰੀਕੇ ਨਾਲ ਚੱਲੀ ਜਾਣੀ ਹੈ ਜੀ ਤੇ ਮੈਂ ਤਾਂ ਸੰਘਰਸ਼ ਕਰਕੇ ਇੱਥੇ ਤੱਕ ਆਇਆ ਸੰਘਰਸ਼ ਵਿੱਚ ਕੋਈ ਰਸਤਾ ਸੌਖਾ ਨਹੀਂ ਹੁੰਦਾ ਇੱਥੇ ਮੈਂ ਜ਼ੀਰੋ ਤੋਂ ਸ਼ੁਰੂ ਕਰ ਰਿਹਾ ਹਾਂ ਬਿਲਕੁਲ ਜ਼ੀਰੋ ਤੋਂ ਜੇ ਮੈਂ ਕਿਸੇ ਨਵੀਂ ਆਰਗੇਨਾਈਜੇਸ਼ਨ ਨਾਲ ਜੁੜਿਆ ਤਾਂ ਜਿਹੜੀ ਉਧਰ ਚਾਹੇ ਕੁਝ ਵੀ ਸੀ ਮੈਂ ਡਿਸਟ੍ਰਿਕਟ ਪ੍ਰੈਜ਼ੀਡੈਂਟ ਸੀਗਾ ਸੋ ਇਹ ਇਹ ਚੀਜ਼ਾਂ ਮੈਨੂੰ ਲੱਗਦਾ ਕਿ ਜਿੰਨਾ ਕ ਮੈਂ ਆਪਦਾ ਦਿਲ ਕਲੀਅਰ ਕਰਕੇ ਗੱਲ ਕਰਦਾ ਵੀ ਮੇਰਾ ਕੋਈ ਲੀਡਰੀ ਤੇ ਮੇਰੇ ਦੋ ਚਿਹਰੇ ਨਹੀਂ ਹੈਗੇ ਮੇਰਾ ਇੱਕੋ ਹੀ ਚਿਹਰਾ ਜਿਹਾ ਜਿਹਾ ਮੈਂ ਹੈਗਾ ਮੈਂ ਹੈਗਾ ਤੇ ਪਰਮਾਤਮਾ ਦੀ ਕਿਰਪਾ ਮੈਂ ਰੱਬ ਤੋਂ ਡਰ ਕੇ ਕਹਿਣਾ ਤੇ ਮੈਂ ਹਮੇਸ਼ਾ ਹੀ ਯਾਨੀ ਕਿ ਚੰਗਾ ਹੀ ਕੰਮ ਕਰਨ ਦੀ ਕੋਸ਼ਿਸ਼ ਕਰੂੰਗਾ ਪਰਮਾਤਮਾ ਕਦੇ ਵੀ ਕੋਈ ਮਾੜੇ ਰਾਣਾ ਪਾਵੇ ਮਾੜੀ ਕੋਈ ਗੱਲਣਾ ਕਰਾਵੇ ਕਿਸੇ ਪਾਸੇ ਲੈ ਕੇ ਨਾ ਜਾਵੇ ਚਲੋ ਸ਼ੁਕਰੀਆ ਗੋਲਦੀ ਜੀ ਬਹੁਤ ਬਹੁਤ ਧੰਨਵਾਦ ਸਾਡੇ ਨਾਲ ਜੁੜਨ ਦੇ ਲਈ ਅਸੀਂ ਉਮੀਦ ਕਰਦੇ ਹਾਂ ਕਿ ਤੁਸੀਂ ਬਹੁਤ ਖੁੱਲ ਕੇ ਆਪਣੀ ਗੱਲ ਰੱਖੀ ਹੈ ਔਰ ਬਹੁਤ ਸਾਰੇ ਇਲਜ਼ਾਮ ਜਿਹੜੇ ਸੀਗੇ ਉਹਨਾਂ ਦੇ ਉੱਤੇ ਵੀ ਤੁਸੀਂ ਖੁੱਲਕੇ ਬਹੁਤ ਸਾਰੇ ਜਵਾਬ ਦਿੱਤੇ ਨੇ ਬਹੁਤ-ਬਹੁਤ ਸ਼ੁਕਰੀਆ ਸਾਡੇ ਨਾਲ ਜੁੜਨ ਦੇ ਲਈ ਬਹੁਤ ਧੰਨਵਾਦ ਭਾਈ ਬੜੇ ਦਿਨਾਂ ਦਾ ਮੈਂ ਘਰ ਹੀ ਬੈਠਾ ਸੀਗਾ ਤੇ ਤੁਸੀਂ ਨੇ ਮੈਨੂੰ ਬੁਲਾਇਆ ਤੇ ਫਰਸਟ ਇੰਟਰਵਿਊ ਆ ਉਸ ਤੋਂ ਬਾਅਦ ਮੇਰੀ ਇਹ ਤੇ ਮੈਂ ਚਾਹਣਾ ਮੈਂ ਸਾਰਿਆਂ ਨੂੰ ਇਹੀ ਬੇਨਤੀ ਕਰਦਾ ਕਿ ਵੋਟ ਪਾਉਣ ਜ਼ਰੂਰ ਜਾਇਓ ਵੋਟ ਪਾਉਣੀ ਬੇहद ਜ਼ਿਆਦਾ ਲਾਜ਼ਮੀ ਆ ਚਾਹੇ ਤੁਸੀਂ ਆਪ ਦੇ ਕਿਸੇ ਵੀ ਮਨਪਸੰਦ ਕੈਂਡੀਡੇਟ ਨੂੰ ਪਾਓ ਤੇ ਹਮੇਸ਼ਾ ਲੀਡਰਾਂ ਨੂੰ ਮੈਂ ਬੇਨਤੀ ਕਰਦਾ ਹੱਥ ਜੋੜ ਕੇ ਮੈਂ ਬੇਨਤੀ ਕਰਦਾ ਕੀਰ ਘਰਾਂ ਤੱਕ ਨਾ ਪਹੁੰਚਿਆ ਕਰੋ ਜਿਹੜੀਆਂ ਲੜਾਈਆਂ ਨੇ ਤੁਸੀਂ ਆਈਡੀਓਲੋਜੀ ਦੀਆਂ ਲੜਾਈਆਂ ਲੜੋ ਤੁਸੀਂ ਕਮਾਂ ਦੀਆਂ ਲੜਾਈਆਂ ਲੜੋ ਤੁਸੀਂ ਕਿਸੇ ਨੂੰ ਹਾਰਟ ਕਰਕੇ ਕਿਸੇ ਦੇ ਪਰਿਵਾਰ ਤੱਕ ਪਹੁੰਚਦੇ ਹੋ ਠੀਕ ਆ ਤੁਹਾਨੂੰ 2 ਮਿੰਟ ਲਈ ਇਹ ਚੰਗਾ ਲੱਗਦਾ ਪਰ ਬਾਅਦ ਚ ਨਹੀਂ ਮੈਂ ਅੱਜ ਵੀ ਤੁਸੀਂ ਦੇਖਿਓ ਅੱਜ ਵੀ ਜਿਹੜੀ ਸਾਰੇ ਇੰਟਰਵਿਊ ਚ ਮੈਂ ਸਿਰਫ ਉਹ ਗੱਲਾਂ ਦਾ ਜਵਾਬ ਦਿੱਤਾ ਜੋ ਉਹਨਾਂ ਨੇ ਮੇਰੇ ਬਾਰੇ ਬੋਲੀਆਂ ਮੈਂ ਉਹਨਾਂ ਬਾਰੇ ਕੋਈ ਵੀ ਮਾੜੀ ਗੱਲ ਨਹੀਂ ਬੋਲੀ ਹਾਲਾਂਕਿ ਹਜ਼ਾਰ ਗੱਲਾਂ ਨੇ ਤਾਂ ਤੁਸੀਂ ਮੰਨੋ ਵੀ ਮੈਂ ਆਦੇ ਦਿਲ ਤੇ ਪੱਥਰ ਰੱਖ ਕੇ ਇਹ ਚੀਜ਼ ਕਰ ਰਿਹਾ ਸੋ ਮੈਨੂੰ ਨਹੀਂ ਲੱਗਦਾ ਕਿ ਅੱਗੇ ਤੋਂ ਇਹ ਲਾਸਟ ਹੀ ਉਹ ਸੀ ਜਿਹੜਾ ਮੈਂ ਮਾੜਾ ਮੋਟਾ ਕੁਝ ਘਟਬੱਧ ਬੋਲਿਆ ਮੈਂ ਇਸ ਦੂਬਾ ਇਹ ਵੀ ਨਹੀਂ ਬੋਲਣਾ ਕਿਉਂਕਿ ਮੇਰਾ ਜਿਹੜਾ ਨਜ਼ਰੀਆ ਉਹ ਇਹ ਆ ਕਿ ਮੈਂ ਲੋਕਾਂ ਲਈ ਕੰਮ ਕਰਨਾ ਜਿਹੜੇ ਮੈਂ ਫੀਲਡ ਮੈਂ ਖੁਦ ਚੂਜ਼ ਕਰਿਆ ਉਹ 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 ਲੋਕਾਂ ਨੂੰ ਚੰਗਾ ਲੱਗੇ ਉਹ ਲੋਕਾਂ ਨੂੰ ਵਧੀਆ ਲੱਗੇ ਯਾਨੀ ਕਿ ਉਹਨਾਂ ਨੂੰ ਸਾਰਿਆਂ ਨੂੰ ਇੱਕੋ categories ਚ ਨਾ ਗਿਣਿਆ ਜਾਵੇ ਪੰਜੇ ਉਂਗਲਾਂ ਬਰਾਬਰ ਨਹੀਂ ਹੁੰਦੀਆਂ ਸੋ ਪ੍ਰਮਾਤਮਾ ਜਿੰਨਾ ਨੇ ਵੀ ਆ ਦਿਨਾਂ ਦੇ ਵਿੱਚ ਚੰਗਾ ਜਾਂ ਮਾੜਾ ਬੋਲਿਆ ਮੇਰੇ ਲਈ ਮੇਰੇ ਪਰਿਵਾਰ ਲਈ ਵਾਹਿਗੁਰੂ ਉਹਨਾਂ ਨੂੰ ਸਭ ਨੂੰ ਚੜ੍ਹਦੀ ਕਲਾ ਰੱਖੇ ਤੇ ਤਰੱਕੀਆਂ ਮਿਲਣ ਸਾਰਿਆਂ ਨੂੰ ਪਰ ਸੋਚਣ ਤੋਂ ਪਹਿਲਾਂ ਇੱਕ ਵਾਰ ਜ਼ਰੂਰ ਬੋਲਣ ਤੋਂ ਪਹਿਲਾਂ ਇੱਕ ਵਾਰ ਜ਼ਰੂਰ ਸੋਚਣਾ ਚਾਹੀਦਾ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਸ਼ੁਕਰੀਆ ਜੀ ਇੱਕ ਵਾਰ ਅਸੀਂ ਤਾੜੀਆਂ ਦੇ ਨਾਲ ਬਹੁਤ-ਬਹੁਤ ਧੰਨਵਾਦ ਸਾਡੇ ਨਾਲ ਜੁੜਨ ਲਈ ਇਸ ਪੂਰੀ ਗੱਲਬਾਤ ਦੇ ਲਈ ਤੁਸੀਂ ਦੇਖੋ ਬਸ ਇਮੋਸ਼ਨਲੀ ਹੋ ਕੇ ਵੀ ਬਹੁਤ ਤੁਸੀਂ ਆਪਣੀ ਗੱਲ ਰੱਖੀ ਹੈ ਬਹੁਤ-ਬਹੁਤ ਸ਼ੁਕਰੀਆ ਹੋਲੀ ਸਾਡੇ ਨਾਲ ਜੁੜਨ ਲਈ ਬਹੁਤ-ਬਹੁਤ ਧੰਨਵਾਦ ਭਾਜੀ ਕਾਂਗਰਸ ਨੂੰ ਛੱਡਣ ਤੋਂ ਬਾਅਦ ਦਲਵੀਰ ਗੋਲਡੀ ਤੇ ਬਹੁਤ ਸਾਰੇ ਸਵਾਲ ਉੱਠੇ ਨੇ ਉਹਨਾਂ ਦੇ ਜਵਾਬ ਅਸੀਂ ਲੈਣ ਦੀ ਕੋਸ਼ਿਸ਼ ਕੀਤੀ ਹੈ ਇਹ ਪਹਿਲੀ ਇੰਟਰਵਿਊ ਸੀ ਉਹਨਾਂ ਦੀ ਜਦੋਂ ਉਹਨਾਂ ਨੇ ਆਮ ਆਦਮੀ ਪਾਰਟੀ ਨੂੰ ਜੁਆਇਨ ਕਰਨ ਤੋਂ ਬਾਅਦ ਖੁੱਲਕੇ ਗੱਲਬਾਤ ਕੀਤੀ ਹੋਵੇ ਦਲਵੀਰ ਗੋਲਡੀ ਦੀ ਆਮ ਆਦਮੀ ਪਾਰਟੀ ਚ ਐਂਟਰੀ ਸੰਗਰੂਰ ਦੀ ਲੋਕ ਸਭਾ ਚੋਣ ਨੂੰ ਕਿਸ ਤਰੀਕੇ ਨਾਲ ਮੋੜ ਦਿੰਦੀ ਹੈ ਉਹ ਦੇਖਣਾ ਹੋਵੇਗਾ ਪਰ ਦਿਲਵੀਰ ਗੋਲਡੀ ਦੇ ਕਾਂਗਰਸ ਛੱਡਣ ਦੇ ਨਾਲ ਸੰਗਰੂਰ ਦੀ ਚੋਣ ਦਿਲਚਸਪ ਤਾਂ ਜ਼ਰੂਰ ਹੋ ਗਈ ਹੈ ਇਸ ਕਰਕੇ ਇੰਤਜ਼ਾਰ ਖਾਸ ਤੌਰ ਤੇ 4 ਜੂਨ ਦਾ ਸੰਗਰੂਰ ਦੇ ਇਲੈਕਸ਼ਨ ਨੂੰ ਲੈ ਕੇ ਵੀ ਹੈ ਉੱਥੋਂ ਦੇ ਨਤੀਜੇ ਨੂੰ ਲੈ ਕੇ ਵੀ ਹੈ ਇਸ ਗੱਲਬਾਤ ਦੇ ਵਿੱਚ ਨਹੀਂ ਖਾਸ ਪੇਸ਼ਕਸ਼ ਦੇ ਵਿੱਚ ਨਹੀਂ ਇਜਾਜ਼ਤ ਦਿਓ ਧੰਨਵਾਦ